हेलो स्टूडेंट्स शिक्षा टिप्स बाय पंकज सर द YouTube चैनल ते मैं पंकज करदा हां ਤੁਹਾਡਾ ਸਵਾਗਤ ਅੱਜ ਦਾ ਇਹ ਸੈਸ਼ਨ ਜਿੰਨੇ ਚਾਪ ਡਿਸਕਸ ਕਰਾਂਗੇ ਮਾਸਟਰ ਕੈਡਰ ਇੰਗਲਿਸ਼ ਦੇ ਸਿਲੇਬਸ ਨੂੰ ਜਲਦ ਹੀ ਤੁਹਾਡਾ ਇਹ ਪੇਪਰ ਅਨਾਉਂਸ ਹੋਣ ਵਾਲਾ ਹੈ ਐਸੇ ਜਿਆਦਾ ਜਲਦੀ ਵੀ ਨਹੀਂ ਹੈ और कुछ मेरे दोस्त ਜਿਹੜੇ ਹੈ ਉਹ ਕਹਿ ਰਹੇ ਸੀ ਕਿ ਆਪਾਂ ਇਹ ਸਿਲੇਬਸ ਨੂੰ ਡਿਸਕਸ ਕਰੀਏ YouTube ਉਹਦੇ ਵਾਸਤੇ ਇੱਕ ਠੀਕ ਪਲੇਟਫਾਰਮ ਲੱਗਿਆ ਤਾਂ ਅੱਜ ਆਪਾਂ ਡਿਸਕਸ ਕਰਾਂਗੇ ਬੇਟਾ ਮਾਸਟਰ ਕੈਡਰ ਇੰਗਲਿਸ਼ ਦਾ ਕੰਪਲੀਟ ਸਿਲੇਬਸ ਪੇਪਰ ਦਾ ਪੈਟਰਨ ਕੀ ਰਹਿੰਦਾ ਹੈ تیاری ਕਰਨ ਵਾਸਤੇ ਤੁਹਾਡੀ ਸਟਰੈਟੇਜੀ ਕੀ ਰਹਿਣੀ ਚਾਹੀਦੀ ਹੈ ਕਿ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਹੈਂਡਲ ਕਰੋ ਕਿ ਤੁਸੀਂ ਆਪਣੇ ਸਮੇਂ ਨੂੰ ਪ੍ਰੋਪਰ ਯੂਜ਼ ਕਰ ਸਕੋ ਔਰ ਤਿਆਰੀ ਤੁਹਾਡੀ ਵਧੀਆ ਤਰੀਕੇ ਨਾਲ ਹੋ ਸਕੇ ਇੱਕ ਦੋ ਗੱਲਾਂ ਮੈਂ ਤੁਹਾਨੂੰ ਪਹਿਲਾਂ ਦੱਸ ਦੇਵਾਂ ਕਿ ਜੋ ਆਪਾਂ ਹੁਣ ਡਿਸਕਸ ਕਰਾਂਗੇ ਜੋ ਪ੍ਰੋਫਾਈਲ ਦੇਖਾਂਗੇ ਜੋ ਤੁਹਾਡੇ ਕੋਲੇ ਮਾਸਟਰ ਕੈਡਰ ਸਿਲੇਬਸ ਹੋਏਗਾ ਤਾਂ ਸਹੀ ਪਹਿਲਾਂ ਸਾਰਿਆਂ ਕੋਲੇ ਪਰ ਇਹ ਜੋ ਫਾਈਲ ਆਪਾਂ ਦੇਖਾਂਗੇ ਇਹਨੂੰ ਤਿਆਰ ਕਰਨ ਦਾ ਇੱਕ ਤਰੀਕਾ ਅਲੱਗ ਹੈ ਇਹ ਡੇਟ ਆਫ ਬਰਥ ਦੇ ਅਕੋਰਡਿੰਗ ਸੈੱਟ ਕੀਤੀ ਗਈ ਹੈ ਤਾਂ ਤੁਸੀਂ ਉਲਝਣਾ ਨਹੀਂ ਕਿ ਸਰ ਜਦੋਂ ਅਸੀਂ ਮਾਸਟਰ ਕੈਡਰ ਦੇ ਸਿਲੇਬਸ ਆਪਣਾ ਜਿਹੜਾ ਪੇਜ ਦੇਖਿਆ ਉਹਦੇ ਚ ਰਾਈਟਰ ਕਿਤੇ ਦਿੱਤਾ ਹੋਇਆ ਇਸ ਤਰੀਕੇ ਨਾਲ ਉਲਝਣਾ ਏਜ ਵਾਈਜ਼ ਡੇਟ ਆਫ ਬਰਥ ਦੇ ਅਕੋਰਡਿੰਗ ਇਹ ਫਾਈਲ ਸੈੱਟ ਕੀਤੀ ਗਈ ਹੈ ਔਰ ਆਪਾਂ ਸਟਾਰਟਿੰਗ ਕਰਦੇ ਹਾਂ ਆਪਣੇ ਇੰਗਲਿਸ਼ ਰਾਈਟਰਸ ਤੋਂ ਜਿਵੇਂ ਕਿ ਤੁਸੀਂ ਦੇਖ ਪਾਣਨੇ ਹੋ ਸਿਲੇਬਸ ਜੋ ਤੁਸੀਂ ਦੇਖਿਆ ਹੋਏਗਾ ਕੀ ਮਾਸਟਰ ਕੈਡਰ ਇੰਗਲਿਸ਼ ਦੇ ਸਿਲੇਬਸ ਦੇ ਵਿੱਚ ਸਟਾਰਟਿੰਗ ਹੁੰਦੀ ਹੈ ਇੰਡੀਅਨ ਰਾਈਟਰਸ ਤੋਂ ਔਰ ਇੰਡੀਅਨ ਰਾਈਟਰਸ ਤੋਂ ਭਾਵ ਕੀ ਹੈ ਕਿ ਤੁਸੀਂ ਇੰਡੀਅਨ ਰਾਈਟਰਸ ਦੇ ਸਿਰਫ ਉਹੀ ਵਰਕ ਪੜ੍ਹਨੇ ਆ ਜਿਹੜੇ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤੇ ਗਏ ਆ ਇਟ ਡਸਨਟ ਮੀਨ ਕਿ ਤੁਸੀਂ ਹਰ ਇੱਕ ਵਰਕ ਪੜ੍ਹਨ ਲੱਗ ਜਾਓ ਕਿਸੇ ਵੀ ਇੰਡੀਅਨ ਰਾਈਟਰ ਦਾ ਇਹ ਗਲਤੀ ਨਹੀਂ ਕਰਨੀ ਤੁਸੀਂ ਇੰਡੀਅਨ ਰਾਈਟਰ ਮੀਨਸ ਉਹ ਇੰਡੀਅਨ ਰਾਈਟਰ ਜਿਨ੍ਹਾਂ ਦੀ ਜਿਹੜੇ ਵਰਕ ਉਹਨਾਂ ਨੇ ਲਿਖੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਗਿਆ ਉਹੀ ਕਨਸੀਡਰ ਕੀਤੇ ਜਾਣਗੇ ਨਾ ਕਿ ਸਾਰੇ ਹੀ ਵਰਕ ਜਿਹੜੇ ਉਹਨਾਂ ਨੇ ਲਿਖੇ ਹੋਏ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਆਪਣੀ ਇਹ ਵੀਡੀਓ ਲਓ ਆਪਾਂ ਆਪਣੇ ਪ੍ਰਮਾਤਮਾ ਦਾ ਨਾਮ ਤੁਸੀਂ ਜਿਸ ਵੀ ਰੂਪ ਚ ਉਹਨੂੰ ਯਾਦ ਕਰਦੇ ਹੋ ੴ ਔਰ ਫਸਟ ਰਾਈਟਰ ਜੋ ਆਪਣੇ ਕੋਲੇ ਹੈ ਬਟਾ ਉਹ ਹੈ ਰਵਿੰਦਰ ਨਾਟਕੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਹੈ ਕਿ ਜੋ ਤੁਹਾਡੇ ਕੋਲੇ ਸਿਲੇਬਸ ਮੌਜੂਦ ਹੈ ਉਹਦੇ ਚ ਰਾਈਟਰ ਇੱਕ ਸੀਕੁਐਂਸ ਦੇ ਵਿੱਚ ਨਹੀਂ ਦਿੱਤੇ ਹੋਏ ਯਾ ਕਹਿ ਲਓ ਉਹ ਸੀਕੁਐਂਸ ਅਲੱਗ ਹੈ ਜੋ ਮੈਂ ਸੀਕੁਐਂਸ ਬਣਾਈ ਹੈ ਉਹ ਰਾਈਟਰਸ ਦੇ ਡੇਟ ਆਫ ਬਰਥ ਦੇ ਅਕੋਰਡਿੰਗ ਔਰ ਜੇਕਰ ਕਿਸੇ ਵੀ ਬੱਚੇ ਨੂੰ ਇਹ ਫਾਈਲ ਚਾਹੀਦੀ ਹੋਵੇ ਤਾਂ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ WhatsApp ਗਰੁੱਪ ਦਾ ਲਿੰਕ ਔਰ Telegram ਦਾ ਲਿੰਕ ਦਿੱਤਾ ਹੋਇਆ ਹੈ ਇਸ ਫਾਈਲ ਨੂੰ ਠੀਕ ਤਰੀਕੇ ਨਾਲ ਵਧੀਆ ਤਿਆਰ ਕਰਕੇ ਇਹ ਤੁਹਾਨੂੰ ਸ਼ਾਮ ਦੇ 4 ਜਾਂ 5 ਵਜੇ ਉਸ Telegram ਗਰੁੱਪ ਦੇ ਵਿੱਚ ਭੇਜ ਦਿੱਤੀ ਜਾਏਗੀ ਆਪਾਂ ਸ਼ੁਰੂਆਤ ਕਰਦੇ ਹਾਂ ਬੇਟਾ ਆਪਣਾ ਜੋ ਫਰਸਟ ਰਾਈਟਰ ਹੈ ਉਹ ਹੈ ਰਵਿੰਦਰਨਾਥ ਟੈਗੋਰ ਔਰ ਇਹ ਵੀ ਇੱਕ ਕੋਇਨਸੀਡੈਂਸ ਹੈ ਇੰਗਲਿਸ਼ ਵਾਲਿਆਂ ਵਾਸਤੇ ਸਿਰਫ ਕਿ ਜਦੋਂ ਤੁਸੀਂ ਪੇਪਰ ਦੀ ਤਿਆਰੀ ਕਰਨ ਲੱਗੇ ਹੋ ਉਦੋਂ ਵੀ ਤੁਸੀਂ ਰਬਿੰਦਰਨਾਥ ਟੈਗੋਰ ਪੜੋਗੇ ਔਰ ਜਿਵੇਂ ਹੀ ਤੁਸੀਂ ਸਿਲੈਕਟ ਹੋ ਕੇ ਸਕੂਲਾਂ ਚ ਜਾਓਗੇ ਤਾਂ ਤੁਹਾਡੇ ਜਿਹੜੇ ਦਿਨ ਦੀ ਸ਼ੁਰੂਆਤ ਹੈ ਉਹ ਵੀ ਰਬਿੰਦਰਨਾਥ ਟੈਗੋਰ ਤੋਂ ਹੀ ਹੋਊਗੀ ਜਦੋਂ ਤੁਸੀਂ ਜਨਗਨ ਮੰਨ ਪੜੋਗੇ ਠੀਕ ਹੈ ਇੱਕ ਹੋਰ ਇਨਸੀਡੈਂਸ ਸਿਰਫ ਇੰਗਲਿਸ਼ ਵਾਲੇ ਦੇ ਹਿੱਸੇ ਆਇਆ ਹੈ ਤਾਂ ਰਬਿੰਦਰਨਾਥ ਟੈਗੋਰ ਜਿੰਨਾ ਦਾ ਜਨਮ ਹੁੰਦਾ 1861 ਦੇ ਵਿੱਚ ਔਰ ਇਹਨਾਂ ਦੀ ਡੈਥ ਹੁੰਦੀ ਹੈ ਜੀ 1941 ਦੇ ਵਿੱਚ ਫਰਸਟ ਨਾਨ ਯੂਰੋਪੀਅਨ ਐਂਡ ਦਾ ਫਰਸਟ ਲਿਰਿਸਿਸ ਟੂ ਵਿਨ ਦਾ ਨੋਬਲ ਪ੍ਰਾਈਜ਼ ਇਨ ਲਿਟਰੇਚਰ 1913 ਇਹਨਾਂ ਨੂੰ ਗੁਰੂਦੇਵ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬੰਗਾਲੀ ਦੇ ਵਿੱਚ ਇਹਨਾਂ ਨੇ ਬਹੁਤ ਕੁਝ ਲਿਖਿਆ ਪਰ ਤੁਸੀਂ ਸਿਰਫ ਉਹੀ ਪੜ੍ਹਨਾ ਹੈ ਜਿਹੜਾ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ ਹੈ ਜੇਕਰ ਮੈਂ ਤੁਹਾਨੂੰ ਇਹਦੀ ਛੋਟੀ ਜਿਹੀ ਐਗਜ਼ਾਮਪਲ ਦੇਵਾਂ ਤਾਂ ਇਹਨਾਂ ਦੁਆਰਾ ਇੱਕ ਲਿਖਿਆ ਗਿਆ ਵਰਕ ਹੈ ਗੀਤਾਂਜਲੀ ਜਿਨ੍ਹਾਂ ਵਿੱਚ 156 ਜਾਂ 157 ਪੋਇਮਸ ਹੈ ਪਰ ਅਕਸਰ ਅਸੀਂ ਦੇਖਦੇ ਹਾਂ ਕਿ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਗੀਤਾਂਜਲੀ ਵਾਸਤੇ ਨਹੀਂ ਇਹਨਾਂ ਨੂੰ ਨੋਬਲ ਪ੍ਰਾਈਜ਼ ओरिजिनल ਗੀਤਾਂਜਲੀ ਵਾਸਤੇ ਨਹੀਂ ਮਿਲਿਆ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਹੈ ਗੀਤਾਂਜਲੀ ਜਿਹੜਾ ਕਿ Song Offering ਹੈ ਜਿਹੜਾ ਕਿ ਇੰਗਲਿਸ਼ ਵਰਜ਼ਨ ਹੈ ਔਰ ਉਹਦੇ ਵਿੱਚ ਇੰਗਲਿਸ਼ ਵਰਜ਼ਨ ਹੈ ਬਟਾਏ ਔਰ ਇਹਦੇ ਵਿੱਚ 53 ਟ੍ਰਾਂਸਲੇਟਡ ਪੋਇਮ ਸੀ ਪਿਛਲੀਆਂ ਦੇ ਨਾਲੋਂ ਔਰ 50 ਅਦਰ ਪੋਇਮ ਸੀ ਪਰੰਥੈਟਿਕ ਛੋਟੀ ਜੀ ਗੱਲ ਹੋਰ ਹੈ ਕਿ ਇਹਨਾਂ ਦੀ ਜਿਹੜੀ ਇੰਟਰੋਡਕਸ਼ਨ ਲਿਖੀ ਗਈ ਸੀ ਉਹ ਵਿਲੀਅਮ ਬਟਲਰ ਈਟਸ ਦੇ ਦੁਆਰਾ ਲਿਖੀ ਗਈ ਹੈ। ਇਹਨਾਂ ਦੀ ਜੋ ਇੰਟਰੋਡਕਸ਼ਨ ਲਿਖੀ ਗਈ ਸੀ ਉਹ ਲਿਖੀ ਗਈ ਸੀ ਵਿਲੀਅਮ ਬਟਲਰ ਈਟਸ ਦੇ ਦੁਆਰਾ। ਤਾਂ ਇਹ ਚੀਜ਼ ਤੁਸੀਂ ਜ਼ਰੂਰ ਧਿਆਨ ਚ ਰੱਖਣੀ ਹੈ ਕਿ ਜਦੋਂ ਵੀ ਤੁਸੀਂ ਮਾਸਟਰ ਕਲ ਇੰਗਲਿਸ਼ ਦੇ ਸਿਲੇਬਸ ਨੂੰ ਪੜ ਰਹੇ ਹੋ ਤਾਂ ਇੰਡੀਅਨ ਰਾਈਟਿੰਗ ਦਾ ਮੀਨਸ ਹੈ ਇੰਡੀਅਨ ਰਾਈਟਰ ਦੁਆਰਾ ਲਿਖੇ ਗਏ ਉਹ ਵਰਕ ਜਿਹੜੇ ਬਾਅਦ ਦੇ ਵਿੱਚ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤੇ ਗਏ ਨਾਟ ਆਲ। ਸੈਕਿੰਡ ਆਪਣੇ ਕੋਲ ਰਾਈਟਰ ਬੇਟਾ ਸਰੋਜਨੀ ਨਾਇਡੂ 1879 ਦੇ ਵਿੱਚ ਇਹਨਾਂ ਦਾ ਬਰਥ ਹੁੰਦਾ ਹੈ। ਔਰ 1949 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ ਜੇਕਰ ਕੋਈ ਕੁਐਸਚਨ ਹੈ ਤਾਂ ਤੁਸੀਂ ਮੈਨੂੰ ਪੁੱਛ ਵੀ ਸਕਦੇ ਹੋ ਆਪਾਂ ਤੁਹਾਡੇ ਸਾਰੇ ਕੁਐਸਚਨ ਦੇ ਆਨਸਰ ਵੀ ਦੇਵਾਂਗੇ ਅੱਜ ਔਰ ਇਹਨਾਂ ਦੁਆਰਾ ਲਿਖੇਗੇ ਵਰਕ ਦਾ ਗੋਲਡਨ ਥ੍ਰੈਸ਼ਹੋਲਡ ਦਾ ਬ੍ਰੋਕਨ ਵਿੰਗ ਸੰਗਸ ਆਫ ਲਵ ਡੈਥ ਐਂਡ ਦਾ ਸਪ੍ਰਿੰਗ ਔਰ ਇਹ ਫਾਰਮਰ ਗਵਰਨਰ ਵੀ ਰਹੇ ਹੈ ਉੱਤਰ ਪ੍ਰਦੇਸ਼ ਤੇ ਔਰ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਸੀ ਔਰ ਇਹ ਕਾਂਗਰਸ ਪਾਰਟੀ ਦੇ ਫਸਟ ਔਮਨ ਪ੍ਰੈਜ਼ੀਡੈਂਟ ਵੀ ਰਹੇ ਹੈ ਉਸ ਤੋਂ ਬਾਅਦ ਆਪਣੇ ਕੋਲੇ ਰਾਈਟਰ ਹੈ ਮੁਲਕ ਰਾਜ ਆਨੰਦ ਇਹਨਾਂ ਨੂੰ ਇੰਡੀਆ ਦਾ ਚਾਰਲਸ ਡਿਕਨਸ ਵੀ ਕਿਹਾ ਜਾਂਦਾ ਹੈ ਚਾਰਲਸ ਡਿਕਨਸ ਆਫ ਇੰਡੀਆ 1905 ਦੇ ਵਿੱਚ ਇਹਨਾਂ ਦਾ ਹੁੰਦਾ ਬਰਥ ਔਰ 2004 ਦੇ ਵਿੱਚ ਦੁਨੀਆ ਤੋਂ ਰੁਖਸਤ ਹੋ ਜਾਂਦੇ ਆ ਅਨਟਚੇਬਲ 1935 ਦੇ ਵਿੱਚ ਲਿਖਿਆ ਗਿਆ ਸੀ ਔਰ ਤੁਸੀਂ ਬੇਟਾ ਜਦੋਂ ਵੀ ਪੇਪਰ ਪੜ ਰਹੇ ਹੋ ਸੌਰੀ ਸਿਲੇਬਸ ਦੇ ਉੱਤੇ ਕਰ ਰਹੇ ਹੋ ਕੋਈ ਵਰਕ ਪੜ ਰਹੇ ਹੋ ਤਾਂ ਮੈਂ ਇੱਕ ਛੋਟਾ ਜਿਹਾ ਡਿਸਕ੍ਰਿਪਸ਼ਨ ਦਿੰਦਾ ਹੈ ਕਿ ਇਹ ਇੱਕ ਦਿਨ ਦੀ ਹੀ ਸਟੋਰੀ ਹੈ ਤਾਂ ਪੇਪਰ ਜਿਹੜਾ ਬਣਾ ਰਿਹਾ ਹੈ ਉਹ ਤੁਹਾਡੇ ਤੋਂ ਕਿਸੇ ਵੀ ਲੈਵਲ ਦਾ ਕੁਐਸਚਨ ਪੁੱਛ ਸਕਦਾ ਹੈ ਥੋੜੇ ਜਿਹਾ ਆਰਾਮ ਨਾਲ ਸਟੱਡੀ ਕਰੋ ਪਰ ਪੇਪਰ ਦਾ ਜਿਹੜਾ ਤੁਸੀਂ ਵਰਕ ਪੜ੍ਹ ਰਹੇ ਹੋ ਪੇਪਰ ਦੇ ਲਈ ਉਹਨੂੰ ਹਰ ਇੱਕ ਐਸਪੈਕਟ ਤੋਂ ਦੇਖਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਇਹ ਵਨ ਡੇ ਦੀ ਸਟੋਰੀ ਹੈ ਇੱਕ ਲੜਕਾ ਹੈ ਜਿਹਦਾ ਨਾਮ ਹੈ ਬਖਾ ਬਖਾ ਦੇ ਇੱਕ ਦਿਨ ਦੀ ਸਟੋਰੀ ਹੈ ਅਨਟਚੇਬਲ ਔਰ ਇੱਕ ਵਰਕ ਹੈ ਪੁਲੀ ਹੁਣ ਤੁਸੀਂ ਇਹ ਵੀ ਸੋਚੋਗੇ ਕਿ ਸਰ ਤੁਸੀਂ ਤਾਂ ਥੋੜੇ ਥੋੜੇ ਨਾਮ ਲਿਖ ਰੱਖੇ ਆ ਬਿਲਕੁਲ ਸਹੀ ਗੱਲ ਹੈ ਪਰ ਕਿਉਂਕਿ ਜੇਕਰ ਆਪਾਂ ਪੂਰੇ ਇੰਗਲਿਸ਼ ਲਿਟਰੇਚਰ ਦੀ ਗੱਲ ਕਰੀਏ ਤਾਂ ਬਹੁਤ ਵਾਸਟ ਹੈ ਔਰ ਜਿਹੜੇ ਆਪਣੇ ਕੋਲੇ ਰਾਈਟਰਸ ਹੈ ਇਹਨਾਂ ਦਾ ਵਰਕ ਵੀ ਬਹੁਤ ਜ਼ਿਆਦਾ ਹੈ ਇੱਕ ਇੰਟਰੋਡਕਟਰੀ ਵੀਡੀਓ ਹੈ ਤੁਹਾਡੇ ਵਾਸਤੇ ਕਿ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਦੇ ਮੋਸਟ ਇੰਪੋਰਟੈਂਟ ਵਰਕਸ ਨੂੰ ਫਸਟ ਪ੍ਰੈਫਰੈਂਸ ਤੇ ਰੱਖਣਾ ਹੈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਹਾਡੇ ਕੋਲੇ ਸਮਾਂ ਬਚਦਾ ਜਾਂਦਾ ਹੈ ਤੁਸੀਂ ਉਸ ਤਰੀਕੇ ਨਾਲ ਆਪਣੀ ਤਿਆਰੀ ਨੂੰ ਜਾਰੀ ਰੱਖਣਾ ਹੈ ਆਰ ਕੇ ਨਾਰਾਇਣ ਆਰ ਕੇ ਨਾਰਾਇਣ ਨੂੰ ਤਾਂ ਸਾਰੇ ਜਾਣਦੇ ਆਪਾਂ ਠੀਕ ਹੈ 1906 ਦੇ ਵਿੱਚ ਬਰਥ ਹੁੰਦਾ ਹੈ 2001 ਦੇ ਵਿੱਚ ਹੁੰਦੀ ਹੈ ਜੀ ਇਹਨਾਂ ਦੀ ਡੈਥ ਔਰ ਸਵਾਮੀ ਐਂਡ ਹਿਸ ਫਰੈਂਡਸ ਸ਼ਾਇਦ ਸਭ ਹੀ ਜਾਣਦੇ ਹੋਣਗੇ ਚਾਹੀਏ ਉਸ ਟਾਈਮ ਅਸਟ੍ਰਿਕਟ ਦੀ ਤਿਆਰੀ ਕਰ ਰਹੇ ਚਾ ਨਹੀਂ ਕਰ ਰਹੇ ਹੈ ਔਰ ਸ਼ਾਰਟ ਸਟੋਰੀ ਕਲੈਕਸ਼ਨ ਦੇ ਵਿੱਚ ਦਾ ਗਾਈਡ ਰਾਜੂ ਐਂਡ ਰੋਜੀ ਦੀ ਸਟੋਰੀ ਹੈ ਯਾਦ ਆ ਗਿਆ ਹੋਵੇਗਾ ਤੁਹਾਨੂੰ ਕਾਫੀ ਚੀਜ਼ਾਂ ਉਸ ਤੋਂ ਬਾਅਦ ਆਪਣੇ ਕੋਲੇ ਰਾਜਾ ਰਾਓ ਇਹ ਜ਼ਰੂਰ ਤੁਸੀਂ ਯਾਦ ਰੱਖਣਾ ਹੈ ਕਿ ਮੁਲਕ ਰਾਜ ਨੂੰ ਇੰਡੀਆਜ਼ ਦੇ ਚਾਰਲਸ ਡਿਕਨਸ ਵੀ ਕਿਹਾ ਜਾਂਦਾ ਹੈ ਚਾਰਲਸ ਡਿਕਨਸ ਆਫ ਇੰਡੀਆ ਰਾਜਾ ਰਾਓ ਉਹਨਾਂ ਦਾ ਵਰਕ ਹੈ ਜੀ ਕਾਂਥਾਪੁਰਾ ਰਾਜਾ ਰਾਉ ਦਾ ਬਰਥ ਹੁੰਦਾ 1908 ਦੇ ਵਿੱਚ ਔਰ ਡੈਥ ਹੁੰਦੀ ਹੈ 2016 ਦੇ ਵਿੱਚ ਕੁਸ਼ਵੰਤ ਸਿੰਘ ਜਿਹੜੇ ਆਏ ਤੋਂ ਠੀਕ 9 ਸਾਲ ਪਹਿਲਾਂ ਉਹਨਾਂ ਦੀ ਡੈਥ ਹੋਈ ਹੈ ਬਹੁਤ ਪ੍ਰੋਮਿਨੈਂਟ ਰਾਈਟਰ ਰਹੇ ਹੈ ਸਾਰੇ ਜਾਣਦੇ ਹੈ ਪੰਜਾਬੀ ਦੇ ਵਿੱਚ ਵੀ ਔਰ ਇੰਗਲਿਸ਼ ਲੈਂਗੁਏਜ ਦੇ ਵਿੱਚ ਵੀ ਟ੍ਰੇਨ ਟੂ ਪਾਕਿਸਤਾਨ ਨੂਰਾ ਜਗਤ ਸਿੰਘ ਦੀ ਸਟੋਰੀ ਮਨੋ ਮਾਜਰਾ ਵਿਲੇਜ ਤਾਂ ਤੁਸੀਂ ਇਹ ਸਾਰੇ ਪੁਆਇੰਟ ਜਿਹੜੇ ਹੈ ਜਦੋਂ ਤੁਸੀਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਇਹ ਯਾਦ ਰੱਖਣੇ ਹੈ ਦ ਪੋਰਟਰੇਟ ਆਫ ਅ ਲੇਡੀ ਕਲੈਕਟਰ ਸਟੋਰੀਜ਼ ਇਹਨਾਂ ਦਾ 2013 ਦੇ ਵਿੱਚ ਆਉਂਦਾ ਹੈ ਫਿਰ ਆਪਣੇ ਕੋਲੇ ਆਪਣੇ ਰਾਈਟਰ ਹੈ ਏ ਕੇ ਰਾਮਾਨੁਜਨ ਬਰਥ ਹੁੰਦਾ ਜੀ 1929 ਦੇ ਵਿੱਚ ਡੈਥ ਹੁੰਦੀ ਹੈ 1993 ਦੇ ਵਿੱਚ ਆਰਟੀਪੱਟੇ ਕ੍ਰਿਸ਼ਨ ਸੁਆਮੀ ਰਾਮਾਨੁਜਨ ਵੋ ਅਵਾਰਡਡ ਦਾ ਸਾਹਿਤਿਆ ਅਕੈਡਮੀ ਅਵਾਰਡ ਇਹ ਵੀ ਤੁਸੀਂ ਬੇਟਾ ਜ਼ਰੂਰ ਯਾਦ ਰੱਖਣਾ ਹੈ ਕਿ ਕਿਸੇ ਰਾਈਟਰ ਨੂੰ ਕਿੰਨੇ ਅਵਾਰਡ ਮਿਲੇ ਉਹਨਾਂ ਦੇ ਅਵਾਰਡਸ ਨੂੰ ਲੈ ਕੇ ਜ਼ਰੂਰ ਕੁਐਸਚਨ ਆ ਜਾਂਦਾ ਹੈ ਇੱਕ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਜਦੋਂ ਵੀ ਕਿਸੇ ਰਾਈਟਰ ਨੂੰ ਬਾਇਓਗ੍ਰਾਫੀਕਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹਨੂੰ ਸੈਕਸ਼ਨ ਬਣਾ ਲਓ ਉਹ ਸੈਕਸ਼ਨ ਵਾਈਜ਼ ਤੁਹਾਨੂੰ ਯਾਦ ਰੱਖਣਾ ਆਸਾਨ ਰਹੇਗਾ ਔਰ ਇਸ ਚੀਜ਼ ਨੂੰ ਯਾਦ ਕਿਵੇਂ ਰੱਖਣਾ ਹੈ ਇਹ ਟ੍ਰਿਕ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਆ ਫਲਾਵਰਿੰਗ ਟਰੀ ਐਂਡ ਅਦਰ ਓਰਲ ਟੇਲਸ ਫ্রম ਇੰਡੀਆ ਇਹਨਾਂ ਦਾ ਇੱਕ ਪ੍ਰੋਮੀਨੈਂਟ ਵਰਕ ਹੈ ਅਨੀਤਾ ਦੇਸਾਈ ਅ ਵਿਲੇਜ ਬਾਈ ਦਾ ਸੀ ਇਨ ਕਸਟਡੀ 1984 ਫਾਸਟਿੰਗ ਫੀਸਟਿੰਗ ਇਨ ਕਸਟਡੀ ਜਿਹੜਾ ਹੈ ਇਸ ਵਰਕ ਦਾ ਕੁਐਸਚਨ ਮਾਸਟਰ ਕੈਡਰ ਦੇ ਵਿੱਚ ਕਈ ਵਾਰੀ ਪੁੱਛਿਆ ਜਾ ਚੁੱਕਿਆ ਹੈ ਬਹੁਤ ਵਾਰ ਇਹ ਜਿਹੜਾ ਵਰਕ ਹੈ ਇਹਦੇ ਜ਼ਿਕਰ ਮਾਸਟਰ ਕੈਡਰ ਦੇ ਪੇਪਰ ਦੇ ਵਿੱਚ ਹੋਇਆ ਹੋਇਆ ਹੈ ਔਰ ਬੇਟਾ ਜਿਵੇਂ ਹੀ ਤੁਸੀਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ ਤਾਂ ਇੱਕ ਚੀਜ਼ ਇਹ ਹੈ ਕਿ ਤੁਸੀਂ ਜੇਕਰ ਮੇਰਾ ਸਟਾਈਲ ਦੱਸਾਂ ਜਦੋਂ ਮੈਂ ਇਹਨੂੰ ਕਰੈਕ ਕੀਤਾ ਸੀ ਮੈਂ UGC NET ਕੁਆਲੀਫਾਈ ਕੀਤਾ ਔਰ ਮਾਸਟਰ ਕੈਡਰ ਇੰਗਲਿਸ਼ ਤੋਂ ਮੈਂ ਕਲੀਅਰ ਕੀਤਾ ਇੱਕ ਸਟ੍ਰੈਟਜੀ ਰਹਿੰਦੀ ਹੈ ਤੁਸੀਂ ਕਿ ਤੁਸੀਂ ਪੇਪਰ ਦੀ ਸਾਈਕੋਲੋਜੀ ਨੂੰ ਬੜੇ ਧਿਆਨ ਨਾਲ ਸਮਝੋ ਇਹ ਨਹੀਂ ਹੈ ਕਿ ਅਸੀਂ ਸਿਲੇਬਸ ਦੇਖ ਲਿਆ ਜੀ ਐਨਾ ਸਿਲੇਬਸ ਹੈ ਅਸੀਂ ਇਹਨੂੰ ਇਸ ਤਰੀਕੇ ਨਾਲ ਕਰ ਦਿਆਂਗੇ ਜਾਂ ਕੋਈ ਤੁਹਾਨੂੰ ਇੱਕ ਜਣਾ ਗਾਈਡ ਕਰ ਦਿੰਦਾ ਹੈ ਜਿਹੜੇ ਵੀ ਬੱਚੇ ਪੇਪਰ ਪਾਸ ਕਰਕੇ ਗਏ ਹੈ ਤੁਸੀਂ ਉਹਨਾਂ ਦੇ ਨਾਲ ਗੱਲ ਜ਼ਰੂਰ ਕਰੋ ਔਰ ਹਰ ਇੱਕ ਜਿਹੜਾ ਬੱਚਾ ਇਸ ਪੇਪਰ ਨੂੰ ਪਾਸ ਕਰਕੇ ਗਿਆ ਹੈ ਕਿਸੇ ਇੱਕ ਦੇ ਕਹੇ ਨਾਲ ਤੁਸੀਂ ਇਸ ਚੀਜ਼ ਨੂੰ ਨਹੀਂ ਕਰਨਾਗਾ ਜਿੰਨੇ ਵੀ ਬੱਚੇ ਪੜੇ ਹੋਣਗੇ ਤੁਸੀਂ ਦੇਖੋਗੇ ਕਿ ਸਾਰਿਆਂ ਦਾ ਇੱਕ ਅਲੱਗ ਪੁਆਇੰਟ ਆਫ View ਹੈ ਔਰ ਫਿਰ ਤੁਸੀਂ ਇਹ ਦੇਖਣਾ ਹੈ ਕਿ ਉਸ ਪੁਆਇੰਟ ਆਫ View ਨੂੰ ਤੁਸੀਂ ਆਪਣੇ ਤਰੀਕੇ ਨਾਲ ਕਿਵੇਂ ਅਡਜਸਟ ਕਰ ਪਾਣੇ ਹੋ ਕਿਉਂਕਿ ਹਰ ਇੱਕ ਦੀਆਂ ਕੰਡੀਸ਼ਨਸ ਚਾਹੇ ਉਹ এনवायरमेंटਲ ਹੋਣ ਚਾਹੇ ਉਹ ਫੈਮਿਲੀ ਹੋਵੇ ਚਾਹੇ ਉਹ ਮੈਂਟਲ ਕੰਡੀਸ਼ਨ ਹੋਵੇ ਇਕਨੋਮਿਕਲ ਹੋਵੇ ਸਭ ਦੀਆਂ ਅਲੱਗ-ਅਲੱਗ ਹੈ ਔਰ ਸਭ ਨੇ ਆਪਣੇ ਹਿਸਾਬ ਨਾਲ ਇਸ ਟਾਈਮ ਨੂੰ ਮੈਨੇਜ ਕਰਨਾ ਹੈ ਸਮੇਂ ਨੂੰ ਮੈਨੇਜ ਕਰਨਾ ਹੈ ਵੈਸੇ ਤੋਂ ਤੁਹਾਡੇ ਕੋਲ ਕਾਫੀ ਸਮਾਂ ਹੈ ਇਹ ਨਹੀਂ ਹੈਗਾ ਕਿ ਕੱਲ ਹੀ ਪੇਪਰ ਅਨਾਉਂਸ ਹੋਣ ਜਾ ਰਿਹਾ ਜਾਂ ਕੁਝ ਨਹੀਂ ਹੈ ਐਵੇਂ ਕਿਸੇ ਜ਼ਿਆਦਾ ਉਲਟਨ ਤਾਣੀ ਚ ਪੈ ਕੇ ਬਹੁਤ ਕਾਲ ਕਰਨ ਦੀ ਜ਼ਰੂਰਤ ਨਹੀਂ ਹੈ ਠੀਕ-ਠੀਕ ਆਪਣੇ ਸਮੇਂ ਦੇ ਅਨੁਸਾਰ ਕੰਟੀਨਿਊਟੀ ਬਣਾ ਕੇ ਚੱਲਦੇ ਹੋ ਜੇਕਰ ਤੁਸੀਂ ਮਾਸਟਰ ਗ੍ਰੈਜੂਏਟ ਇੰਗਲਿਸ਼ ਦੀ ਤਿਆਰੀ ਕਰੋਗੇ ਤਾਂ ਤੁਸੀਂ ਵਧੀਆ ਰੈਂਕ ਅਚੀਵ ਕਰਦੇ ਹੋਏ ਆਪਣੀ ਸਿਲੈਕਸ਼ਨ ਪੱਕੀ ਕਰੋ ਅਪਾ ਨੀਤਾ ਦਿਸਾਈ ਪੜਿਆ ਆ ਜਿਹੜੇ ਤਿੰਨ ਵਰਕ ਇੱਥੇ ਲਿਖਿਆ ਵੈਸੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਰਾਈਟਰਸ ਇਹਨਾਂ ਨੇ ਕਾਫੀ ਵਰਕਸ ਲਿਖੇ ਹੋਏ ਆ ਪਰ ਇਹ ਵਰਕ ਇੱਥੇ ਤਿੰਨ ਲੈਣ ਦਾ ਕਾਰਨ ਕੀ ਸੀ ਕਿ ਇਹਨਾਂ ਤਿੰਨ ਵਰਕਸ ਵਾਸਤੇ ਇਹਨਾਂ ਨੂੰ ਬੁਕਰ ਪ੍ਰਾਈਜ਼ ਦੇ ਲਈ ਨਾਮਿਨੇਟ ਕੀਤਾ ਗਿਆ ਸੀ ਪਰ ਮਿਲਿਆ ਕਿਸੇ 'ਚੋ ਵੀ ਨਹੀਂ ਇਹ ਜ਼ਰੂਰੀ ਯਾਦ ਰੱਖਣਾ ਹੈ ਕਿ ਅਨੀਤਾ ਦਿਸਾਈ ਦੇ ਜਿਹੜੇ ਮੈਂ ਤਿੰਨ ਇੱਥੇ ਵਰਕਸ ਲਿਖੇ ਹੋਏ ਆ ਇਹਨਾਂ ਵਾਸਤੇ ਇਹਨਾਂ ਨੂੰ ਬੁਕਰ ਪ੍ਰਾਈਜ਼ ਦੇ ਲਈ ਨਾਮਿਨੇਟ ਕੀਤਾ ਗਿਆ ਪਰ ਮਿਲਿਆ ਇਹਨਾਂ ਨੂੰ ਕਿਸੇ ਵਰਕ ਵਾਸਤੇ ਵੀ ਨਹੀਂ ਅਮਿਤਮ ਗੋਸ਼ ਸਰਕਲ ਆਫ ਰੀਜ਼ਨ ਕਿੰਨੀ ਵਾਰੀ ਆਇਆ ਹੋਇਆ ਕੁਐਸਚਨ ਦਾ ਸ਼ੈਡੋ ਲਾਈਨ ਇਹ ਰਿਪੀਟਡ ਕੁਐਸਚਨ ਹੈ ਜਿਹੜੇ ਤੁਹਾਡੇ ਮਾਸਟਰ ਕੈਡਰ ਦੇ ਵਿੱਚ ਪੁੱਛੇ ਜਾਂਦੇ ਹਨ ਇਹ ਵਰਕ ਤੁਸੀਂ ਜ਼ਰੂਰ ਪੜ੍ਹਨੇ ਹੈ ਆਈ ਬੈਸਡ ਟ੍ਰਾਇਲੋਜੀ ਸੀ ਆਫ ਪੋਪੀਜ਼ ਰਿਵਰ ਆਫ স্মੋਕ ਫਲਡ ਆਫ ਫਾਇਰ ਓਪੀਅਮ ਵਾਰ ਤੇ ਲਿਖੀ ਗਈ ਟ੍ਰਾਇਲੋਜੀ ਹੈ ਓਪੀਅਮ ਸਮਝ ਦਿਓ ਨਾ ਅਫੀਮ ਅੱਜ ਕੱਲ ਗਾਣੇ ਚ ਬੜਾ ਸੁਣਦੇ ਹੋ ਤੁਸੀਂ ਡੱਬੀ ਡੱਬੀ ਕੋਈ ਹੈ ਕੋਈ ਅਫੀਮ ਹੈ ਠੀਕ ਹੈ ਓਪੀਅਮ ਵਾਰ ਤੇ ਲਿਖੀ ਗਈ ਹੈ ਟ੍ਰਾਇਓਲੋਜੀ ਹੈ ਟ੍ਰਾਇਓਲੋਜੀ ਮਤਲਬ 3 ਵਰਕਸ ਠੀਕ ਹੈ ਅਰੁੰਦਤੀ ਰాయ ਦਾ ਗੋਡ ਆਫ ਸਮਾਲ ਥਿੰਗਸ ਗੋਡ ਆਫ ਸਮਾਲ ਥਿੰਗਸ ਵਾਸਤੇ ਇਹਨਾਂ ਨੂੰ ਬੁਕਰ ਪ੍ਰਾਈਜ਼ ਮਿਲਿਆ ਹੈ ਜੀ 1996 ਦੇ ਵਿੱਚ ਤੁਸੀਂ ਜਿਵੇਂ ਹੀ ਮਾਸਟਰ ਕੈਡਰ ਇੰਗਲਿਸ਼ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਅਲੱਗ-ਅਲੱਗ ਸੈਕਸ਼ਨ ਬਣਾਓ ਜਿਵੇਂ ਬੁਕਰ ਪ੍ਰਾਈਜ਼ ਨੋਬਲ ਪ੍ਰਾਈਜ਼ ਸਾਹਿਤਿਆ ਅਕੈਡਮੀ ਅਵਾਰਡ ਇਹ ਸਾਰੇ ਤੁਹਾਨੂੰ ਯਾਦ ਰਹਿ ਜਾਣਗੇ ਇਹਦਾ ਕੋਈ ਮੁਸ਼ਕਲ ਨਹੀਂ ਹੈ ਕਿਉਂਕਿ ਤੁਹਾਨੂੰ ਐ ਲੱਗਦਾ ਕਿ ਸਰ ਅਸੀਂ ਇੱਕ ਦਿਨ ਚ ਯਾਦ ਕਰਨਾ ਹੈ ਜਾਂ ਕੁਝ ਨਹੀਂ ਹੈ ਤੁਸੀਂ ਘਟੋ ਘਟ 100 ਡੇਸ ਦੇ ਵਿੱਚ ਇਹ ਸਿਲੇਬਸ ਨੂੰ ਡਿਵਾਈਡ ਕਰੋ ਜੇਕਰ ਤੁਸੀਂ ਇੱਕ ਰਾਈਟਰ ਵੀ ਇੱਕ ਦਿਨ ਚ ਪੜਦੇ ਹੋ ਤਾਂ ਤੁਹਾਨੂੰ 72 73 ਡੇਸ ਲੱਗਦੇ ਹੈ ਤਾਂ ਜਿਆਦਾ ਆਪਣੇ ਆਪ ਨੂੰ 네ਗੇਟਿਵ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਸਿਲੇਬਸ ਬਹੁਤ ਜ਼ਿਆਦਾ ਹੈ ਜੇਕਰ ਆਪਾਂ ਨੂੰ ਹਿੱਸਿਆਂ ਚ ਵੰਡ ਦੇਾਂਗੇ ਤਾਂ 90 ਪਾਰਟਸ ਦੇ ਵਿੱਚ ਜੇਕਰ ਤੁਸੀਂ ਸਿਲੇਬਸ ਵੰਡ ਦੇਓਗੇ ਤਾਂ ਸਿਲੇਬਸ ਦੇ ਪੱਲੇ ਕੁਝ ਵੀ ਨਹੀਂ ਰਹਿੰਦਾਗਾ ਔਰ ਲਿਟਰੇਚਰ ਤਾਂ ਆਪਣੇ ਆਪ ਦੇ ਵਿੱਚ ਇੰਨੀ ਪਿਆਰੀ ਚੀਜ਼ ਹੈ ਕਿ ਜਦੋਂ ਤੁਸੀਂ ਪੜ੍ਹਨ ਲੱਗਦੇ ਹੋ ਤਾਂ ਉਹਦੇ ਚ ਤੁਸੀਂ ਖੋ ਜਾਂਦੇ ਹੋ ਤਾਂ ਯਾਦ ਬਿਲਕੁਲ ਰਹਿਣਗੇ ਜੀ ਅਜਾ ਕੁਝ ਨਹੀਂ ਹੈ ਕਿ ਯਾਦ ਨਾ ਰਹੇ ਯਾਦ ਵੀ ਰਹਿਣਗੇ ਔਰ ਤੁਸੀਂ ਉਹਨਾਂ ਨੂੰ ਪੇਪਰ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਐਕਸਪ੍ਰੈਸ ਵੀ ਕਰ ਪਾਉਗੇ ਇੱਥੇ ਆਪਣੇ ਕੋਲੋਂ ਸ਼ੁਰੂ ਹੋ ਜਾਂਦਾ ਜੀ ਐਲਿਜ਼ਾਬੈਥ ਏਜ ਵੈਰੀ ਗੁੱਡ ਬਹੁਤ ਵਧੀਆ ਬੱਚਿਆਂ ਦੇ ਕਮੈਂਟਸ ਆ ਰਹੇ ਹੈ 20 ਲਾਈਵ ਨੇ ਵੈਰੀ ਗੁੱਡ ਬੇਟਾ ਥੈਂਕ ਯੂ ਸੋ ਮੱਚ ਫਾਰ ਸੱਚ ਅ ਗ੍ਰੇਟ ਲਵ ਐਂਡ ਅਫੈਕਸ਼ਨ ਐਲਿਜ਼ਾਬੈਥ ਏਜ ਸ਼ੁਰੂ ਹੁੰਦੀ ਹੈ ਸ਼ੇਅਰ ਕਰ ਦਿਓ ਜਿੰਨੇ ਵੀ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਮਾਸਟਰਕੈਟ ਦੇ ਇੰਗਲਿਸ਼ ਦੀ ਤਿਆਰੀ ਕਰ ਰਹੇ ਹੈ ਠੀਕ ਹੈ ਇਸ ਚੈਨਲ ਤੇ ਤੁਹਾਨੂੰ ਬਹੁਤ ਕੁਝ ਫ੍ਰੀ ਆਫ ਕਾਸਟ ਮਿਲੇਗਾ ਇੱਥੇ ਤੁਹਾਨੂੰ ਪੇ ਕਰਨ ਦੀ ਜ਼ਰੂਰਤ ਨਹੀਂ ਹੈ ਔਰ ਜੇਕਰ ਤੁਸੀਂ ਗਰੁੱਪ ਜੁਆਇਨ ਕਰਦੇ ਹੋ ਤਾਂ ਡੇਲੀ ਦੇ ਤੁਹਾਨੂੰ ਬਹੁਤ ਅੱਛੇ ਨੋਟਸ ਵੀ ਪ੍ਰੋਵਾਈਡ ਕੀਤੇ ਜਾਣਗੇ ਤਾਂ ਪੀਰੀਅਡ ਆਫ ਦ ਰੈਨ ਆਫ ਇੰਗਲਿਸ਼ ਸੌਰੀ ਐਲਿਜ਼ਾਬੈਥ 1 ਮਾਸਟਰਕੈਡ ਇੰਗਲਿਸ਼ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਵਾਸਤੇ ਜ਼ਰੂਰੀ ਹੈ ਕਿ ਉਹ ਰੂਲਰਸ ਜਿਹੜੇ ਹੋਏ ਐ ਜਿਨ੍ਹਾਂ ਨੇ ਵੀ ਰਾਜ ਕੀਤਾ ਹੈ ਮੋਨਾਰਕੀ ਇੰਗਲੈਂਡ ਦੀ ਤੁਹਾਨੂੰ ਉਹਨਾਂ ਦੇ ਟਾਈਮ ਪੀਰੀਅਡ ਵੀ ਯਾਦ ਰੱਖਣੇ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਇਸ ਗੱਲ ਦਾ ਬਹੁਤ ਵਧੀਆ ਤਰੀਕੇ ਨਾਲ ਅੰਦਾਜ਼ਾ ਹੈ ਕਿ ਜੋ ਵੀ ਰੂਲ ਕਰ ਰਿਹਾ ਹੁੰਦਾ ਹੈ ਉਸ ਦਾ ਉਸ ਮੌਕੇ ਦੇ ਲਿਟਰੇਚਰ ਤੇ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੈ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਵੀ ਜੇਕਰ ਫਿਲਮਾਂ ਦੇਖੋਗੇ ਤਾਂ ਤੁਹਾਨੂੰ ਸਾਫ਼ ਪਤਾ ਹੈ ਕਿ ਉਹ ਫਿਲਮਾਂ ਕਿਸ ਵਿਊ ਤੋਂ ਆ ਰਹੀਆਂ ਹਨ ਕਿ ਕਿਸ ਤੋਂ ਜ਼ਿਆਦਾ ਪ੍ਰਭਾਵਿਤ ਹੈ ਜੇਕਰ ਤੁਸੀਂ ਇਸ ਗੈਪ ਨੂੰ ਧਿਆਨ ਚ ਰੱਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਜਿਹੜੇ ਆ ਰੂਲਰ ਰਹੇ ਹੈ ਜਿਹੜੇ ਕਿੰਗ ਐਂਡ ਕੁਇਨਸ ਰਹੇ ਹੈ ਇਹਨਾਂ ਦੇ ਟਾਈਮ ਪੀਰੀਅਡ ਨੂੰ ਵੀ ਯਾਦ ਰੱਖਣਾ ਇੰਪੋਰਟੈਂਟ ਹੈ ਫਿਰ ਤੁਹਾਡੇ ਵਾਸਤੇ ਲਿਟਰੇਚਰ ਆਸਾਨ ਹੋ ਜਾਏਗਾ ਐਡਮੰਡ ਸਪੈਂਸਰ ਜਿਹੜੀ ਤੁਹਾਡੇ ਕੋਲੇ ਇੱਕ ਪੇਜ ਹੋਏਗਾ ਜਿਹੜਾ ਸਿਲੇਬਸ ਦਾ ਪੇਜ ਆਇਆ ਹੈ ਉਹਦੇ ਚ ਰਾਈਟਰ ਜਿਹੜੇ ਹੈ ਅਲੱਗ-ਅਲੱਗ ਸੀਕੁਐਂਸ ਦੇ ਵਿੱਚ ਦਿੱਤੇ ਹੋਣਗੇ ਪਰ ਡੇਟ ਆਫ ਬਰਥ ਦੇ ਅਕੋਰਡਿੰਗ ਜਿਵੇਂ ਆ ਤੁਸੀਂ ਦੇਖੋਗੇ 1564 ਦੇ ਵਿੱਚ ਹੀ ਦੋਨਾਂ ਦਾ ਡੇਟ ਆਫ ਬਰਥ ਦਿਖਾਈ ਗਈ ਹੈ ਪਰ ਕ੍ਰਿਸਟੋਫਰ ਮਾਰਲੋ ਦੀ ਜਿਹੜੀ ਡੇਟ ਆਫ ਬਰਥ 26th ਆਫ ਫੈਬਰੂਰੀ ਹੈ ਔਰ ਵਿਲੀਅਮ ਸ਼ੇਕਸਪੀਅਰ ਦੀ 26th ਆਫ ਅਪ੍ਰੈਲ ਹੈ ਤਾਂ ਮੈਂ ਡੇਟ ਆਫ ਬਰਥ ਦੇ ਹਿਸਾਬ ਨਾਲ ਇਹਨਾਂ ਨੂੰ ਸੈੱਟ ਕੀਤਾ ਹੋਇਆ ਹੈ ਤੁਸੀਂ ਇਸ ਜੀ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਇਹ ਤੁਹਾਡੇ ਵਾਸਤੇ ਫਾਇਦੇਮੰਦ ਰਹੇਗੀ ਐਡਮੰਡ ਸਪੈਂਸਰ ਦੀ ਜੇਕਰ ਆਪਾਂ ਗੱਲ ਕਰੀਏ ਬਹੁਤ ਵਧੀਆ ਇਹਨਾਂ ਦਾ ਵਰਕ ਹੈ ਇੱਕ ਸ਼ੈਫਰਡਸ ਕੈਲੰਡਰ 1579 ਦੇ ਵਿੱਚ ਆਉਂਦਾ ਹੈ 12 ਪੈਸਟੋਰਲ ਇਕਲੌਗਸ ਹੈ ਦ ਫੇਰੀ ਕੁਈਨ 1590 96 ਦੇ ਵਿੱਚ ਵਰਕ ਆਉਂਦਾ ਹੈ ਜੇਕਰ ਤੁਸੀਂ ਫੇਰੀ ਕੁਈਨ ਬਾਰੇ ਥੋੜਾ ਜਾ ਜਾਣਨਾ ਚਾਹੋ ਤਾਂ ਜੋ ਫੇਰੀ ਕੁਈਨ ਹੈ ਪਰ வால்ਟਰ ਰੈਲੇ ਨੂੰ ਲਿਖਿਆ ਗਿਆ ਇੱਕ ਲੈਟਰ ਹੈ ਉਸ ਲੈਟਰ ਦੇ ਵਿੱਚ ਲੈਟਰ ਲਿਖਿਆ ਗਿਆ ਸੀ ਸਰ வால்ਟਰ ਰੈਲੇ ਇਹ ਸਾਰੇ ਤੁਸੀਂ ਯਾਦ ਰੱਖਣਾ ਬੇਟਾ ਠੀਕ ਹੈ ਐਂਡ ਇਟ ਜ਼ਿਕਰ ਕੀਤਾ ਗਿਆ ਹੋਇਆ ਸੀ ਕਿ 24 ਸਟੋਰੀਜ਼ ਲਿਖੀਆਂ ਜਾਣਗੀਆਂ ਜਾਂ 24 ਵਰਕਸ ਲਿਖੇ ਜਾਣਗੇ ਜਿਨ੍ਹਾਂ ਦੇ ਵਿੱਚੋਂ 12 ਹੋਣਗੇ ਪਬਲਿਕ ਵਰਚੂਸ ਤੇ ਠੀਕ ਹੈ ਜੀ ਔਰ 12 ਹੀ ਹੋਣਗੇ ਪ੍ਰਾਈਵੇਟ ਵਰਚੂ ਤੇ 12 ਹੋਣਗੇ ਜੀ ਪਬਲਿਕ ਵਰਚੂ ਤੇ ਔਰ 12 ਹੋਣਗੇ ਬਹੁਤ ਵਧੀਆ ਜੀ ਸੁਖਜਿੰਦਰ ਸਿੰਘ ਥੈਂਕ ਯੂ ਸੋ ਮਚ 12 ਹੋਣਗੇ ਜੀ ਪ੍ਰਾਈਵੇਟ ਵਰਚੂ ਤੇ ਟੋਟਲ ਹੋਣਗੇ ਜੀ 24 ਔਰ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਸਿਕਸ ਇਹ ਸਟੋਰੀਜ਼ ਲਿਖੀਆਂ ਗਈਆਂ ਔਰ ਸੈਵਨਥ ਜਿਹੜੀ ਹੈ ਜਿੰਦਾ ਨਾਮ ਹੈ ਮਿਊਟੇਬਿਲਿਟੀ ਉਹਦੇ ਸਿਰਫ ਦੋ ਹੀ ਕੈਂਟੋ ਜੋ ਹੈ ਅਵੇਲੇਬਲ ਹੈ ਮਿਊਟੇਬਿਲਿਟੀ ਦੇ ਸਿਰਫ ਦੋ ਹੀ ਕੈਂਟੋ ਅਵੇਲੇਬਲ ਹੈ ਤਾਂ ਜੇਕਰ ਤੁਹਾਨੂੰ ਇਹ ਕੁਐਸਚਨ ਆ ਜਾਂਦਾ ਹੈ ਫਿਰ ਇਹ ਕੁਇਨ ਨੂੰ ਲੈ ਕੇ ਕਿ ਟੋਟਲ ਪਲਾਨ ਕਿੰਨੇ ਬੁਕਸ ਦਾ ਸੀ ਤਾਂ ਟੋਟਲ ਪਲਾਨ ਸੀ ਜੀ 24 ਬੁਕਸ ਦਾ 12 ਔਨ ਪਬਲਿਕ ਵਰਚੂਜ਼ 12 ਔਨ ਪ੍ਰਾਈਵੇਟ ਵਰਚੂਜ਼ ਜੇਕਰ ਇਹ ਪੁੱਛੇ ਕਿ ਐਟ ਪ੍ਰੈਜ਼ੈਂਟ ਸਰਵਾਈਵਿੰਗ ਕਿੰਨੀਆਂ ਬੁਕਸ ਹੈ ਤਾਂ ਟੋਟਲ ਆਨਸਰ ਆਏਗਾ ਜੀ 7 ਐਸ ਟਾਈਮ ਸਰਵਾਈਵਿੰਗ ਬੁక్స్ ਹੈ 7 ਔਰ ਜੇ ਕੁਐਸਚਨ ਪੇਪਰ ਇਹ ਪੁੱਛੇ ਕਿ ਕੰਪਲੀਟ ਬੁక్స్ ਕਿੰਨੀਆਂ ਐਸ ਟਾਈਮ ਤੱਕ ਦੀਆਂ ਤਾਂ ਉਹਦਾ ਆਨਸਰ ਆਏਗਾ ਜੀ 6 ਐਵੇਂ ਦੇਖੇ ਦੇਖ ਰੱਟੇ ਨਹੀਂ ਮਾਰ ਦੇਣੇ ਕਿ ਸਰ ਇਹ ਆਜੇ ਤਾਂ ਇਹ ਕਰ ਦੋ ਆਜੇ ਨਹੀਂ ਬੇਟਾ ਬਿਲਕੁਲ ਵੀ ਨਹੀਂ ਮਿਊਟੇਬਿਲਟੀ ਜੋ ਹੈ ਉਹਨਾਂ ਦੀ 7th ਬੁੱਕ ਹੈ ਔਰ ਮਿਊਟੇਬਿਲਟੀ ਦਾ ਮਤਲਬ ਹੁੰਦਾ ਹੈ ਚੇਂਜ ਇਹ ਐਡਮਨਡ ਸਪੈਂਸਰ ਦਾ ਜਿਹੜਾ ਵਰਕ ਹੈ ਦਾ ਫੇਰੀ ਕੁਈਨ ਆਪਾਂ ਉਹਦਾ ਜ਼ਿਕਰ ਕਰ ਰਹੇ ਹਾਂ ਠੀਕ ਹੈ ਸੈਕਿੰਡ ਜੋ ਆਪਣੇ ਕੋਲੇ ਆ ਜਾਂਦਾ ਜੀ ਕ੍ਰਿਸਟੋਫਰ ਮਾਰਲੋ ਕ੍ਰਿਸਟੋਫਰ ਮਾਰਲੋ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਠੀਕ ਹੈ ਬਹੁਤ ਅੱਛੇ ਵਰਕ ਲਿਖੇ ਹੈ ਡਾਕਟਰ ਫਾਸਟਸ ਇਹਨਾਂ ਦਾ ਇੱਕ ਪ੍ਰੋਮਿਨੈਂਟ ਵਰਕ ਹੈ ਕਿਸ ਤਰੀਕੇ ਨਾਲ ਇੱਕ ਅੱਛਾ ਇਨਸਾਨ ਇੱਕ ਇੰਟੈਲੀਜੈਂਟ ਇਨਸਾਨ ਆਪਣੀ ਸੋਲ ਵੇਚ ਦਿੰਦਾ ਹੈ ਸੈਟਨ ਨੂੰ ਲੂਸੀਫਰ ਦਾ ਜ਼ਿਕਰ ਆਉਂਦਾ ਹੈ ਦਾ ਜੀ ਆਫ ਮਾਲਟਾ ਬਾਰਬਸ ਨਾਮ ਦਾ ਇੱਕ ਕੈਰੈਕਟਰ ਹੈ ਜਿਹਨੂੰ ਸਿਰਫ ਪੈਸੇ ਨਾਲ ਪਿਆਰ ਹੈ ਔਰ ਉਹ ਰਿਲੀਜੀਅਸ ਕੌਨਸਪੀਰੇਸੀ ਦਾ ਵੀ ਸ਼ਿਕਾਰ ਹੁੰਦਾ ਹੈ ਕਿਉਂਕਿ ਜੂ ਹੈ ਠੀਕ ਹੈ ਔਰ 크ਰਿਸਚਨ ਲੋਕ ਜੂ ਨੂੰ ਨਫ਼ਰਤ ਕਰਦੇ ਹੈ ਆਪਣੇ ਵਰਕਸ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਪੜ੍ਹਦੇ ਹਾਂ ਤਾਂ ਤੁਸੀਂ ਇਸ ਚੀਜ਼ ਨੂੰ ਬੜੇ ਆਰਾਮ ਨਾਲ ਬੜੇ ਧਿਆਨ ਨਾਲ ਜੇਕਰ ਪੜ੍ਹਦੇ ਜਾਓਗੇ ਇੱਕ ਰਾਈਟਰ ਵੀ ਜੇਕਰ ਤੁਸੀਂ ਇੱਕ ਦਿਨ ਦਾ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਵਿਦਨ 60 ਡੇਸ ਤੁਸੀਂ ਕਹੋਗੇ ਸਰ ਰਾਈਟਰ ਤਾਂ 72 ਹੈ ਕੁਝ ਮਾਈਨਰ ਰਾਈਟਰਸ ਵੀ ਹੈ ਉਹਨਾਂ ਨੂੰ ਇੱਕ ਦਿਨ ਦੇਣ ਦੀ ਜ਼ਰੂਰਤ ਨਹੀਂ ਹੈ ਦੋ ਚਾਰ ਮੇਜਰ ਰਾਈਟਰ ਵੀ ਹੈ ਜਿਨ੍ਹਾਂ ਤੇ ਦੋ ਦਿਨ ਵੀ ਲੱਗ ਜਾਂਦੇ ਹੈ ਇਹ ਨਹੀਂ ਹੈਗਾ ਅੱਛਾ ਬੇਟਾ ਇੱਕ ਚੀਜ਼ ਹੋਰ ਦੱਸਾਂ ਤੁਹਾਨੂੰ ਥੋੜੀ ਜੀ ਸਪੀਡ ਵੀ ਮੇਨਟੇਨ ਰੱਖਣੀ ਹੈ ਤੁਸੀਂ ਇੱਕ ਰਾਈਟਰ ਨੂੰ ਚਾਹੇ 10 ਦਿਨਾਂ ਦੇ ਵਿੱਚ ਪੜ੍ਹ ਲਓ ਤੁਸੀਂ ਉਹਨੂੰ ਪੂਰੀ ਤਰੀਕੇ ਨਾਲ ਯਾਦ ਨਹੀਂ ਰੱਖ ਪਾਉਂਗੇ ਜੋ ਵੀ ਲਿਮਿਟੇਸ਼ਨਸ ਹੈਗੀਆਂ ਇਹ ਸਾਰੀਆਂ ਤੁਸੀਂ ਆਪ ਬਣਾ ਕੇ ਰੱਖਦੇ ਹੋ ਤੁਸੀਂ ਬਿਲਕੁਲ ਵੀ ਸਿਲੇਬਸ ਜਾਂ ਕੰਟੈਂਟ ਨੂੰ ਆਪਣੇ ਤਰੀਕੇ ਨਾਲ ਨਹੀਂ ਪੜਨਾਗਾ ਤੁਸੀਂ ਇਹ ਜ਼ਰੂਰ ਦੇਖਣਾ ਹੈ ਕਿ ਪੇਪਰ ਦੀ ਸਾਈਕੋਲੋਜੀ ਕੀ ਹੈ ਪੇਪਰ ਤੁਹਾਡੇ ਤੋਂ ਕੀ ਡਿਮਾਂਡ ਕਰ ਰਿਹਾ ਹੈ ਇਹ ਨਹੀਂ ਕਿ ਇੱਕ ਆਪਾਂ ਵਿਲੀਅਮ ਸ਼ੇਕਸਪੀਅਰ ਨੂੰ ਲੈਣੇ ਹਨ ਕਿ ਸਿਰਫ ਅਸੀਂ ਵਿਲੀਅਮ ਸ਼ੇਕਸਪੀਅਰ ਤੇ 15 ਡੇਜ਼ ਲਗਾਤੇ ਬਹੁਤ ਵੱਡੀ ਬੇਵਕੂਫੀ ਹੈ ਵਿਲੀਅਮ ਸ਼ੇਕਸਪੀਅਰ ਨੂੰ ਭਾਵੇਂ ਤੁਸੀਂ ਆਰਾਮ ਨਾਲ ਬਾਕੀ ਜਿਹੜੇ ਵਰਕਸ ਆਪਣੇ ਰਾਈਟਰਸ ਦਿੱਤੇ ਹੋਏ ਆ ਤੁਸੀਂ ਉਹਨਾਂ ਦੇ ਨਾਲ ਵੀ ਕਰ ਸਕਦੇ ਹੋ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਪਾਸੇ ਇੰਗਲਿਸ਼ ਲਿਟਰੇਚਰ ਸਾਰਾ ਇੱਕ ਪਾਸੇ ਆਪਾਂ ਕਹੀਏ ਵਿਲੀਅਮ ਸ਼ੇਕਸਪੀਅਰ ਤਾਂ ਆਪਾਂ ਵਿਲੀਅਮ ਸ਼ੇਕਸਪੀਅਰ ਨੂੰ ਜਿਹੜਾ ਮਾਸਟਰ ਕੈਟਰ ਦੇ ਪੁਆਇੰਟ ਆਫ 뷰 ਤੋਂ ਪੜ੍ਹਨਾ ਹੈ ਤਾਂ ਤੁਸੀਂ ਮਾਸਟਰ ਕੈਟਰ ਦੇ ਜਿਹੜੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਆਏ ਹੋਏ ਆ ਔਰ ਪਲੱਸ UGC NET ਦੇ ਕੁਐਸਚਨ ਪੇਪਰ ਤੁਹਾਨੂੰ ਇੱਕ ਆਈਡੀਆ ਹੋ ਜਾਏਗਾ ਕਿ ਅਸੀਂ ਕਿੰਨਾ ਪੜ੍ਹਨਾ ਹੈ 20 ਤੋਂ 25 ਜਿਹੜੇ ਵਰਕਸ ਆ ਨੇ ਇਨਾਫ ਹੈ ਔਰ ਇਹ ਬਹੁਤ ਆਸਾਨ ਵਰਕ ਹੈ ਜਿਹੜੇ ਅਸੀਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੇ ਜੀ विलियम शेक्सपियर ਦੀ ਜੋ ਲਪਹੋਂ ਨੇ ਗੱਲ ਹੀ ਕਰ ਰਿਹਾ ਦਾ ਮਰਚੈਂਟ ਆਫ ਵੇਨਸ ਹੈਮਲੇਟ ਆਥੈਲੋ ਕਿੰਗ ਲੀਅਰ ਮੈਕਬੈਥ ਰੋਮੀਓ ਐਂਡ ਜੂਲੀਅਟ ਠੀਕ ਹੈ ਇਹ ਸਾਰੇ ਵਰਕ ਜਿਹੜੇ ਹੈਗੇ ਆ ਇਹ ਬਹੁਤ ਅੱਛੇ ਵਰਕ ਹੈ ਔਰ ਇਹਨਾਂ ਦੀ ਸਟੋਰੀ ਬਹੁਤ ਅੱਛੀ ਹੈ ਸਟਾਰ ਕ੍ਰਾਸਡ ਲਵਰ ਇੱਕ ਆ ਜਾਂਦੀ ਹੈ ਟਰਮ ਕਿ ਸਟਾਰ ਕ੍ਰਾਸਡ ਲਵਰ ਜਿਹੜਾ ਹੈ ਇਹ ਕਿਹੜੇ ਵਰਕ ਵਾਸਤੇ ਅਪਲਾਈ ਕੀਤੀ ਗਈ ਟਰਮ ਹੈ ਤਾਂ ਇਹ ਰੋਮੀਓ ਐਂਡ ਜੂਲੀਅਟ ਹੈ ਠੀਕ ਹੈ ਆਥੈਲੋ ਦਾ ਮੂਰ ਆਫ ਵੇਨਸ ਕਿੰਗ ਲੀਅਰ ਕਿੰਗ ਲੀਅਰ ਦੇ ਤਿੰਨ ਬੇਟੀਆਂ ਸੀ ਯਾਦਾ ਤੁਹਾਨੂੰ ਕਿਹੜੀਆਂ ਕਿਹੜੀਆਂ ਬੇਟੀਆਂ ਸੀ ਕਿੰਗ ਲੀਰ ਦੀਆਂ ਸ਼ੋਕਮਾਰ ਗੁੱਡ ਗੋਇੰਗ ਗ੍ਰੇਟ ਗੋਇੰਗ ਬ੍ਰਦਰ ਥੈਂਕ ਯੂ ਸੋ ਮੱਚ ਅਸ਼ੋਕ ਜੀ ਨੈਕਸਟ ਜੋ ਆਪਣੇ ਕੋਲੇ ਆ ਜਾਂਦਾ ਹੈ ਅੱਛਾ ਇਹ ਕੁਐਸਚਨ ਆਂਦਾ ਹੈ ਇੱਕ ਛੋਟਾ ਜਿਹਾ ਮੈਂ ਤੁਹਾਨੂੰ ਦੱਸਾਂ ਮਾਸਟਰ ਕੈਡਰ 60 60 ਦੇ ਵਿੱਚੋਂ ਆਇਆ ਹੋਇਆ ਕੁਐਸਚਨ ਹੈ ਇਨ ਵਿਚ ਆਫ ਵਿਚ ਪਲੇ ਆਫ ਸ਼ੇਕਸਪੀਅਰ ਡਸ ਦਾ ਗਰੇਵ ਡਿਗਰ ਸੀਨ ਅਕਰਸ ਕਬਰ ਪੁੱਟੀ ਜਾਂਦੀ ਹੈ ਉਹ ਕਿਹੜਾ ਜਿਹੜਾ ਵਰਕ ਹੈ ਉਹਦੇ ਵਿੱਚ ਇਹ ਸੀ ਨੰਦਾ ਹੈ ਤਾਂ ਤੁਸੀਂ ਇਹਦਾ ਆਨਸਰ ਦਿਓ ਗੁਰਪ੍ਰੀਤ ਸਿੰਘ ਵੈਰੀ ਗੁੱਡ ਗੁਰੀ ਹੈਮਲੇਟ ਪਰ ਇਹ ਕਬਰ ਪੁੱਟੀ ਕਿੰਦੇ ਵਾਸਤੇ ਜਾ ਰਹੀ ਹੈ ਇਹ ਵੀ ਦੱਸ ਦਿਓ ਠੀਕ ਹੈ ਇਹ ਜਿਹੜੀ ਕਬਰ ਹੈ ਇਹ ਕਿੰਦੇ ਵਾਸਤੇ ਪੁੱਟੀ ਜਾ ਰਹੀ ਹੈ ਇਹਦਾ ਵੀ ਆਨਸਰ ਦੇ ਦਿਓ ਵੈਰੀ ਗੁੱਡ ਜੋਤੀ ਬੱਬਰ ਹੈਮਲੇਟ ਰਜਿੰਦਰ ਕੌਰ ਰਾਜਵਿੰਦਰ ਕੌਰ ਹੈਮਲੇਟ ਡਾਕਟਰ ਸਾਹਿਬ ਵੀ ਆਗੇ ਠੀਕ ਹੈ ਨੈਕਸਟ ਉਹ ਆਪਣੇ ਕੋਲੇ ਆਉਂਦਾ ਬੇਟਾ ਉਹ ਆਉਂਦਾ ਹੈ ਜੈਕੋਬੀਨ ਟੂ ਰੈਸਟੋਰੇਸ਼ਨ 에ਜ ਜੈਕੋਬੀਨ ਟੂ ਰੈਸਟੋਰੇਸ਼ਨ 에ਜ ਦੇ ਵਿੱਚ ਤੁਸੀਂ ਪੜ੍ਹਦੇ ਹੋ ਜੌਨ ਡਨ ਠੀਕ ਹੈ ਦਾ ਕੈਨਨਾਈਜੇਸ਼ਨ ਪਾਇਥਨਾਟੋਸ ਇਹ ਕਹਿਆ ਜਾ ਵਰਕ ਹੈ ਜਿੰਨੇ ਜੋ ਡਿਫੈਂਸ ਕਰਦਾ ਹੈ ਸੁਸਾਈਡ ਦਾ ਕਿ ਸੁਸਾਈਡ ਕਰਨਾ ਆਪਣੇ ਆਪ ਕੋਈ ਬੁਰੀ ਗੱਲ ਨਹੀਂ ਹੈ ਦਾ ਕੈਨਨਾਈਜੇਸ਼ਨ ਤੁਸੀਂ ਸਾਰਿਆਂ ਨੇ ਹੀ ਪੜ੍ਹੀ ਹੋਈ ਪੋਇਮ ਹੈ ਮੈਟ੍ਰਿਕ ਕਰਨਾਂ ਦੀ ਪੋਇਮ ਹੈ ਦਾ ਫਲੀ ਲਗਭਗ ਸਾਰੇ ਹੀ ਯਾਦ ਰਾਹੂਗੀ ਜਿੰਨੇ ਵੀ ਤੁਸੀਂ ਮਾਸਟਰ ਕਟ ਦੀ ਤਿਆਰੀ ਕਰ ਰਹੇ ਹੋ ਹੋਰ ਕੋਈ ਪੋਇਮ ਯਾਦ ਰਵੇ ਨਾ ਰਵੇ ਦਾ ਫਲੀ ਤੁਹਾਨੂੰ ਜ਼ਰੂਰ ਯਾਦ ਰਹੇਗੀ ਹਨਾ ਇੱਕ ਲਵਰ ਹੈ ਉਹ ਕਹਿੰਦਾ ਹੈ ਕਿ ਇੱਕ ਫਲੀ ਹੈ ਮੱਖੀ ਹੈ ਜੋ ਉਹਦੀ ਬਿਲਵਡ ਦੇ ਹੱਥ ਤੇ ਬੈਠ ਕੇ ਉਹਨੇ ਉਹਨੂੰ ਵੀ ਕੱਟ ਲਿਆ ਉਹਨੇ ਲਵਰ ਨੂੰ ਵੀ ਕੱਟ ਲਿਆ ਔਰ ਹੁਣ ਜਿਹੜਾ ਉਹਨਾਂ ਦੋਵਾਂ ਦਾ ਬੱਚਾ ਹੈ ਉਹ ਮੱਖੀ ਦੇ ਪੇਟ ਦੇ ਵਿੱਚ ਪੈਦਾ ਹੋ ਰਿਹਾ ਹੈ ਇਟ ਮੀਨਸ ਉਹਨਾਂ ਨੂੰ ਹੁਣ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਰਹੀ ਮਤਲਬ ਮੈਟਾਫਿਜ਼ਿਕਸ ਮੈਟਾ ਮੀਨਸ ਬਿਯੋਂਡ ਠੀਕ ਹੈ ਕਿਸੇ ਚੀਜ਼ ਤੋਂ ਪਰੇ ਦੀ ਸੋਚ ਰੱਖ ਕੇ ਜਦੋਂ ਆਪਾਂ ਚੱਲਦੇ ਹਾਂ ਉਹ ਰਾਈਟਰ ਜਿਹੜੇ ਹੈ ਅੱਛਾ ਇੱਕ ਕੁਐਸਚਨ ਆ ਤੁਹਾਡੇ ਵਾਸਤੇ ਛੋਟਾ ਜਾ ਇੱਕ ਕੋਇਨ ਕਿਨੇ ਕੀਤੀ ਸੀ ਟਰਮ ਮੈਟਾਫਿਜ਼ੀਕਲ ਪੋਏਟਸ ਐਡ ਟਰਮ ਜਿਹੜੀ ਹੈ ਕਿਨੇ ਕੋਇਨ ਕੀਤੀ ਸੀ ਜਿਨ੍ਹਾਂ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਜੌਨ ਡਨ ਇਟਸ ਇਕਟਰਾ ਦਾ ਸੌਮਟੋਸ ਕੋਰ ਗੁੱਡ ਗੋਇੰਗ ਗੁੱਡ ਗੋਇੰਗ ਥੈਂਕ ਯੂ ਸੋ ਮੱਚ ਦੋਸਤੋ ਬਈ ਇਹ ਜਿਹੜੀ ਕੋਇਨ ਕਿਨੇ ਕੀਤੀ ਗਈ ਸੀ ਟਰਮ ਮੈਟਾਫਿਜ਼ੀਕਲ ਪੋਏਟਸ ਇਹ ਜਿਹੜੀ ਟਰਮ ਹੈ ਕਿਨੇ ਕੋਇਨ ਕੀਤੀ ਸੀ ਤਾਂ ਇਹ ਜਿਹੜੀ ਟਰਮ ਕੋਇਨ ਕੀਤੀ ਗਈ ਸੀ ਡਾਕਟਰ ਸੈਮੂਲ ਜான்ਸਨ ਜੋਤੀ ਬੱਬਰ ਵੈਰੀ ਗੁੱਡ ਸਿਮਰਪੁਰ ਸੈਮੂਲ ਜான்ਸਨ ਬਿਲਕੁਲ ਸਹੀ ਆਨਸਰ ਹੈ ਜੀ اور ਸੈਮੂਲ ਜான்ਸਨ ਇੱਕ ਬੁੱਕ ਲਿਖੀ ਸੀ ਜਿੰਦੇ ਚ ਉਹਨੇ 52 ਰਾਈਟਰਸ ਦਾ ਜ਼ਿਕਰ ਕੀਤਾ ਸੀ ਉਹਨਾਂ ਦੇ ਵਿੱਚ ਇੱਕ ਚੈਪਟਰ ਸੀ ਪੌਲੀ ਠੀਕ ਹੈ ਹਾਲਾਂਕਿ ਤੁਹਾਨੂੰ ਇਹ ਗੱਲ ਦੱਸ ਦੇਵਾਂ ਕਿ ਜਿਹੜੀ ਬੁੱਕ ਦਾ ਆਪਾਂ ਜ਼ਿਕਰ ਕੀਤਾ ਗਿਆ ਉਹਦੇ ਜੌਨ ਡਨ ਦਾ ਕੋਈ ਨਾਮ ਨਹੀਂ ਲਿਆ ਗਿਆ ਪਰ ਟਰਮ ਕੋਇਨ ਕੀਤੀ ਗਈ ਸੀ ਮੈਟਾਫਿਜ਼ੀਕਲ ਪੋਏਟਸ ਵੈਰੀ ਗੁੱਡ ਬੇਟਾ ਵੈਰੀ ਗੁੱਡ ਆਨਸਰ ਸੈਮੂਲ ਡਾਉਨਸ ਅਨਗੁਰਪਤ ਸਿੰਘ ਉਸ ਤੋਂ ਬਾਅਦ ਆਪਣੇ ਕੋਲੇ ਰਾਈਟਰ ਹੈ ਜੀ ਐਨ ਜான்ਸਨ 11 ਜੂਨ 1572 ਨੂੰ ਇਹਨਾਂ ਦਾ ਬਰਥ ਹੁੰਦਾ ਹੈ ਔਰ 1637 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ ਵੋਲਪੋਨ ਜਾਂ ਵੋਲਪੋਨੇ ਐਪੀਸੀਨ ਔਰ ਦਾ ਸਾਈਲੈਂਟ ਔਮਨ ਮੋਸਕਾ ਨਾਮ ਦਾ ਇਹਨਾਂ ਦਾ ਇੱਕ ਸਰਵੈਂਟ ਹੈ ਐਪੀਸੀਨ ਦੇ ਵਿੱਚ ਤੁਸੀਂ ਪੜ੍ਹਦੇ ਹੋ ਮੋਰੋਸ ਨਾਮ ਦਾ ਇਹਨਾਂ ਦਾ ਵਿਚਾਰੇ ਦਾ ਤੋਖੇ ਨਾਲ ਵਿਆਹ ਕਰਾ ਦਿੱਤਾ ਜਾਂਦਾ ਇੱਕ ਲੜਕੇ ਦੇ ਨਾਲ ਹੀ ਠੀਕ ਹੈ ਆਪਣੇ ਆਪ ਦੇ ਵਿੱਚ ਬਹੁਤ ਇੰਟਰਸਟਿੰਗ ਸਟੋਰੀਜ਼ ਹੈ ਇਰਪਾ ਪੜਦੇ ਆਂ ਦੀ ਜான் ਮਿਲਟਨ ਜான் ਮਿਲਟਨ ਨੂੰ ਤਾਂ ਸਾਰੇ ਯਾਦ ਰੱਖਦੇ ਹੈ ਨਾ ਐਡਮ ਐਂਡੀ ਪੈਰਾਡਾਈਜ਼ ਲਾਸਟ 1667 ਔਰ ਪੈਰਾਡਾਈਜ਼ ਲਾਸਟ ਨੂੰ ਲੈ ਕੇ ਵੀ ਇੱਕ ਕੁਐਸਚਨ ਜ਼ਰੂਰ ਯਾਦ ਰੱਖਿਓ ਕਿ ਪੈਰਾਡਾਈਜ਼ ਲਾਸਟ ਇਹ ਮਾਸਟਰ ਕੈਟਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਕਿ ਪੈਰਾਡਾਈਜ਼ ਲਾਸਟ ਜਦੋਂ ਲਿਖਿਆ ਗਿਆ ਸੀ ਤਾਂ ਉਦੋਂ ਕਿੰਨੀਆਂ ਬੁੱਕਸ ਸੀ ਪੈਰਾਡਾਈਜ਼ ਲਾਸਟ ਜਦੋਂ ਲਿਖਿਆ ਗਿਆ ਸੀ ਤਾਂ ਉਦੋਂ ਜਿਹੜੀਆਂ ਟੋਟਲ ਬੁੱਕਸ ਸੀ ਉਹ 10 ਸੀ ਜਦੋਂ ਲਿਖੀਆਂ ਗਈਆਂ ਸੀ ਪਰ ਜੇਕਰ ਅਪਾ ਅੱਜ ਦੀ ਗੱਲ ਕਰੀਏ ਤਾਂ ਪੈਰਾਡਾਈਜ਼ ਲਾਸਟ ਦੇ ਵਿੱਚ 12 ਬੁੱਕਸ ਹੈ ਠੀਕ ਹੈ ਪੈਰਾਡਾਈਜ਼ ਲਾਸਟ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣਾਂ ਦੇ ਵਿੱਚ ਕਿੰਨੀਆਂ ਬੁੱਕਸ ਹੈ ਬੇਟਾ 12 ਬੁੱਕਸ ਹੈ ਔਰ ਜਿਹੜੀਆਂ ਦੋ ਬੁੱਕ ਬਾਅਦ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਫਸਟ ਵਨ ਇਜ਼ ਇੰਟਰੋਡਕਸ਼ਨ ਠੀਕ ਹੈ ਜਿੰਦੇ ਚੋ ਆਪਣੇ ਸਬਜੈਕਟ ਨੂੰ ਡਿਫੈਂਡ ਕਰਦਾ ਹੈ ਔਰ ਲਾਸਟ ਵਨ ਜਿਹੜੀ ਸੀ ਉਹ ਉਹਦਾ ਨਾਮ ਹੈ ਜੀ ਕਨਕਲੂਜਨ ਤਾਂ ਇਸ ਟਾਈਮ ਜੋ ਪੈਰਾਡਾਈਜ਼ ਲਾਸਟ ਤੁਸੀਂ ਪੜ੍ਹਦੇ ਹੋ ਉਹਨੀਆਂ 12 ਬੁੱਕਸ ਹੈ ਠੀਕ ਹੈ ਔਰ ਐਰਗੋ ਪੈਜਿਟਿਕਾ ਜਦੋਂ ਆਪਾਂ ਵਰਕ ਪੜ੍ਹਦੇ ਹਾਂ ਤਾਂ ਇਹ ਫਰੀडम ਆਫ ਪ੍ਰੈਸ ਫਰੀडम ਆਫ ਪ੍ਰੈਸ ਵਾਸਤੇ ਲਿਖਿਆ ਗਿਆ ਬਹੁਤ ਹੀ ਵਧੀਆ ਇੱਕ ਪੈਂਫਲੇਟ ਸੀ ਫਿਰ ਆਪਣੇ ਕੋਲੇ ਆਂਦਾ ਜੌਨ ਡਰਾਈਡਨ ਜੌਨ ਡਰਾਈਡਨ ਨੂੰ ਤੁਸੀਂ ਇੱਕ ਆਪਰਚੂਨਿਟੀਸਟ ਵੀ ਕਹਿ ਸਕਦੇ ਹੋ ਮੌਕਾ ਪ੍ਰਸਤ ਇਨਸਾਨ ਸੀ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ ਵੈਨ ਇਨ ਰੋਮ ਬਿਹੇਵ ਲਾਈਕ ਅ ਰੋਮਨ ਠੀਕ ਹੈ ਤਾਂ ਇਹ ਫਸਟ ਆਫੀਸ਼ੀਅਲ ਪੋਇਟ ਲੋਰੇਟ ਸੀ ਜਿਹੜੇ ਅਪਾਇੰਟ ਕੀਤੇ ਗਏ ਸੀ 1668 ਦੇ ਵਿੱਚ ਆਫੀਸ਼ੀਅਲ ਪੋएट ਲੋਰੇਟ ਦਾ ਮਤਲਬ ਹੁੰਦਾ ਰਾਜ ਕਵੀ ਔਰ ਪੈਨ ਜੌਨ ਸੌਰੀ ਜੌਨ ਰਾਈਡਨ ਇੱਕ ਹੈ ਜੇ ਰਾਈਟਰ ਸੀ ਜਿਹੜੇ ਫਰਸਟ ਅਫੀਸ਼ੀਅਲ ਸੀ ਜਿਨ੍ਹਾਂ ਨੂੰ ਅਫੀਸ਼ੀਅਲ ਤੌਰ ਤੇ ਅਪਾਇੰਟ ਕੀਤਾ ਗਿਆ ਸੀ ਐਜ਼ ਅ ਪੋएट ਲੋਰੇਟ 1668 ਦੇ ਵਿੱਚ ਚਾਰਲਸ 2 ਦੇ ਦੌਰਾਨ ਇਹਨਾਂ ਦੁਆਰਾ ਲਿਖੇ ਗਏ ਅਲੇਗਰੀ ਹੈ ਜੀ ਐਬਸੋਲੋਮਨ ਕਿਟੋਫੈਲ ਮੈਕਫਲੇਕਨੋਏ ਟੋਮਸ ਸ਼ੈਡਵੈਲ ਦੇ ਨਾਲ ਜਿਹੜੀ ਇਹਨਾਂ ਦੀ ਵਾਰ ਸੀ ਉਹਦੇ ਵਾਸਤੇ ਲਿਖੇ ਗਏ ਜਿਹੜੇ ਵਰਕਸ ਹੈਗੇ ਆ ਇਹ ਤੁਸੀਂ ਆਰਾਮ ਨਾਲ ਔਰ ਬੜੇ ਧਿਆਨ ਨਾਲ ਪੜ੍ਹਨੇ ਹੈ ਅੱਛਾ ਇੱਕ ਛੋਟਾ ਜਿਹਾ ਤੁਹਾਨੂੰ ਇੱਥੇ ਕੁਐਸਚਨ ਹੋਰ ਦੱਸ ਦਿੰਨਾ ਹੈ ਕਿ ਕਈ ਵਾਰੀ ਤੁਹਾਨੂੰ ਕੁਐਸਚਨ ਆ ਜਾਂਦਾ ਹੈ ਇੱਕ ਮਾਸਟਰਕੀਡਰ ਇੰਗਲਿਸ਼ ਦਾ ਕੁਐਸਚਨ ਆਇਆ ਹੋਇਆ ਹੈ ਕਿ ਆਰਟਿਸਟਿਕ ਰੈਬਲ ਠੀਕ ਹੈ ਹੂ ਵਾਸ ਜੇਕਰ ਆਪਾਂ ਇੱਥੇ ਲਿਖੀ ਦਿੰਨੇ ਆ ਤੁਸੀਂ ਜਦੋਂ ਵੀ ਕਿਸੇ ਵੀ ਰਾਈਟਰ ਨੂੰ ਪੜ੍ਹਨਾ ਹੈ ਤਾਂ ਤੁਸੀਂ ਉਹਦਾ ਨੇਚਰ ਜ਼ਰੂਰ ਪੜ੍ਹਨਾ ਹੈ ਇੱਥੇ ਕੁਐਸਚਨ ਲਿਖਦਾ ਮੈਂ ਹੂ ਵਾਸ ਆਰਟਿਸਟਿਕ ਰੈਬਲ ਫਸਟ ਵਨ ਇਜ਼ ਮੈਂ ਤੁਹਾਨੂੰ ਆਪਸ਼ਨ ਦੇ ਦਿੰਦਾ ਜੀ ਡੌਨ ਰਾਈਡਨ ਠੀਕ ਹੈ ਸੈਕਿੰਡ ਮੈਂ ਤੁਹਾਨੂੰ ਆਪਸ਼ਨ ਦੇ ਦੇਣਾ ਜੀ ਵਿਲੀਅਮ ਬਲੇਕ ਇਹ ਮਾਸਟਰ ਕੈਡਰ ਇੰਗਲਿਸ਼ 60 60 ਦਾ ਕੁਐਸਚਨ ਹੈ ਠੀਕ ਹੈ ਪਰ ਕਰਨਾ ਕਿਵੇਂ ਮੈਂ ਉਸ ਹਿਸਾਬ ਨਾਲ ਲਿਖ ਕੇ ਦੇ ਰਿਹਾ ਥਰਡ ਵਨ ਮੈਂ ਕਹਿ ਦਿੰਨਾ ਬੋਥ ਆਫ 뎀 ਕਿ ਦੋਨੋਂ ਹੀ ਹੈ ਜੀ ਆਰਟਿਸਟਿਕ ਰੈਬਲ ਦੋਨੋਂ ਹੀ ਹੈ ਔਰ ਜੇਕਰ ਮੈਂ ਕਹਾਂ ਲਾਸਟ ਵਨ ਕਿ ਨਨ ਆਫ ðiਸ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਆਨਸਰ ਕਿਹੜਾ ਸਿਲੈਕਟ ਕਰੋਗੇ ਤੁਸੀਂ ਮੈਨੂੰ ਆਨਸਰ ਦੱਸੋ ਕਿ ਇਹਨਾਂ ਦੇ ਵਿੱਚੋਂ ਤੁਹਾਡਾ ਜਿਹੜਾ क्रिटिकल पॉइंट ऑफ व्यू ਤੋਂ ਜਿਹੜਾ ਆਨਸਰ ਆਏਗਾ ਉਹ ਆਨਸਰ ਕਿ ਸਿਲੈਕਟ ਕਰੋਗੇ थैंक यू ਸੋ ਮਚ ਬਟਾ थैंक यू ਸੋ ਮਚ ए ਜੋਤੀ ਕਹਿ ਰਹੀ ਹੈ ਜੀ ਆਨਸਰ ਏ ਹੈ ਨਹੀਂ ਬੇਟਾ ਆਨਸਰ ਏ ਨਹੀਂ ਹੈ ਠੀਕ ਹੈ ਆਨਸਰ ਏ ਨਹੀਂ ਹੈ ਇਹ 60 60 ਮਾਸਟਰ ਕੈਡਰ ਦਾ ਕੁਐਸਚਨ ਹੈ ਕਿ ਜਦੋਂ ਆਪਾਂ ਰਾਈਟਰ ਪੜ੍ਹਦੇ ਆਂ ਕਈ ਵਾਰ ਇਹ ਨਾਲ ਤੁਸੀਂ ਤਿਆਰੀ ਕਰਦੇ ਹੋ ਤਾਂ ਤੁਸੀਂ ਰਾਈਟਰ ਦੇ ਨੇਚਰ ਨੂੰ ਪੜ੍ਹਨਾ ਭੁੱਲ ਜਾਂਦੇ ਹੋ ਤੁਸੀਂ ਇਹ ਤਾਂ ਪੜ੍ਹ ਲੈਣੇ ਹੋ ਕਿ ਉਹਦਾ ਜਨਮ ਕਦੋਂ ਹੋਇਆ ਤੁਸੀਂ ਇਹ ਵੀ ਪੜ ਲੈਣ ਨੂੰ ਕਿ ਉਹ ਕਿਹੜੇ-ਕਿਹੜੇ ਹੈ ਉਹਨਾਂ ਦੇ ਵਰਕਸ ਦੀ ਪਬਲੀਕੇਸ਼ਨ ਡੇਟ ਵੀ ਤੁਸੀਂ ਯਾਦ ਰੱਖ ਲਈ ਠੀਕ ਹੈ ਔਰ ਉਸ ਵਰਕਸ ਦੇ ਵਿੱਚ ਕੈਰੈਕਟਰ ਕਿਹੜੇ-ਕਿਹੜੇ ਇਹ ਵੀ ਤੁਸੀਂ ਯਾਦ ਰੱਖ ਲਿਆ ਵਿਲੀਅਮ ਬਲੇਕ ਨੇ ਪੋਇਟਰੀ ਦੀ ਕਲੈਕਸ਼ਨ ਲਿਖੀ ਔਰ ਉਹਦੇ ਵਿੱਚ ਕਿਹੜੀ ਪੋਇਮ ਕਿੱਥੇ ਆਈ ਇਹ ਵੀ ਯਾਦ ਰੱਖ ਲਿਆ ਪਰ ਤੁਸੀਂ ਵਿਲੀਅਮ ਬਲੇਕ ਨੂੰ ਭੁੱਲ ਗਏ ਠੀਕ ਹੈ ਤੁਸੀਂ ਇਹ ਭੁੱਲ ਗਏ ਕਿ ਵਿਲੀਅਮ ਬਲੇਕ ਐਕਚੁਅਲ ਦੇ ਵਿੱਚ ਕੀ ਹੈ ਤਾਂ ਜਿਹੜਾ ਇਹਦਾ ਐਕਚੁਅਲ ਆਨਸਰ ਹੈ ਬੇਟਾ ਉਹ ਹੈ ਵਿਲੀਅਮ ਬਲੇਕ ਜੌਨ ਡਰਾਇਡਨ ਤਾਂ ਆਪਣੇ ਆਪ ਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਇਹ ਤਾਂ ਆਪਰਚੂਨਿਸਟ ਸੀ ਇਹ ਤਾਂ ਉਸੀਂ ਪੰਜਾਬੀ ਵਿੱਚ ਲਿਖ ਦਿੰਨਾ ਮੈਂ ਤੁਹਾਨੂੰ ਇਹ ਤਾਂ ਮੌਕਾ ਪ੍ਰਸਤੀ ਕਿੰਨੀ ਵਾਰੀ ਇਹਨੇ ਰਿਲੀਜੀਅਨ ਚੇਂਜ ਕੀਤਾ ਠੀਕ ਹੈ ਜੋ ਰੈਬਲ ਸੀ ਆਰਟਿਸਟਿਕ ਰੈਬਲ ਮਤਲਬ ਇੱਕ ਬੰਦਾ ਜਿਹੜਾ ਆਰਟਿਸਟ ਹੈ ਕਲਾਕਾਰ ਹੈ ਔਰ ਉਹ ਵਿਰੋਧ ਕਰ ਰਿਹਾ ਵਿਰੋਧ ਕਰੇਗਾ ਕਿੰਦਾ ਅਥਾਰਟੀ ਦਾ ਵਿਰੋਧ ਕਰੇਗਾ ਕਿਉਂਕਿ ਜਿਹੜੀ ਸੋਸ਼ਲ ਕੰਡੀਸ਼ਨ ਹੈ ਉਹ ਮਾੜੀ ਹੈ ਉੱਥੋਂ ਦੀ ਉਹ ਆਮ ਲੋਕਾਂ ਦੇ ਵਾਸਤੇ ਲਿਖ ਰਿਹਾ ਹੈ ਇਸ ਕਰਕੇ ਉਹਨੇ ਉਹਨੂੰ ਆਪਾਂ ਕਹਿੰਦੇ ਆ ਆਰਟਿਸਟਿਕ ਰੈਬਲ ਇਹ ਮਾਸਟਰ ਕੈਡਰ 60 60 ਦਾ ਕੁਐਸਚਨ ਹੈ ਜੀ ਤਾਂ ਤੁਸੀਂ ਜਦੋਂ ਵੀ ਕਿਸੇ ਰਾਈਟਰ ਨੂੰ ਪੜ੍ਹਨਾ ਹੈ ਤਾਂ ਤੁਸੀਂ ਉਸ ਰਾਈਟਰ ਦੀ ਜਿਹੜੀ ਲਿਖਣ ਦਾ ਜਿਹੜਾ ਨਜ਼ਰੀਆ ਹੈ ਉਸ ਚੀਜ਼ ਨੂੰ ਜ਼ਰੂਰ ਤੁਸੀਂ ਧਿਆਨ ਚ ਰੱਖਣਾ ਹੈ ਬੇਟਾ ਲਾਰਡ ਬਾਇਰਨ ਤੁਸੀਂ ਆਨਸਰ ਦੇ ਰਹੇ ਹੋ ਬਹੁਤ ਅੱਛੀ ਗੱਲ ਹੈ ਬਟ ਲਾਰਡ ਬਾਇਰਨ ਜਿਹੜਾ ਹੈ ਆਪਸ਼ਨ ਦੇ ਵਿੱਚ अवेलेबल ਨਹੀਂ ਹੈ ਸਮਝ ਰਹੇ ਹੋ ਯੋਰ ਆਨਸਰ ਮਾਈਟ ਬੀ ਕਰੈਕਟ ਬਟ ਆਨਸਰ ਇਜ਼ ਨਾਟ ਇਨ ਦਾ ਸਰ ਸਿਲੇਬਸ ਡਿਸਕਸ ਕੀਤਾ ਹਾਂ ਸਿਲੇਬਸ ਹੀ ਡਿਸਕਸ ਕਰ ਰਹੇ ਹਾਂ ਬੇਟਾ ਸਿਲੇਬਸ ਹੀ ਡਿਸਕਸ ਕਰ ਰਹੇ ਹਾਂ ਜੋਤੀ ਸਮਝ ਰਹੇ ਹੋ ਤੁਸੀ ਇਹ ਵੀ ਦੇਖਣਾ ਹੈ ਕਿ ਜਿਹੜਾ ਆਪਸ਼ਨ ਦੇ ਵਿੱਚ ਆਨਸਰ ਕੀ ਹੈ ਜੇਕਰ ਇੱਥੇ ਲਾਰਡ ਬਾਇਰਨ ਹੁੰਦਾ ਤਾਂ ਆਬਵੀਅਸ ਇੱਥੇ ਬ્લેਕ ਰੀ ਲਿਖਿਆ ਜਾਣਾ ਸੀ ਤਾਂ ਕੁਐਸਚਨ ਜੋ ਪੇਪਰ ਹੈ ਜੋ ਤੁਹਾਨੂੰ ਸੈੱਟ ਕਰਕੇ ਦਿੱਤਾ ਜਾਂਦਾ ਹੈ ਉਹ ਜ਼ਰੂਰ ਦੋ ਕੰਟ੍ਰਰੀ ਰਾਈਟਰ ਦਿੱਤੇ ਜਾਂਦੇ ਹੈ ਔਰ ਕੰਟ੍ਰਰੀ ਦੇ ਵਿੱਚੋਂ ਤੁਸੀ ਇਹ ਲੱਭਣਾ ਹੈ ਕਿ ਐਕਚੁਅਲ ਆਨਸਰ ਕੀ ਹੈ ਗੱਲ ਸਮਝੀ ਔਰ ਉਸ ਆਨਸਰ ਨੂੰ ਲੱਭਣ ਵਾਸਤੇ ਤੁਹਾਡੇ ਕੋਲੇ ਜ਼ਰੂਰੀ ਹੈ ਕਿ ਤੁਸੀ ਉਹ ਜੇਕਰ ਰਾਈਟਰ ਨੂੰ ਉਸ ਪੁਆਇੰਟ ਆਫ View ਤੋਂ ਪੜਿਆ ਹੋਏਗਾ ਤਾਹੀਂ ਤੁਸੀ ਆਨਸਰ ਦੇ ਸਕੋਗੇ ਨੈਕਸਟ ਜੋ ਆਪਣੇ ਕੋਲ ਰਾਈਟਰ ਹੈ ਬੇਟਾ ਅੱਛਾ ਇੱਕ ਛੋਟੀ ਜਿਹੀ ਗੱਲ ਹੋਰ ਹੈ ਇੰਪੋਰਟੈਂਟ ਇਨਸੀਡੈਂਟ ਵੀ ਤੁਸੀਂ ਯਾਦ ਰੱਖਣੇ ਹੈ ਇੰਪੋਰਟੈਂਟ ਇਨਸੀਡੈਂਟ ਵੀ ਤੁਸੀਂ ਯਾਦ ਰੱਖਣੇ ਹੈ ਕਿਟਲਸ ਜਿਹੜੇ ਉਹ ਕਲੋਜ਼ ਕਰ ਦਿੱਤੇ ਗਏ ਸੀ ਸੈਪਟੈਂਬਰ 1642 ਦੇ ਵਿੱਚ ਠੀਕ ਹੈ ਨਾਟ ਓਨਲੀ ਔਨ MORAL অর ਰਿਲੀਜੀਅਸ ਗਰਾਉਂਡ ਬਟ ਆਲਸੋ ਟੂ ਪ੍ਰੀਵੈਂਟ ਪਬਲਿਕ ਅਸੈਂਬलीज ਤੁਹਾਨੂੰ ਯਾਦ ਹੋਵੇਗਾ ਇੰਗਲਿਸ਼ ਲੇਲ ਆਪਣੇ ਜਿਹੜਾ ਟਾਈਮ ਪੀਰੀਅਡ ਹੈ ਉਹਦੇ ਵਿੱਚ ਕਾਮਨਵੈਲਥ ਪੀਰੀਅਡ ਆਂਦਾ ਜਿਹਨੂੰ ਓਲੀਵਰ ਕ੍ਰੋਮਵੈਲ ਦੇ ਪੀਰੀਅਡ ਦੇ ਵਿੱਚ ਨਾਮ ਨਾਲ ਕਾਮਨ ਮੀਨਸ ਆਮ ਲੋਕ ਵੈਲਥ ਮਤਲਬ ਪ੍ਰੋਪਰਟੀ ਜਦੋਂ ਆਮ ਲੋਕਾਂ ਦੀ ਪ੍ਰੋਪਰਟੀ ਕਹਿਣ ਤੋਂ ਪਾਵਾ ਜਦੋਂ ਡੈਮੋਕਰੈਟਿਕ ਸਿਸਟਮ ਸ਼ੁਰੂ ਹੋਣ ਦੀ ਕੋਸ਼ਿਸ਼ ਕਰਵਾਈ ਗਈ ਬਹੁਤ ਥੋੜਾ ਸਮਾਂ ਸੀ ਉਹ ਠੀਕ ਹੈ ਤਾਂ ਉਸ ਟਾਈਮ ਨੂੰ ਆਪਾਂ ਕਹਿੰਦੇ ਆ ਕਾਮਨ ਵੈਲਥ ਪੀਰੀਅਡ ਔਰ ਉਸ ਕਾਮਨ ਵੈਲਥ ਪੀਰੀਅਡ ਦੇ ਵਿੱਚ ਉਸ ਤੋਂ ਜਦੋਂ ਉਹ ਕ੍ਰੀਏਟ ਹੁੰਦੀ ਹੈ ਉਹਨਾਂ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਹੋਈਆਂ ਕਾਫੀ ਤਾਂ ਉਦੋਂ ਜੈਟਰਲਸ ਜਿਹੜੇ ਸੀ ਉਹ ক্লোਜ਼ ਕਰ ਦਿੱਤੇ ਗਏ ਸੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਯੂਜੀਸੀ ਨੈਟ ਦੇ ਪੇਪਰ ਦੇ ਵਿੱਚ ਕਈ ਵ ਇਹ تھیਟਰਸ ਕਦੋਂ ক্লোਜ਼ ਹੋਏ ਤਾਂ ਇਹ 1642 ਦੇ ਵਿੱਚ ক্লোਜ਼ ਹੋਏ ਔਰ ਇਹ ਰੀਓਪਨ ਕਦੋਂ ਹੁੰਦੇ ਆ ਰੀਸਟੋਰੇਸ਼ਨ ਜੋ ਤੁਸੀਂ ਰੈਸਟੋਰੇਸ਼ਨ ਪੀਰੀਅਡ ਪੜ੍ਹਦੇ ਹੋ ਯਾਦ ਹੋਏਗਾ ਤੁਹਾਨੂੰ ਰੈਸਟੋਰੇਸ਼ਨ ਜਦੋਂ ਚਾਰਲਸ II ਆਉਂਦੇ ਹੈ ਤਾਂ ਉਦੋਂ ਅਗਸਟ 21 1660 ਅਗਸਟ 21 1660 ਨੂੰ ਤੁਸੀਂ ਇਹ ਜਿਹੜੇ تھیਟਰਸ ਹੈ ਰੀਓਪਨ ਕਰ ਦਿੱਤੇ ਗਏ ਸੀ ਤਾਂ ਤੁਸੀਂ ਜਦੋਂ ਮਾਸਟਰ ਕੈਡਰ ਇੰਗਲਿਸ਼ ਦੀ ਤਿਆਰੀ ਕਰ ਰਹੇ ਹੋ ਜਾਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਹਿਸਟੋਰੀਕਲ ਇਵੈਂਟਸ ਵੀ ਯਾਦ ਰੱਖਣੇ ਪੈਣਗੇ ਔਰ ਜੇਕਰ ਤੁਸੀਂ ਹਿਸਟੋਰੀਕਲ ਇਵੈਂਟਸ ਨੂੰ ਨਾਲ ਲੈ ਕੇ ਚੱਲਦੇ ਹੋ ਤਾਂ ਤੁਹਾਡੇ ਵਾਸਤੇ ਇਹ ਸਿਲੇਬਸ ਨੂੰ ਬੜੇ ਵਧੀਆ ਤਰੀਕੇ ਨਾਲ ਯਾਦ ਰੱਖਣਾ ਬਹੁਤ ਆਸਾਨ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਸਰ ਸਾਡਾ ਕੰਮ ਵੱਧ ਗਿਆ ਸਾਨੂੰ ਤਾਂ ਕੱਲਾ ਰਾਈਟਰ ਹੀ ਯਾਦ ਨਹੀਂ ਰਹਾ ਸੀ ਹੁਣ ਅਸੀਂ ਹਿਸਟਰੀ ਨੂੰ ਕਿਵੇਂ ਯਾਦ ਰੱਖਾਂਗੇ ਇਹ ਗੱਲ ਨਹੀਂ ਹੈਗੀ ਜੇਕਰ ਤੁਸੀਂ ਹਿਸਟਰੀ ਨੂੰ ਯਾਦ ਰੱਖਦੇ ਹੋ ਤੁਸੀਂ ਇਹਨਾਂ ਨੂੰ ਕੋਰਿਲੇਟ ਕਰਨਾ ਸਿੱਖ ਜਾਂਦੇ ਹੋ ਤਾਂ ਤੁਸੀਂ ਉਹ ਵਰਕ ਉਹ ਰਾਈਟਰ ਦਾ ਜਿਹੜਾ ਏਜ ਤੁਸੀਂ ਸਾਹਮਣੇ ਦੇਖ ਰਹੇ ਹੋ ਆਪਾਂ ਸਿਲੇਬਸ ਡਿਸਕਸ ਕਰ ਰਹੇ ਹਾਂ ਕਿ ਏਜ ਵਾਈਜ਼ ਰਾਈਟਰ ਹੈਗੇ ਆ ਇੱਕ ਰਾਈਟਰ ਜਿਹੜਾ ਹੈ ਉਹ ਦੂਸਰੀ ਏ ਦੇ ਰਾਈਟਰ ਦੇ ਨਾਲ ਮੈਚ ਨਹੀਂ ਕਰਦਾਗਾ ਤੁਸੀਂ ਹਿਸਟੋਰੀਕਲ ਕੰਟੈਕਸਟ ਤੋਂ ਵੀ ਇਹ ਜ਼ਰੂਰ ਯਾਦ ਰੱਖਣਾ ਹੈ ਕਿ ਕਿਹੜੇ ਰਾਈਟਰ ਦੇ ਵਿੱਚ ਕਿਹੜੀਆਂ ਕੁਆਲਿਟੀਆਂ ਹੈ 18 ਸਾਲ ਲਗਭਗ ਇਹ ਥੀਏਟਰ ਜਿਹੜੇ ਹੈ ਬੰਦ ਰਹੇ ਇਹ ਇੱਕ ਟੈਂਟੇਟਿਵ ਟਾਈਮ ਪੀਰੀਅਡ ਹੈ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਜੀ ਆਗਸਟ ਨੇਜ ਠੀਕ ਹੈ ਆਗਸਟ ਨੇਜ ਜਨਤਨ ਸਵਿਫਟ 1667 ਦੇ ਵਿੱਚ ਇਹਨਾਂ ਦਾ ਬਰਥ ਹੁੰਦਾ ਹੈ 1745 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ 16 67 ਦੇ ਵਿੱਚ ਇਹਨਾਂ ਦਾ ਬਰਥ ਹੁੰਦਾ ਹੈ ਪੰਕਜ ਸਰ ਸਾਰਾ ਕੁਝ ਯਾਦ ਕਰਵਾ ਦੇਣਗੇ थैंक यू ਗੁਰਪ੍ਰੀਤ ਬਿਲਕੁਲ ਕਰਵਾ ਦੇਾਂਗੇ ਕੋਈ ਦਿੱਕਤ ਨਹੀਂ ਠੀਕ ਹੈ ਬਿਲਕੁਲ ਕੋਈ ਦਿੱਕਤ ਨਹੀਂ ਜਨਾਥਨ ਸਵਿਫਟ ਦੁਆਰਾ ਲਿਖਿਆ ਗਿਆ ਵਰਕ ਜਿਹੜਾ ਮੋਸਟ ਇੰਪੋਰਟੈਂਟ ਹੈ 1726 ਦੇ ਵਿੱਚ ਔਰ ਬੇਟਾ ਤੁਸੀਂ ਜਿਹੜਾ ਵੀ ਵਰਕ ਪੜ੍ਹਦੇ ਹੋ ਤੁਸੀਂ ਉਸ ਵਰਕ ਦਾ ਫੁੱਲ ਟਾਈਟਲ ਜਾਂ ਫਿਰ ਸਬਟਾਈਟਲ ਇਹ ਵੀ ਨਹੀਂ ਭੁੱਲਣਾਗਾ ਸਬਟਾਈਟਲ ਜਾਂ ਉਸ ਵਰਕ ਦਾ ਜਿਹੜਾ ਫੁੱਲ ਟਾਈਟਲ ਹੈ ਇਹ ਵੀ ਤੁਸੀਂ ਜ਼ਰੂਰ ਯਾਦ ਰੱਖਣਾ ਹੈ एक पिछली बार क्वेश्चन आया है ऑफ पैरिस बॉयज ए प्रोग्रैस इज दब टाइटल ऑफ विच वर्क पैरिस बॉयज ए प्रोग्रैस इज द टाइटल ऑफ विच वर्क तो उम्मीद करते हैं कि आंसर एर दोगे गुंजन ठीक है हाँ जी एज ऑफ पोप बिल्कुल सही आंसर है जी एच गिवस ट्रैवल जट्स है, and चार है। जरूर याद रख रहे हैं पार्ट वन वही एक् टू लेपुट पार्ट टू वही एक्क टू ब्रॉब डिगनैग पार्ट थ्री वो युग टू लप लप्यूटा बालनीग ग्लबड डरिग एंड जापान कुछ स्पेलिंग बहुत व्डे होंगे तो गले च फस जाए हैं तुम याद कर लियो ठीक है वो ये टू द लैंड ऑफ फॉहनिम्स बस एक याद रखना है कि फ्लाइंग आईलैंड के बड़ी बारी क्वेश्चन आया हो विच आईलैंड इज अ फ्लाइंग आईलैंड आंसर की है फ्लाइंग आईलैंड आंसर जो है फ्लाइंग आईलैंड का लेजेंड थैंक यू फ्लाइंग आइलैंड जो है वेरी गुड लैप्यूटा वेरी गुड गुंजन लैप्यूटा जो है एंड बिल्कुल राइट आंसर है उस तो बाद अपने राइटर है जी जॉस एडिसन एम है बेसिकली इन्होंने पीडियोडिकल स्टार्ट किए थ और इन्हें विके कैटो एक लिखा गया ट्रेजिडीडीडीडीडी और बाद अकाउंट ऑफ द ग्रेटेस्ट इंग्लिश पोइट सिक्सटीन नाइनटी फोर और एक बुक लिखी गई है जीडी की ਇੰਗਲਿਸ਼ ਪੋਇਟਸ ਦੀ ਲਾਈਫ ਦੇ ਵਾਸਤੇ ਲਿਖੀ ਗਈ ਔਰ ਮਤਲਬ ਉਹਨਾਂ ਨੇ ਇੰਗਲਿਸ਼ ਪੋਇਟਸ ਦਾ ਜ਼ਿਕਰ ਕੀਤਾ ਇਸ ਬੁੱਕ ਦੇ ਵਿੱਚ ਅਲੈਗਜ਼ੈਂਡਰ ਪੋਪ ਜਿਹੜਾ ਹੁਣੇ ਆਨਸਰ ਦਿੱਤਾ ਗਿਆ ਹੈ ਏਜ ਆਫ ਪੋਪ ਇਹਨੂੰ ਏਜ ਆਫ ਪੋਪ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਔਰ ਉਹ ਜਾਣਿਆ ਜਾਂਦਾ ਹੈ ਅਲੈਗਜ਼ੈਂਡਰ ਪੋਪ ਕਰਕੇ ਡਿਫਾਰਮਡ ਬੋਡੀ ਦੇ ਨਾਲ ਪੈਦਾ ਹੋਇਆ ਅਲੈਗਜ਼ੈਂਡਰ ਪੋਪ ਹੈ ਜੋ ਉਹਦਾ ਰਾਈਟਿੰਗਸ ਦੇ ਵਿੱਚ ਇਨਾ ਵੱਡਾ ਸਥਾਨ ਹੈ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਏਸੇ ਔਨ ਕ੍ਰਿਟਿਸਿਜ਼ਮ ਕਿ ਕ੍ਰਿਟਿਸਿਜ਼ਮ ਦਾ بیس ਕੀ ਹੋਣਾ ਚਾਹੀਦਾ ਹੈ ਅਸੀਂ ਕਿਸੇ ਵੀ ਵਰਕ ਨੂੰ ਜਦੋਂ ਕ੍ਰਿਟੀਸਾਈਜ਼ ਕਰਦੇ ਹਾਂ ਤਾਂ ਸਾਨੂੰ ਸਬਜੈਕਟਿਵ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਵੇ ਦੱਸੇ ਹੋਏ ਐ ਇਹ ਨਹੀਂ ਹੈਗਾ ਕਿ ਅਸੀਂ ਸਿਰਫ ਇਹ ਸੁਣ ਲਈਏ ਕਿ ਇਹ ਕਿਸੇ ਲੜਕੀ ਨੇ ਲਿਖਿਆ ਹੈ ਤਾਂ ਕੋਈ ਵਧੀਆ ਨਹੀਂ ਲਿਖਿਆ ਹੋਏਗਾ ਜਾਂ ਅਸੀਂ ਕਿਸੇ ਦੇ ਨਾਮ ਤੋਂ ਹੀ ਜੱਜ ਕਰ ਲੈਨੇ ਕਿ ਜੇ ਉਹਨੇ ਲਿਖਿਆ ਤਾਂ ਬਿਲਕੁਲ ਸਹੀ ਨਹੀਂ ਲਿਖਿਆ ਹੋਏਗਾ ਐਜਾ ਕੁਛ ਨਹੀਂ ਐ ਤੁਸੀਂ ਜਦੋਂ ਵੀ ਕਿਸੇ ਲਿਟਰੇਚਰ ਦੇ ਵਰਕ ਨੂੰ ਕ੍ਰਿਟੀਸਾਈਜ਼ ਕਰ ਰਹੇ ਹੋ ਤਾਂ ਮੋਸਟ ਇੰਪੋਰਟੈਂਟ ਚੀਜ਼ ਕੀ ਹੈ ਕਿ ਤੁਸੀਂ ਉਹਦੇ ਵਿੱਚ ਆਬਜੈਕਟਿਵ ਰਹਿਣਾ ਹੈ ਤੁਸੀਂ ਇਹ ਭੁੱਲ ਜਾਣਾ ਹੈ ਕਿ ਲਿਖਿਆ ਕਿਨੇ ਆ ਤੁਸੀਂ ਸਿਰਫ ਉਹਨੂੰ ਕ੍ਰਿਟੀਸਾਈਜ਼ ਕਰਨਾ ਹੈ ਜੋ ਲਿਖਿਆ ਗਿਆ ਜੋ ਲਿਖਿਆ ਗਿਆ ਹੈ ਉਹ ਤੁਹਾਡੇ ਪੈਰਾਮੀਟਰ ਤੇ ਖਰਾ ਉਤਰਦਾ ਹੈ ਕਿ ਨਹੀਂ ਉਤਰਦਾ ਰੇਪ ਆਫ ਦਾ ਲੌਕ 1712 ਦੇ ਵਿੱਚ ਲਿਖਿਆ ਗਿਆ ਰਿਵਾਈਜ਼ ਕੀਤਾ ਗਿਆ 1714 ਦੇ ਵਿੱਚ ਇੱਕ ਛੋਟਾ ਜਿਹਾ ਕੁਐਸਚਨ ਤੁਹਾਡੇ ਵਾਸਤੇ ਹੋਰ ਹੈ ਤੁਸੀਂ ਰੇਪ ਆਫ ਲੌਕ ਦੀ ਸਟੋਰੀ ਸਾਰੇ ਜਾਣਦੇ ਹੋਵੋਗੇ ਠੀਕ ਹੈ ਜਿਨਨੇ ਵੀ ਮਾਸਟਰ ਡੀਗਰੀ ਇੰਗਲਿਸ਼ ਦੀ ਤਿਆਰੀ ਕਰ ਰਹੇ ਬੱਚੇ ਹੈ ਰੇਪ ਆਫ ਦਾ ਲੌਕ ਦੀ ਸਟੋਰੀ ਲਗਭਗ ਸਾਰਿਆਂ ਨੂੰ ਪਤਾ ਹੁੰਦੀ ਹੈ ਤੁਸੀਂ ਮੈਨੂੰ ਕੁਐਸਚਨ ਦਾ ਆਨਸਰ ਦਿਓ ਕਿ ਰੇਪ ਆਫ ਦਾ ਲੌਕ ਜੋ ਡੈਡੀਕੇਟ ਕਿਨੂੰ ਕੀਤੀ ਗਈ ਸੀ ਐਕਚੁਅਲ ਦੇ ਵਿੱਚ ਉਹ ਲਿਖੀ ਕਿਹਦੇ ਕਹਿੰਦੇ ਗਈ ਸੀ ਜੋ ਵਰਕ ਅਲੈਗਜ਼ੈਂਡਰ ਪੋਪ ਨੇ ਲਿਖਿਆ ਹੈ ਉਹ ਜਿਹੜਾ ਵਰਕ ਲਿਖਿਆ ਗਿਆ ਹੈ ਉਹ ਕਹਿੰਦੇ ਕਹਿੰਦੇ ਲਿਖਿਆ ਗਿਆ ਤੁਹਾਨੂੰ ਇਹਨਾਂ ਦਾ ਪਤਾ ਹੈ ਕਿ ਰੇਪ ਆਫ ਦਾ ਲੋਕ ਅਲੈਗਜ਼ੈਂਡਰ ਪੋਪ ਨੇ ਲਿਖਿਆ ਜੀ 1712 ਦੇ ਲਿਖਿਆ ਬਾਅਦ ਦੇ ਵਿੱਚ ਅੰਦਰ ਕੈਂਟੂ ਐਡ ਕੀਤੇ ਗਏ 1714 ਦੇ ਵਿੱਚ ਇਹਦਾ ਆਨਸਰ ਦਿਓ ਲਿਖਿਆ ਕਿਨੇ ਸੀ ਸੋਰੀ ਲਿਖਿਆ ਕਿਹਦੇ ਕਹਿੰਦੇ ਕਹਿੰਦੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੈਰਲ ਕੈਰਲ ਸਰ ਲਾ ਦੇ ਬਹੁਤ ਵਧੀਆ ਸਰ ਥੈਂਕ ਯੂ ਥੈਂਕ ਯੂ ਸੋ ਮੱਚ ਇਹ ਲਿਖਿਆ ਗਿਆ ਸੀ ਜੌਨ ਕੈਰਲ ਦੇ ਕਹਿੰਦੇ ਕੁਝ ਬੱਚਿਆਂ ਦੇ ਅਨਸਰ ਬਹੁਤ ਅੱਛੇ ਆ ਰਹੇ ਇਟ ਮੀਨਸ ਤੁਹਾਡੀ ਤਿਆਰੀ ਬਹੁਤ ਅੱਛੀ ਹੈ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਔਰ ਟਾਪ 100 ਦੇ ਵਿੱਚ ਜ਼ਰੂਰ ਆਓਗੇ ਤੁਸੀਂ ਜਿਹੜੇ ਸਾਡੇ ਤੁਹਾਡੀ ਤਿਆਰੀ ਚੱਲ ਰਹੀ ਹੈ ਇਹ ਚਲੋ ਪ੍ਰਮਾਤਮਾ ਨੂੰ ਸਾਡੀ ਬੇਨਤੀ ਹੈ ਕਿ ਜਿਸ ਜੋ ਕਰ ਰਹੇ ਹੋ ਤੁਸੀਂ ਉਹਦੇ ਇਸ ਕਾਮਯਾਬ ਹੋ ਜਾਓ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਨੂੰ ਰਵਿੰਦ ਰਵਿੰਦ ਰਾਜਵਿੰਦਰ ਕੌਰ ਟੋਮਸ ਕੈਰਲ थैंक यू ਬਟਾ ਉਸ ਤੋਂ ਬਾਅਦ ਆ ਜਾਂਦੇ ਆ ਆਪਣੇ ਕੋਲੇ ਸੈਮੂਲ ਲਿਚਰਸਨ ਔਰ ਹੈਨਰੀ ਫੀਲਡਿੰਗ ਇਹ ਦੋ ਰਾਈਟਰ ਅਲੱਗ ਰੱਖਣ ਦਾ ਕਾਰਨ ਹੈ ਇੱਕ ਛੋਟਾ ਜਿਹਾ ਵਰਡ ਤੁਹਾਡੇ ਸਾਹਮਣੇ ਮੈਂ ਲਿਖ ਦਿੰਨਾ ਹੈ ਐਪਿਸਟਲਰੀ ਨੋਵਲ ਠੀਕ ਹੈ ਤੁਸੀਂ ਦੱਸੋਗੇ ਕਿ ਐਪਿਸਟਲਰੀ ਨੋਵਲ ਕਿਹੜੇ ਹੁੰਦੇ ਆ ਇਹ ਜਿਹੜੇ ਦੋ ਰਾਈਟਰ ਹੈ ਇਹਨਾਂ ਨੇ ਆਪਣੇ ਆਪ ਦੇ ਵਿੱਚ ਇਹ ਕਿਹਾ ਸੀ ਕਿ ਨਿਊ ਸਪੀਸੀਸ ਆਫ ਰਾਈਟਿੰਗ ਇਹ ਕੁਐਸਚਨ ਵੀ ਆਇਆ ਹੋਇਆ ਤੁਹਾਡੇ ਮਾਸਟਰ ਗ੍ਰੈਜੂਏਟਰ ਦੇ ਇਗਜ਼ਾਮ ਦੇ ਵਿੱਚ ਤੇ ਨਿਊ ਸਪੀਸੀਸ ਆਫ ਰਾਈਟਿੰਗ ਕਿਹੜੀ ਸੀ ਡੂ ਯੂ ਨੋ ਅਬਾਊਟ ਇਟ ਵੈਰੀ ਨਾਈਸ ਕਲਾਸ ਆਰ थैंक यू ਜੋਤੀ थैंक यू ਸੋ ਮੱਚ ਬੇਟਾ ਤੁਸੀਂ ਵਧੀਆ ਤਰੀਕੇ ਨਾਲ ਪੜ੍ਹ ਰਹੇ ਹੋ ਇਸ ਕਰਕੇ ਤੁਹਾਨੂੰ ਇਹ ਕਲਾਸ ਵਧੀਆ ਲੱਗ ਰਹੀ ਹੈ ਤੁਹਾਡਾ ਵੀ ਇੰਟਰਸਟ ਹੈ ਔਰ ਤੁਸੀਂ ਇਸ ਚੀਜ਼ ਨੂੰ ਜੇਕਰ ਵਧੀਆ ਤਰੀਕੇ ਨਾਲ ਦੇਖ ਰਹੇ ਹੋ ਕਲਾਸ ਵਧੀਆ ਲੱਗਣ ਦੇ ਵਿੱਚ ਸਿਰਫ ਸਰ ਦਾ ਯੋਗਦਾਨ ਨਹੀਂ ਹੈ ਤੁਹਾਡਾ ਵੀ ਬਹੁਤ ਵਧੀਆ ਯੋਗਦਾਨ ਹੈ ਇਨ ਫਾਰਮ ਆਫ ਲੈਟਰ ਵੈਰੀ ਗੁੱਡ ਇੱਕ ਐਕਚੁਅਲ ਦੇ ਵਿੱਚ ਇਨ ਫਾਰਮ ਆਫ ਲੈਟਰ ਵੀ ਨਹੀਂ ਹੁੰਦੇ ਬੇਟਾ ਇਹ ਪਹਿਲਾਂ ਲੈਟਰਸ ਲਿਖੇ ਗਏ ਸੀ ਬਾਅਦ ਦੇ ਵਿੱਚ ਇਹਨਾਂ ਨੂੰ ਕੰਪਾਈਲ ਕੀਤਾ ਗਿਆ ਇਸ ਵਰਕ ਨੂੰ ਲਿਖਣ ਦਾ मीनिंग ਜਿਹੜਾ ਹੈ ਉਹ ਵਰਕ ਲਿਖਣਾ ਨਹੀਂ ਸੀ ਐਕਚੁਅਲ ਹੁੰਦਾ ਕੀ ਹੈ कि मान लो एक इंसान है एक ਸਾਡੇ ਕੋਲੇ ਗੁਰਪ੍ਰੀਤ ਹੈ ਔਰ ਦੂਸਰੇ ਸਾਡੇ ਕੋਲੇ ਇੱਕ ਗੁਰਪ੍ਰੀਤ ਦੀ ਜਿਹੜੀ ਸੇਲੀ ਹੈ ਜੈਨੋਕ੍ਰੇਟਸ ਹੈ ਮੈਂ ਲਿਖ ਦਿੰਨਾ ਹੈ ਠੀਕ ਹੈ ਤਾਂ ਇਹਨਾਂ ਦੋਵਾਂ ਨੇ ਆਪਸ ਦੇ ਵਿੱਚ ਕੀ ਐਕਸਚੇਂਜ ਕੀਤਾ ਜਾਂ ਤਾਂ ਇਹਨੇ ਸਿਰਫ ਇਹਨੂੰ ਲੈਟਰ ਲਿਖਿਆ ਉਹਨੇ ਜਵਾਬ ਹੀ ਨਹੀਂ ਦਿੱਤਾ ਠੀਕ ਹੈ ਔਰ ਜਾਂ ਫਿਰ ਕੀ ਹੋਇਆ ਕਿ ਇਹਨੇ ਲੈਟਰ ਲਿਖੇ ਜਾਂ ਦੋਨਾਂ ਦੇ ਵਿੱਚ ਐਕਸਚੇਂਜ ਹੋਏ ਬਾਅਦ ਦੇ ਵਿੱਚ ਉਹਨਾਂ ਨੂੰ ਬੁੱਕ ਫਾਰਮ ਦੇ ਵਿੱਚ ਲੈ ਕੇ ਆਂਦਾ ਗਿਆ ਉਹਨਾਂ ਨੂੰ ਇਕੱਠਾ ਕਰਕੇ ਲਿਖ ਦਿੱਤਾ ਗਿਆ ਜਿਵੇਂ ਤੁਸੀਂ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜੇ ਤੁਸੀਂ ਪੜ੍ਹਾਉਂਦੇ ਹੋ ਇੰਗਲਿਸ਼ ਦੇ ਵਿੱਚ ਤਾਂ ਡਾਕਟਰ ਜਵਾਹਰ ਲਾਲ ਨਹਿਰੂ ਜੇਨਪਰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਇੱਕ ਉਹਨਾਂ ਨੇ ਵਰਕ ਲਿਖਿਆ ਉਹ ਆਪਦੀ ਬੇਟੀ ਜਿਹੜੀ ਇੰਦਰਾ ਗਾਂਧੀ ਹੈ ਠੀਕ ਹੈ ਇੰਦਰਾ ਗਾਂਧੀ ਜੋ ਹੈ ਉਹਨੂੰ ਵਰਕ ਲਿਖੇ ਦੱਸਿਆ ਗਿਆ ਸੀ ਕਿ ਧਰਤੀ ਕਿਵੇਂ ਬਣੀ ਠੀਕ ਹੈ ਸੋਲਰ ਸਿਸਟਮ ਦੇ ਬਾਰੇ ਉਹਨਾਂ ਨੇ ਦੱਸਿਆ ਹੋਇਆ ਜੇਕਰ ਆਪਾਂ ਉਹ ਸਾਰੇ ਲੈਟਰਸ ਨੂੰ ਕੰਬਾਈਨਡ ਕਰ ਦਈਏ ਤਾਂ ਆਬਵੀਅਸ ਹੈ ਕਿ ਆਪਾਂ ਉਹਨੂੰ ਜਿਹੜੀ ਫਾਰਮ ਦੇਵਾਂਗੇ ਉਹ ਨੋਵਲ ਕਿਹੜੇ ਹੋ ਜਾਣਗੇ ਫਿਰ ਐਪਿਸਟਲਰੀ ਨੋਵਲ ਹੋ ਜਾਣਗੇ। थैंक यू सो मच तोरी। ਇੰਗੇਜਮੈਂਟ ਜਿਹੜੀ ਆ ਬਹੁਤ ਅੱਛੀ ਚੱਲ ਰਹੀ ਐ। ਰੋਮਾਂਟਿਕ ਪੀਰੀਅਡ ਜੋ ਹੈ ਉਹ ਐਸ ਤੋਂ ਬਾਅਦ ਆਪਣੇ ਕੋਲੋਂ ਸ਼ੁਰੂ ਹੁੰਦਾ ਹੈ ਰੋਮਾਂਟਿਕ ਪੀਰੀਅਡ। ਠੀਕ ਐ। ਔਰ ਰੋਮਾਂਟਿਕ ਪੀਰੀਅਡ ਦਾ ਮਤਲਬ ਆਸ਼ਕੀ ਨਹੀਂ ਹੈਗਾ ਇੱਥੇ। ਇਹ ਚ ਜ਼ਰੂਰ ਯਾਦ ਰੱਖਿਓ ਰੋਮਾਂਟਿਕ ਪੀਰੀਅਡ ਡਸ ਨਾਟ ਮੀਨ ਕਿ ਤੁਸੀਂ ਹੋਰ ਹੀ ਕਹਾਣੀਆਂ ਬਣਾਉਣ ਲੱਗ ਜਿਓ। ਰੋਮਾਂਟਿਕ ਜਿਹੜੇ ਹੈ ਚਲੋ ਦੱਸਾਂਗੇ ਤੁਹਾਨੂੰ ਇਹਦੇ ਚ ਆਪਣੇ ਕੋਲੇ ਨਾਮ ਆਉਂਦਾ ਹੈ ਵਿਲੀਅਮ ਬਲੇਕ ਦਾ। ਠੀਕ ਹੈ ਹੁਣੇ ਆਪਾਂ ਗੱਲ ਕਰਦ ਕੇ ਹਟਿਆ ਕਿ ਵਿਲੀਅਮ ਬਲੇਕ ਜੋ ਹੈ ਸੋਸ਼ਲ ਕੰਡੀਸ਼ਨਸ ਦੇ ਉੱਪਰ ਲਿਖਦੇ ਸੀ ਇਹਨਾਂ ਦੇ ਜਿਹੜੇ ਵਰਕਸ ਤੁਸੀਂ ਦੇਖੋਗੇ ਦ ਮੈਰिज ਆਫ ਹੈਵਨ ਐਂਡ ਹੈਲਲ ਠੀਕ ਹੈ ਮੈਰिज ਆਫ ਹੈਵਨ ਐਂਡ ਹੈਲਲ ਉਲਟਾ ਚੱਲਦਾ ਹੈ ਇਹਨਾਂ ਨੇ ਹੈਲ ਦੀ ਤਾਰੀਫ ਕੀਤੀ ਹੈ ਮੈਰिज ਆਫ ਹੈਵਨ ਐਂਡ ਹੈਲਲ ਮੈਰिज ਤਾਂ ਆਪਣੇ ਆਪ ਚ ਹੈਲ ਹੁੰਦੀ ਹੈ ਉੱਥੇ ਹੈਵਨ ਕਿੱਥੋਂ ਆ ਗਿਆ ਠੀਕ ਹੈ ਤਾਂ ਇਹ ਆਪਣੇ ਆਪ ਔਕਸੀਮਰਨ ਹੋ ਜਾਂਦੇ ਹਨ ਨਾ ਹੈਪੀ ਮੈਰਿਡ ਲਾਈਫ ਜਿਹਦੀ ਪੋਸੀਬਿਲਿਟੀ ਨਹੀਂ ਹੁੰਦੀ ਤਾਂ ਮੈਰिज ਐਂਡ ਆਫ ਹੈਵਨ ਐਂਡ ਹੈਲਲ ਦੇ ਵਿੱਚ ਇਹਨਾਂ ਨੇ ਤਾਰੀਫ ਕੀਤੀ ਹੈ ਹੈਲ ਦੀ ਔਰ ਇਹਨਾਂ ਨੇ ਸੈਟਰਨ ਜੋ ਹੈ ਉਹਦਾ ਨਾਮ ਲੈ ਕੇ ਕਿਹਾ ਹੈ ਕਿ ਜਿਹੜਾ ਮਿਲਟਨ ਹੈ ਉਹਨੂੰ ਇਹ ਪਤਾ ਨਹੀਂ ਸੀ ਕਿ ਉਹ ਸੈਟਰਨ ਦੀ ਪਾਰਟੀ ਦਾ ਬੰਦਾ ਹੈ ਜਿਸ ਤਰੀਕੇ ਨਾਲ ਮਿਲਟਨ ਨੇ ਪੈਰਾਡਾਈਜ਼ ਲੌਸ ਦੇ ਵਿੱਚ ਸੈਟਰਨ ਨੂੰ ਗਲੋਰੀਫਾਈ ਕੀਤਾ ਹੋਇਆ ਉਸ ਕਰਕੇ ਵਿਲੀਅਮ ਬਲੇਕ ਨੇ ਕਿਹਾ ਸੀ ਕਿ ਜੋ ਮਿਲਟਨ ਹੈ ਉਹ ਸੈਟਰਨ ਦੀ ਆਰਮੀ ਦਾ ਬੰਦਾ ਹੈ ਸongs of innocence ਐਂਡ ਆਫ ਐਕਸਪੀਰੀਅੰਸ ਸongs of innocence ਪਹਿਲਾਂ ਲਿਖੇ ਗਏ ਸongs of experience ਬਾਅਦ ਦੇ ਵਿੱਚ ਆਇਆ ਤਾਂ ਉਹਨਾਂ ਨੂੰ ਕਲੈਕਟ ਕਰਕੇ ਲਿਖ ਦਿੱਤਾ ਗਿਆ Songs ऑफ इनोसेंस एंड एक्सपीरियंस ठीक है मैरी वोल्ड स्टोन क्राफ्ट वैसे मेरी वोल्ड स्टोन क्राफ्ट है एम ए आर वाई मेरी कदम कदम प्रोनाउंशिए मैरी बोल जाते हैं. सैवनटीन फिफ्टी नाइन टू सैवनटीन नाइनटी सैवन वैरी गुड सैवनटीन फिफ्टी नाइन टू सैवनटीन नाइनटी सैवन ने दो वर्ग लिखे जेडे मेजर है वैसे तो काफ़ी वर्ग्स लिखे गए एक राइटर द्वारा विंडिकेशन ऑफ द राइट्स ऑफ मैन vindication of the rights of women ਇੱਕ ਚੀਜ਼ ਯਾਦ ਰੱਖਣਾ ਹੈ ਕਿ ਜਿਹੜੀ vindication of the rights of men ਉਹ ਇੱਕ politcal work ਹੈ ਠੀਕ ਹੈ ਜਿਨ੍ਹਾਂ ਦੇ ਵਿੱਚ ਇਹ ਡੈਮੋਕ੍ਰੇਸੀ ਨੂੰ ਜਾਂ ਗਣਤੰਤਰ ਜਿਵੇਂ ਆਪਾਂ ਕਹਿੰਦੇ ਰਿਪਬਲਿਕ ਕਹਿੰਦੇ ਉਹਨੂੰ ਸਪੋਰਟ ਕਰਦੀ ਹੈ ਐਡਮੰਡ ਬਰਕ ਨੇ ਇੱਕ ਵਰਕ ਲਿਖਿਆ ਸੀ ਐਡਮੰਡ ਬਰਕ ਆਪਣੇ ਐਡਮੰਡ ਬਰਕ ਦੇ ਵਰਕ ਦੇ ਅਗੇਂਸਟ ਵਿੱਚ ਲਿਖਿਆ ਗਿਆ ਵਰਕ ਹੈ ਜੀ ਇਹ ਔਰ ਦੂਸਰਾ ਜਿਹੜਾ ਵਿੰਡਿਕੇਸ਼ਨ ਆਫ ਦਾ ਰਾਈਟਸ ਆਫ ਵੂਮਨ ਹੈ ਫਰੈਂਚ ਰੈਵਿਊਲੂਸ਼ਨ ਲਿਖਿਆ ਗਿਆ ਸੀ ਵਰਕਬੁੱਕ ਬਟਨ ਦਾ ਔਰ ਵਿੰਡਿਕੇਸ਼ਨ ਆਫ ਦਾ ਰਾਈਟਸ ਆਫ ਵੂਮਨ ਹੈ ਇਹਦੇ ਚ ਵੂਮਨ ਦੇ ਰਾਈਟ ਦੀ ਗੱਲ ਕਰਦੀ ਹੈ ਮਤਲਬ ਉਹਨਾਂ ਨੂੰ ਐਜੂਕੇਸ਼ਨ ਪ੍ਰੋਪਰ ਮਿਲੇ ਔਰ ਇਹਦੇ ਚ ਲੜਕੀਆਂ ਨੂੰ ਵੀ ਕਹਿੰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਸਵਾਰਨ ਤੇ ਕੋਸ਼ਿਸ਼ ਐਨਾ ਸਿਰਫ ਚਿਹਰਾ ਸਵਾਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਆਪਣਾ ਆਪਣੇ ਵजूद ਬਣਾਉਣ ਦੀ ਵੀ ਕੋਸ਼ਿਸ਼ ਕਰੋ ਤੁਹਾਡੀ ਜਿਹੜੀ ਜਗ੍ਹਾ ਹੈ ਉਹ ਸਿਰਫ ਲਸਟ ਜਾਂ ਫਿਰ ਕਿਸੇ ਦੀ ਡਿਜ਼ਾਇਰ ਪੂਰੀ ਕਰਨ ਵਾਸਤੇ ਨਹੀਂ ਹੈ ਵੂਮਨਸ ਜਿਹੜੀਆਂ ਹੈ ਉਹ ਕੋਈ ਫੈਲੋ ਨਹੀਂ ਹੁੰਦੀਆਂ ਉਹ ਕੰਪੈਨੀਅਨ ਹੁੰਦੀਆਂ ਹਨ ਵਿਮਨਸ ਐਸ ਕੰਪੈਨੀਅਨ ਦੀ ਗੱਲ ਕੀਤੀ ਗਈ ਹੈ ਦੇ ਵਿੱਚ ਵਿਲੀਅਮ ਵਰਡਸਵਰਥ ਤੁਸੀਂ ਬਹੁਤ ਜ਼ਿਆਦਾ ਪੜਿਆ ਹੋਇਆ ਵਿਲੀਅਮ ਵਰਡਸਵਰਥ ਨੂੰ ਜਿੱਥੇ ਵੀ ਤੁਸੀਂ ਦੇਖਦੇ ਹੋ ਵਿਲੀਅਮ ਵਰਡਸਵਰਥ ਦੀਆਂ ਕਿੰਨੀਆਂ ਪੋਇਮਸ ਹੈ ਜਿਹੜੀਆਂ ਤੁਹਾਨੂੰ ਯਾਦ ਹੋਣਗੀਆਂ ਜਿਦੇ ਵਿੱਚ ਲੂਸੀ ਆ ਜਾਂਦਾ ਹੈ ਸੋਲੀਟਰੀ ਰੀਪਰ ਆ ਜਾਂਦਾ ਹੈ ਡੈਫodils ਆ ਜਾਂਦਾ ਹੈ ਇਹ ਸਾਰੇ ਨੇਚਰ ਤੇ ਲਿਖਣ ਵਾਲੇ ਪੋएट ਸੀ ਨੇਚਰ ਮੀਨਸ ਪ੍ਰਕਿਰਤੀ ਔਰ ਨੇਚਰ ਮੀਨਸ ਸੁਭਾਅ ਦੋਨੇ ਮੀਨਿੰਗ ਜਿਹੜੇ ਹੈ ਇਹਨਾਂ ਨੇ ਦੋਨੋਂ ਤੇ ਲਿਖਿਆ ਹੋਇਆ ਹੈ ਲਿਰিক্যাল ਬੈਲਡਸ ਜੋ ਹੈ ਵਿਦ ਫਿਊ ਅਦਰ ਪੋਇਮ 1798 ਦੇ ਵਿੱਚ ਆਈਆਂ ਔਰ ਲਿਰিক্যাল ਬੈਲਡਸ ਨੂੰ ਹੀ ਜਿਹੜਾ ਦੂਸਰਾ ਨਾਮ ਦਿੱਤਾ ਜਾਂਦਾ ਹੈ ਉਹ ਮੈਨੀਫੈਸਟੋ ਆਫ ਰੋਮਾਂਟਿਕ 에ਜ ਦਿੱਤਾ ਜਾਂਦਾ ਹੈ ਕਿ ਰੋਮਾਂਟਿਕ 에 ਸ਼ੁਰੂ ਕਦੋਂ ਹੁੰਦੀ ਹੈ 1798 ਦੇ ਵਿੱਚ ਹੁੰਦੀ ਹੈ ਅਚਾ ਇਹਨਾਂ ਦੇ ਵਿੱਚ ਇੱਕ ਹੋਰ ਵੀ ਚੀਜ਼ ਹੈ ਕਿ ਇਹਨਾਂ ਦੇ ਵਿੱਚੋਂ ਫਰਸਟ ਜਨਰੇਸ਼ਨ ਰੋਮਾਂਟਿਕ ਕਿਹੜੇ ਸੀ ਔਰ ਸੈਕੰਡ ਜਨਰੇਸ਼ਨ ਰੋਮਾਂਟਿਕ ਕਿਹੜੇ ਸੀ ਜੇਕਰ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹਦਾ ਜਵਾਬ ਜ਼ਰੂਰ ਦਿਓ ਜੇਕਰ ਤੁਹਾਨੂੰ ਫਰਸਟ ਜਨਰੇਸ਼ਨ ਰੋਮਾਂਟਿਕਸ ਦਾ ਪਤਾ ਹੈ ਔਰ ਜੇਕਰ ਤੁਹਾਨੂੰ ਸੈਕੰਡ ਜਨਰੇਸ਼ਨ ਰੋਮਾਂਟਿਕਸ ਦਾ ਪਤਾ ਹੈ ਤਾਂ ਤੁਸੀਂ ਇਹਨਾਂ ਦਾ ਆਨਸਰ ਮੈਨੂੰ ਜ਼ਰੂਰ ਦਿਓ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੇ ਵੋਲਟਰ ਸਕਾਟ ਵੇਵਰਲੀ ਸੀਰੀਜ਼ ਹੈ 1771 ਦੇ ਵਿੱਚ ਪੈਦਾ ਹੁੰਦੇ ਆ 1832 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ ਵੇਵਰਲੀ ਇੱਕ ਸੀਰੀਜ਼ ਹੈ ਨੋਵਲਸ ਦੀ ਐਸਟ੍ਰੀ ਕੋਲਰੇਜ ਓਪੀਅਮ ਦੇ ਸ਼ੌਕੀਨ ਸੀ ਅਫੀਮ ਖਾਂਦੇ ਸੀ ਔਰ ਉਸ ਤੋਂ ਬਾਅਦ ਲਿਖਦੇ ਸੀ ਠੀਕ ਹੈ ਰਾਈਮ ਆਫ ਐਂਸ਼ੀਅਨ ਮਰੀਨਰ ਕੁਬਲਾ ਖਾਨ ਅ ਡ੍ਰੀਮ ਇਨ ਵਿਜ਼ਨ ਵੈਰੀ ਗੁੱਡ ਜੋਤੀ ਬੇਟਾ ਬਾਇਓਗ੍ਰਾਫੀਆ ਲਿਟਰੇਰੀਆ 1817 ਦੇ ਵਿੱਚ ਲਿਖਿਆ ਗਿਆ ਇੱਕ ਵਰਕ ਹੈ ਬਾਇਓਗ੍ਰਾਫੀਆ ਲਿਟਰੇਰੀਆ ਇਥਿਕ ਕੁਐਸਚਨ ਆ ਤੁਹਾਡੇ ਵਾਸਤੇ ਕਿਨ ਬਾਇਓਗ੍ਰਾਫੀਆ ਲਿਟਰੇਰੀਆ ਕਾਲਰिज ਡਿਸਟਿੰਗੁਇਸ਼ ਬੀਟਵੀਨ ਕਾਲਰिज ਕਿਨਾਂ ਦੋ ਗੱਲਾਂ ਦੇ ਵਿੱਚ ਫਰਕ ਦੱਸਦਾ ਸਾਨੂੰ ਕਿਹੜੀਆਂ ਦੋ ਇੱਥੇ ਵਰਡ ਹੈ ਜਿਨ੍ਹਾਂ ਦੇ ਵਿੱਚ ਉਹ ਆਪਾਂ ਨੂੰ ਦੱਸਦਾ ਹੈ ਕਿ ਇਹਨਾਂ ਦੇ ਵਿੱਚ ਇਹ ਜ਼ਰੂਰੀ ਹੈ ਗੁੱਡ ਪੀ ਸੰਕਾਲਰिज ਵਿਲੀਅਮ ਬਲੈਕ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਲਾਖਾਨ OPM ਡ੍ਰੀਮ ਬਿਲਕੁਲ ਬਿਲਕੁਲ ਸਹੀ ਆਨਸਰ ਹੈ ਜੀ OPM ਡ੍ਰੀਮ OPM ਦਾ ਮਤਲਬ ਹੁੰਦਾ ਅਫੀਮ ਤੁਸੀਂ ਮੈਨੂੰ ਇਹ ਦੱਸੋ ਕਿ ਬਾਇਓਗ੍ਰਾਫੀਆ ਲਿਟਰੇਰੀਆ ਦੇ ਵਿੱਚ ਕੋਲਰੇਜ ਜਿਹੜਾ ਹੈ ਕਿਹੜੀਆਂ ਦੋ ਇਹਨਾਂ ਨੇ ਟਰਮ ਦਿੱਤੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਉਹ ਚੇਂਜ ਦੀ ਗੱਲ ਕਰਦਾ ਹੈ ਅਲੱਗ-ਅਲੱਗ ਉਹਨਾਂ ਨੂੰ ਡਿਸਟਿੰਗੁਇਸ਼ ਕਰਦਾ ਹੈ ਮਤਲਬ ਉਹਨਾਂ ਨੂੰ ਅਲੱਗ ਕਰਦਾ ਹੈ ਮਾਈਂਡ ਐਂਡ ਬਾਡੀ ਦੀ ਗੱਲ ਕਰਦਾ ਹੈ ਮੈਟਰ ਐਂਡ ਮੈਟਾਫਿਜ਼ਿਕਸ ਦੀ ਗੱਲ ਕਰਦਾ ਹੈ ਫੈਂਸੀ ਐਂਡ ਇਮੇਜਿਨੇਸ਼ਨ ਦੀ ਗੱਲ ਕਰਦਾ ਹੈ ਜਾਂ ਫਿਰ ਕੌਨਸ਼ੀਅਸਨੈਸ ਐਂਡ ਅਨਕੌਨਸ਼ੀਅਸ ਦੀ ਗੱਲ ਕਰਦਾ ਹੈ ਦੱਸੋ ਬੇਟਾ ਵੈਰੀ ਗੁੱਡ ਫੈਂਸੀ ਐਂਡ ਇਮੇਜੀਨੇਸ਼ਨ ਤਾਂ ਇਹ ਗੱਲ ਕਾਹਦੀ ਕਰਦਾ ਹੈ ਫੈਂਸੀ ਐਂਡ ਇਮੇਜੀਨੇਸ਼ਨ ਜਿੰਦੇ ਚ ਫੈਂਸੀ ਨੂੰ ਲੋਅਰ ਫੈਕਿਲਟੀ ਦੱਸਦਾ ਹੈ ਔਰ ਇਮੇਜੀਨੇਸ਼ਨ ਨੂੰ ਹਾਇਰ ਫੈਕਲਟੀ ਦੱਸਦਾ ਵੈਰੀ ਗੁੱਡ ਗੁਰਪ੍ਰੀਤ ਸਿੰਘ ਵੈਰੀ ਗੁੱਡ ਗੁੰਜਨ ਉਸ ਤੋਂ ਬਾਅਦ ਆਪਾਂ ਕੋਲ ਆ ਜਾਂਦੇ ਮੈਥਿਊ ਗ੍ਰੈਜਰੀ ਲਿਵਾਈਸ ਮੰਕ ਲਿਵਾਈਸ ਦੇ ਨਾਮ ਨਾਲ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ ਔਰ ਮੰਕ ਲਿਵਾਈਸ ਕਿਉਂ ਜਾਣਿਆ ਜਾਂਦਾ ਹੈ ਕਿਉਂਕਿ ਇਹਨਾਂ ਨੇ ਇੱਕ ਵਰਕ ਲਿਖਿਆ ਸੀ ਦਾ ਮੰਕ ਦਾ ਮੰਕ ਯਾਦ ਹੋਏਗਾ ਤੁਹਾਨੂੰ ਜੇਕਰ ਤੁਸੀਂ ਪੜ੍ਹਿਆ ਹੋਇਆ ਹੈ ਐمبرੋਸਿਓ ਐمبرੋਸਿਓ ਦੀ ਸਟੋਰੀ ਹੈ ਅਮੀਲੀਆ ਵੀ ਇਹਦੇ ਚ ਇੱਕ ਕੈਰੈਕਟਰ ਹੈ ਫੈਂਸੀ ਐਂਡ ਇਮੇਜਿਨੇਸ਼ਨ ਬੁੱਕ 14 ਵੈਰੀ ਗੁੱਡ ਵੈਰੀ ਗੁੱਡ ਐمبرੋਸਿਓ ਇੱਕ ਮੰਕ ਹੈ ਠੀਕ ਹੈ ਉਹਦੀ ਸਟੋਰੀ ਹੈ ਪਰ ਇਹ ਦੋ ਪੈਰਲਲ ਪਲੋਟ ਹਨ ਦੇ ਵਿੱਚ ਪਰ ਇਹ ਉਹ ਬੁੱਕ ਹੈ ਜਿਹਦੇ ਵਾਸਤੇ ਇੱਕ ਰਾਈਟਰ ਨੇ ਲਿਖਿਆ ਹੈ ਕਿ ਜੇਕਰ ਇਹ ਉਹ ਬੁੱਕ ਇਹ ਬੁੱਕ ਕੋਈ ਪੇਰੈਂਟਸ ਆਪਣੇ ਬੱਚਿਆਂ ਦੇ ਹੱਥ 'ਚ ਦੇਖ ਲਵੇ ਤਾਂ ਪੀਲਾ ਪੈ ਜਾਵੇ ਤੁਸੀਂ ਮੈਨੂੰ ਇਹ ਵੀ ਦੱਸੋ ਕਿ ਇਹ ਜਿਹੜੀ ਵਰਡਿੰਗ ਹੈ ਕਿਹੜੇ ਰਾਈਟਰ ਨੇ ਲਿਖੀ ਹੋਈ ਹੈ ਉਸ ਤੋਂ ਬਾਅਦ ਆਪਾਂ ਕੋ ਲੈ ਆਂਦੇ ਜੇ ਨਾਸਟਨ ਪ੍ਰਾਈਡ ਐਂਡ ਪ੍ਰੈਜੂਡਿਸ A MAN IN SEARCH OF A GOOD FORTUNE MUST BE IN SEARCH OF A WIFE ਜੇਕਰ ਕੋਈ ਇਨਸਾਨ ਚੰਗੀ ਕਿਸਮਤ ਜਾਂ ਚੰਗਾ ਫਿਊਚਰ ਚਾਹੁੰਦਾ ਹੈ ਤਾਂ ਉਹਦੇ ਕੋਲੇ ਕਰ ਵਾਲੀ ਹੋਣੀ ਜ਼ਰੂਰੀ ਹੈ ਠੀਕ ਹੈ ਗੁਰਪ੍ਰੀਤ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਠੀਕ ਹੈ ਗ੍ਰੇਟ ਸਰ ਥੈਂਕ ਯੂ ਸੋ ਮਚ ਸੈਂਸ ਐਂਡ ਸੈਂਸਿਬਿਲਿਟੀ ਪ੍ਰਾਈਡ ਐਂਡ ਪ੍ਰੈਜਿਡਿਸ ਅੱਛਾ ਦੋਨੋਂ ਦਾ ਨਾਮ ਜਿਹੜਾ ਹੈ ਐਡੀਨੋਰ ਐਂਡ ਮਰੀਨ ਦੇ ਨਾਮ ਤੇ ਪਹਿਲਾਂ ਵਰਕ ਲਿਖਿਆ ਗਿਆ ਸੀ ਔਰ ਪ੍ਰਾਈਡ ਐਂਡ ਪ੍ਰੈਜਿਡਿਸ਼ਨ ਦਾ ਪ੍ਰਾਈਡ ਐਂਡ ਪ੍ਰੈਜਿਡਿਸ ਦਾ ਜਿਹੜਾ ਐਕਚੁਅਲ ਨੇਮ ਸੀ ਉਸੇ ਫਸਟ ਇੰਪ੍ਰੈਸ਼ਨਸ ਫਸਟ ਇੰਪ੍ਰੈਸ਼ਨਸ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜਿੰਨੇ ਵੀ ਤੁਹਾਡੇ ਨਾਲ ਬੱਚੇ ਤਿਆਰੀ ਕਰ ਰਹੇ ਆਪਾਂ ਕੋਈ ਉਹਨਾਂ ਤੋਂ ਪੈਸੇ ਨਹੀਂ ਲੈ ਰਹੇ ਪੜਾਉਣ ਦੇ ਠੀਕ ਹੈ ਤਾਂ ਤੁਸੀਂ ਸੈਸ਼ਨ ਨੂੰ ਜ਼ਰੂਰ ਸ਼ੇਅਰ ਕਰਨਾ ਹੈ ਤਾਂ ਕਿ ਕਿਸੇ ਹੋਰ ਦੀ ਵੀ ਹੈਲਪ ਹੋ ਸਕੇ ਲੀ ਹੰਟ ਲੀ ਹੰ ਨੇ 1784 ਦੇ ਵਿੱਚ ਇਹਨਾਂ ਦਾ ਬਰਥ ਹੁੰਦਾ ਹੈ 1859 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ ਪਰ ਇਹਨਾਂ ਦੀ ਦੁਆਰਾ ਲਿਖੀ ਗਈ ਬਹੁਤ ਪਿਆਰੀ ਪੋਇਮ ਹੈ ਅਬੂ ਬੈਨ ਐਦਮ ਅਬੂ ਬੈਨ ਐਦਮ ਇੱਕ ਵਧੀਆ ਪੋਇਮ ਲਿਖੀ ਗਈ ਹੈ ਦਾ ਪੋਇਮ ਫੋਕਸ ਔਨ ਦਾ ਇਵੈਂਟ ਇਨ ਦਾ ਲਾਈਫ ਆਫ ਅ ਸੂਫੀ ਸੇਂਟ ਇਬਰਾਹਿਮ ਬਿਨ ਐਦਮ ਦਾ ਨਾਮ ਉਹਨਾਂ ਨੇ ਅਬੂ ਬਨ ਨਜ਼ਮ ਲਿਖਿਆ ਹੋਇਆ ਹੈ ਔਰ ਇਹਨਾਂ ਨੂੰ ਇੱਕ ਏਂਜਲ ਮਿਲਦੀ ਹੈ ਅਬੂ ਜਿਹੜਾ ਹੈ ਇੱਕ ਰੂਮ ਦੇ ਵਿੱਚ ਬੈਠਾ ਹੈ ਔਰ ਇੱਕ ਲਾਈਟ ਆ ਰਹੀ ਹੈ ਸਾਈਡ ਤੋਂ ਔਰ ਉਹਦੇ ਜਿਹੜਾ ਇੱਕ ਏਂਜਲ ਮਿਲਦੀ ਹੈ ਉਹ ਏਂਜਲ ਰਿਕਾਰਡ ਕਰ ਰਹੀ ਹੈ ਨਾਮ ਲਿਖ ਰਹੀ ਹੈ ਉਹਨਾਂ ਲੋਕਾਂ ਦੇ ਉਹਨਾਂ ਲੋਕਾਂ ਦੇ ਨਾਮ ਲਿਖ ਰਹੀ ਹੈ ਜਿਹੜੇ ਪ੍ਰਮਾਤਮਾ ਨੂੰ ਪਸੰਦ ਕਰਦੇ ਯਾਦ ਰੱਖਿਓ ਕਿ ਏਂਜਲ ਉਹਨਾਂ ਲੋਕਾਂ ਦੇ ਨਾਮ ਲਿਖ ਰਹੀ ਹੈ ਜਿਹੜੇ ਗੋਡ ਨੂੰ ਪਸੰਦ ਕਰਦੇ ਹੈ ਲਰਨਿੰਗ ਹਿਸ ਨੇਮ ਇਜ਼ਨਟ ਔਨ ਦਿਸ ਲਿਸਟ ਮੈਂ ਬਨਦਮ ਇਨਸਟਰक्ट द ਐਂਜਲ ਟੂ ਮਾਰਕ ਹਿਮ ਡਾਊਨ ਐਸ ਵਨ ਹੂ ਲਵਸ ਹਿਸ ਫੈਲੋ ਮੈਨ ਅਬੂ ਉਹਨੂੰ ਪੁੱਛਦਾ ਹੈ ਐਂਜਲ ਨੂੰ ਕਿ ਕੀ ਮੇਰਾ ਨਾਮ ਇਸ ਲਿਸਟ ਦੇ ਵਿੱਚ ਹੈ ਤਾਂ ਉਹ ਕਹਿੰਦੀ ਬਿਲਕੁਲ ਤੇਰਾ ਨਾਮ ਇਸ ਲਿਸਟ ਦੇ ਵਿੱਚ ਨਹੀਂ ਹੈ ਤੇਰਾ ਨਾਮ ਉਹਨਾਂ ਲੋਕਾਂ ਦੀ ਲਿਸਟ ਦੇ ਵਿੱਚ ਬਿਲਕੁਲ ਵੀ ਨਹੀਂ ਹੈ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਹੈ ਤਾਂ ਅਬੂ ਕਹਿੰਦਾ ਹੈ ਕਿ ਫਿਰ ਮੇਰਾ ਨਾਮ ਉਹਨਾਂ ਦੇ ਵਿੱਚ ਲਿਖ ਜਿਹੜੇ ਪ੍ਰਮਾਤਮਾ ਦੇ ਬਣਾਏ ਹੋਏ ਇਨਸਾਨਾਂ ਨੂੰ ਪਿਆਰ ਕਰਦੇ ਹੈ ਮੈਂ ਪ੍ਰਮਾਤਮਾ ਨੂੰ ਸ਼ਾਇਦ ਪਿਆਰ ਨਹੀਂ ਕਰਦਾ ਪਰ ਮੈਂ ਪ੍ਰਮਾਤਮਾ ਦੀ ਬਣਾਈ ਹੋਈ ਜਿਹੜੀ ਇਨਸਾਨੀਅਤ ਹੈ ਉਹਨਾਂ ਨੂੰ ਪਿਆਰ ਕਰਦਾ ਹਾਂ ਨੈਕਸਟ ਨਾਈਟ ਜਦੋਂ ਅਗਲੀ ਨਾਈਟ ਉਹ ਐਂਜਲ ਦੁਬਾਰਾ ਆਉਂਦੀ ਹੈ ਉਹਨਾਂ ਦੇ ਕੋਲੇ ਸੈਕੰਡ ਲਿਸਟ ਹੁੰਦੀ ਹੈ ਤਾਂ ਉਹਨਾਂ ਦੇ ਕੋਲੇ ਸੈਕੰਡ ਲਿਸਟ ਦੇ ਵਿੱਚ ਕਿਹੜੀ ਲਿਸਟ ਹੈ ਕਿ ਉਹ ਬੰਦੇ ਜਿਨ੍ਹਾਂ ਨੂੰ ਪਰਮਾਤਮਾ ਪਿਆਰ ਕਰਦਾ ਹੈ ਮਤਲਬ ਜਿਨ੍ਹਾਂ ਨੂੰ ਪਰਮਾਤਮਾ ਬles ਕਰੇਗਾ ਉਹਨਾਂ ਦੀ ਲਿਸਟ ਹੁੰਦੀ ਹੈ ਪਰ ਉਸ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਨਾਮ ਹੈ ਉਹ ਅਬੂਦਾ ਹੈ ਤੇ ਪੋਇਮ ਆਪਾਂ ਨੂੰ ਦੱਸਦੀ ਹੈ ਕਿ ਜੇਕਰ ਅਸੀਂ ਬਾਕੀ ਇਨਸਾਨਾਂ ਨੂੰ ਪਿਆਰ ਕਰਦੇ ਹਾਂ ਉਹਨਾਂ ਦੀ ਹੈਲਪ ਕਰਦੇ ਹਾਂ ਉਹਨਾਂ ਨੂੰ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਹਾਂ ਤਾਂ ਪ੍ਰਮਾਤਮਾ ਜੋ ਹੈ ਉਹ ਸਾਨੂੰ ਪਿਆਰ ਕਰਦਾ ਹੈ ਅਸੀਂ ਪ੍ਰਮਾਤਮਾ ਦੀ ਚਾਹ ਪੂਜਾ ਪਾਠ ਨਾ ਕਰੀਏ ਪਰ ਜੇਕਰ ਅਸੀਂ ਪ੍ਰਮਾਤਮਾ ਦੀ ਬਣਾਈ ਹੋਈ 휴ਮੈਨਿਟੀ ਇਨਸਾਨੀਅਤ ਨੂੰ ਜੇਕਰ ਅਸੀਂ ਫਾਲੋ ਕਰਦੇ ਹਾਂ ਅਸੀਂ ਆਪਦੇ ਫੈਲੋ ਜਾਂ ਕਲੀਕਸ ਦੀ ਹੈਲਪ ਕਰਦੇ ਹਾਂ ਜਾਂ ਲੋਕਾਂ ਨੂੰ ਪਿਆਰ ਕਰਦੇ ਹਾਂ ਕਿਸੇ ਨਾਲ ਚੀਟ ਜਾਂ ਤੋਖਾ ਨਹੀਂ ਕਰਦੇ ਤਾਂ ਪ੍ਰਮਾਤਮਾ ਸਾਨੂੰ ਬLES ਕਰਦਾ ਹੈ ਬਹੁਤ ਅੱਛੀ ਪੋਇਮ ਲਿਖੀ ਗਈ ਹੈ ਲੀ ਹੰਦ ਤੋਂ ਨੈਕਸਟ ਆਪਣਾ ਕੋਲ ਆਇਆ ਇਹ ਲਾਰਡ ਬਾਇਰਨ 1788 ਦੇ ਵਿੱਚ ਇਹਨਾਂ ਦਾ ਬਰਥ ਹੁੰਦਾ ਹੈ 1824 ਦੇ ਵਿੱਚ ਡੈਥ ਹੁੰਦੀ ਹੈ ਚੌਨ ਯੂਹਾਨ ਅ ਪੋਇਮ ਸਪੈਨਿੰਗ 17 ਕੈਂਟੋਜ਼ ਅਨਫਿਨਿਸ਼ਡ ਪੋਇਮ ਹੈ ਠੀਕ ਹੈ 16 ਕੈਂਟੋ ਇਹਦੇ ਪੂਰੇ ਹੈ 17th ਕੈਂਟੋ ਜੋ ਹੈ ਉਹ ਅਨਫਿਨਿਸ਼ਡ ਹੈ ਪੀਬੀ ਸ਼ੈਲੀ ਸਾਰੇ ਜਾਣਦੇ ਹੋ ਓ ਟੂ ਵੈਸਟ ਵਿੰਡ ਉਹਨੂੰ ਪ੍ਰਿਜ਼ਰਵਰ ਵੀ ਕਹਿੰਦਾ ਹੈ ਵੈਸਟ ਵਿੰਡ ਨੂੰ ਔਰ ਉਹਨੂੰ ਡੈਸਟਰਾਇਰ ਵੀ ਕਹਿੰਦਾ ਹੈ ਉਹ ਇਹ ਵੀ ਕਹਿੰਦਾ ਹੈ ਕਿ ਮੈਨੂੰ ਇਹਨੂੰ ਪਾਵਰ ਦੇ ਕਿ ਮੈਂ ਲੋਕਾਂ ਨੂੰ ਆਪਦੀ ਰਾਈਟਿੰਗਸ ਦੇ ਨਾਲ ਚੇਂਜ ਕਰ ਸਕਾਂ O to West Wind ਬਹੁਤ ਅੱਛੀ ਪੋਇਮ ਹੈ ਚੌਂਕ ਕੀਟਸ 1795 ਦੇ ਵਿੱਚ ਇਹਨਾਂ ਦਾ ਬਰਥ ਹੁੰਦਾ ਜੀ 1821 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ ਐਂਡੀਮਿਨ ਇਹਨਾਂ ਦੁਆਰਾ ਲਿਖਿਆ ਗਿਆ O to Autumn O to Psyche ਬਹੁਤ ਅੱਛੇ ਵਰਕ ਲਿਖੇ ਗਏ ਹਨ ਔਰ ਇੱਕ ਇੱਕ ਲਾਈਨ ਜਿਹੜੀ ਹੈ ਮੋਸਟ ਇੰਪੋਰਟੈਂਟ ਹੈ ਅ ਥਿੰਗ ਆਫ ਬਿਊਟੀ ਇਜ਼ ਅ ਜੋਏ ਫੋਰਐਵਰ ਜੇਕਰ ਤੁਹਾਨੂੰ ਹਮੇਸ਼ਾ ਕਿਸੇ ਚੀਜ਼ ਤੋਂ ਖੁਸ਼ੀ ਮਿਲ ਰਹੀ ਹੈ ਉਹੀ ਸੁੰਦਰ ਹੈ ਕੁਝ ਸੁੰਦਰਤਾ ਜਿਹੜੀ ਹੁੰਦੀ ਹੈ ਉਹ ਤੁਹਾਨੂੰ ਥੋੜੇ ਟਾਈਮ ਦੀ ਖੁਸ਼ੀ ਦਿੰਦੀ ਹੈ ਉਹ ਸੁੰਦਰਤਾ ਸੁੰਦਰਤਾ ਨਹੀਂ ਹੈ ਜੇਕਰ ਕੋਈ ਚੀਜ਼ ਸੁੰਦਰ ਹੈ ਇਟ ਮੀਨਸ ਉਹ ਤੁਹਾਨੂੰ ਹਮੇਸ਼ਾ ਖੁਸ਼ ਕਰੇਗੀ ਇਟਸ ਲਵਲੀਨੈਸ ਇਨਕਰੀਜ਼ਸ ਇਟ ਵਿਲ ਨੈਵਰ ਪਾਸ ਇਨਟੂ ਨਥਿੰਗਨੈਸ ਉਹ ਉਹ ਜਿਹੜੀ ਬਿਊਟੀ ਹੈ ਉਹਦੀ ਲਵਲੀਨੈਸ ਹਮੇਸ਼ਾ ਇਨਕਰੀਜ਼ ਹੋਏਗੀ ਜੇਕਰ ਡਿਕਰੀਜ਼ ਹੋ ਰਹੀ ਹੈ ਤਾਂ ਸਮਝ ਲਓ ਕਿ ਉਹ ਚੀਜ਼ ਸੁੰਦਰ ਨਹੀਂ ਹੈ ਠੀਕ ਹੈ ਔਰ ਇੱਕ ਹੋਰ ਨਾਮ ਆਪਾਂ ਭੁੱਲ ਗਏ ਮੈਰੀ ਸ਼ੈਲੀ ਮੈਰੀ ਸ਼ੈਲੀ ਵੈਸੇ ਹੈ ਫ੍ਰੈਂਕਨਸਟਾਈਨ ਔਰ ਦਾ ਮਾਡਰਨ ਪ੍ਰੋਮਥੀਅਸ 1818 ਦੇ ਵਿੱਚ ਆਇਆ ਹੋਇਆ ਵਰਕ ਹੈ ਮੇਰੀ ਸ਼ੈਲੇ ਦੇ ਫ੍ਰੈਂਕਨਸਟਾਈਨ ਲਿਖਿਆ ਹੋਇਆ ਵਰਕ ਹੈ ਵਿਕਟਰ ਫ੍ਰੈਂਕਨਸਟੀ ਇਨਕ ਸਟੋਰੀ ਨੂੰ ਨਰੇਟ ਕਰ ਰਿਹਾ ਹੈ ਇੱਕ ਸ਼ਿਪ ਦੇ ਨੈਵਲ ਆਫੀਸਰ ਜਿਹੜਾ ਹੈ ਉਹਨੂੰ ਇੱਕ ਸਟੋਰੀ ਨੂੰ ਵਾਈਫ ਆਫ ਪੀਬੀ ਸ਼ੈਲੇ ਬਿਲਕੁਲ ਵਾਈਫ ਆਫ ਪੀਬੀ ਸ਼ੈਲੇ ਸੀ ਔਰ ਇਹਨੇ ਜਿਹੜਾ ਵਰਕ ਲਿਖਿਆ ਸੀ ਫ੍ਰੈਂਕਨਸਟੇਨ ਇਹਨੇ ਜੋ ਵਰਕ ਲਿਖਿਆ ਸੀ ਫ੍ਰੈਂਕਨਸਟੇਨ ਉਹਦਾ ਜਿਹੜਾ ਪ੍ਰੀਫੇਸ ਲਿਖਿਆ ਗਿਆ ਸੀ ਉਹ ਪੀਬੀ ਸ਼ੈਲੇ ਦੁਆਰਾ ਲਿਖਿਆ ਗਿਆ ਸੀ ਜਿਹੜਾ ਫ੍ਰੈਂਕਨਸਟੇਨ ਦਾ ਪ੍ਰੀਫੇਸ ਲਿਖਿਆ ਗਿਆ ਸੀ ਪ੍ਰੀਫੇਸ ਆਫ फ्रैंकेंस्टीन फ्रैंकेंस्टीन ਦਾ ਜਿਹੜਾ ਪ੍ਰੀਫੇਸ ਲਿਖਿਆ ਗਿਆ ਸੀ ਉਹ ਪੀਬੀ ਸ਼ੈਲੇ ਦੇ ਦੁਆਰਾ ਲਿਖਿਆ ਗਿਆ ਸੀ ਵੈਰੀ ਗੁੱਡ ਬੇਟਾ ਵੈਰੀ ਗੁੱਡ ਠੀਕ ਹੈ ਪੀਬੀ ਉਸ ਤੋਂ ਬਾਅਦ ਆਪਾਂ ਕੋਲ ਆਉਂਦਾ ਵਿਕਟੋਰੀਅਨ ਪੀਰੀਅਡ ਕਵੀਨ ਵਿਕਟੋਰੀਆ ਕਵੀਨ ਵਿਕਟੋਰੀਆ ਦਾ ਜਿਹੜਾ ਰੇਨ ਹੈ ਕਾਫੀ ਲੰਬਾ ਸਮਾਂ ਇਹਨਾਂ ਨੇ ਰਾਜ ਕੀਤਾ ਉਸ ਜਿਹੜਾ ਟਾਈਮ ਪੀਰੀਅਡ ਹੈ ਉਸ ਟਾਈਮ ਪੀਰੀਅਡ ਨੂੰ ਵਿਕਟੋਰੀਅਨ ਪੀਰੀਅਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੰਗਲਿਸ਼ ਲਿਟਰੇਚਰ ਦੇ ਵਿੱਚ ਥਾਮਸ ਕਾਰਲਾਇਲ ਦਾ ਵਰਕ ਔਨ ਹੀਰੋਜ਼ ਹੀਰੋ ਵਰਸ਼ਿਪ ਐਂਡ ਦਾ ਹੀਰੋਇਕ ਇਨ ਦਾ ਹਿਸਟਰੀ ਜਿੰਦੇ ਚੇ ਅਲੱਗ-ਅਲੱਗ ਹੀਰੋਜ਼ ਦੀ ਗੱਲ ਕਰਦਾ ਹੈ ਅਲੱਗ-ਅਲੱਗ ਫੀਲਡ ਦੇ ਅਲੱਗ-ਅਲੱਗ ਹੀਰੋਜ਼ ਦੀ ਗੱਲ ਕਰਦਾ ਹੈ ਬਹੁਤ ਅੱਛਾ ਵਰਕ ਹੈ ਅਲਫਰਡ ਲੋਅ ਟੈਨਿਸਨ 1809 ਟੂ 1819 ਯੂਲੀਸਿਸ ਇਹਨਾਂ ਦੁਆਰਾ ਲਿਖੀ ਗਈ ਇੱਕ ਬਹੁਤ ਪਿਆਰੀ ਪੋਇਮ ਹੈ 1833 ਦੇ ਵਿੱਚ ਯੂਲੀਸਿਸ ਲਿਖੀ ਗਈ ਸੀ और एक यूलिसिस जेम्स जोयशी द्वारा भी लिखा गया है जरूर याद रखना है कि जो यूलिसिस अल्फर्ड लॉड टेनिसन ने लिखा है वो एक पोएम है और जो जेम्स जोयशी ने लिखा है एक नॉवल है ये भी तुम्हें फर्क जरूर याद रखना है एलिजाबैथ गैसकल एटीन टेन के बर्थ होंटीन सिक्सटी फाइव डेथ होंगी है मैरी बार्टन रूथिया लवरस और एक इतने जरूर तुम याद रखना है एक वर्क आएगा अपने को sons and lovers bilkul milde julde je naam hai jitke sons and lovers jo likha hai wo dh lawrence ne likha hai sons and lovers jo likha gaya hai wo likha gaya dh lawrence de dwara charles dickens har times great expectation 1812 de vich charles dickens da janm hunda hai duniya to chale jande 1870 de vich ta english literature de point of view to tode waste inna nu sequence wise yaad rakhna jehda hai bahut important hai ਰੋਬਰਟ ਬਰਾਊਨਿੰਗ ਰੋਬਰਟ ਬਰਾਊਨਿੰਗ ਯਾਦ ਆਇਆ ਹੋਗਾ ਤੁਹਾਨੂੰ ਮਾਈ ਲਾਸਟ ਚੈਸ ਪਰ ਰੋਬਰਟ ਬਰਾਊਨਿੰਗ ਯਾਦ ਆਂਦੀ ਤੁਹਾਨੂੰ ਇੱਕ ਵਰਡ ਯਾਦ ਆਉਂਦਾ ਡਰਾਮੈਟਿਕ ਮੋਨੋਲੋਗ ਡਰਾਮੈਟਿਕ ਮੋਨੋਲੋਗ ਠੀਕ ਹੈ ਮੋਨੋ ਦਾ ਮਤਲਬ ਹੁੰਦਾ ਜੀ ਸਿੰਗਲ ਔਰ ਡਰਾਮੈਟਿਕ ਮੋਨੋਲੋਗ ਦੀ ਤੁਹਾਨੂੰ ਵਿਸ਼ੇਸ਼ਤਾ ਦੱਸ ਦਿਨਾ ਹੈ ਕਿ ਡਰਾਮੈਟਿਕ ਮੋਨੋਲੋਗ ਕੀ ਹੁੰਦਾ ਇੱਕ ਸਪੀਕਰ ਹੈ ਜਿਹੜਾ ਅ ਸਪੀਕਰ ਐਡਰੈਸਸਸ ਐਨ ਇਮੇਜినਰੀ ਆਡੀਅנס ਔਰ ਅ ਸਾਇਲੈਂਟ ਲਿਸਨਰ ਇਨ ਦਾ ਫਰੰਟ ਆਫ ਹਿਮ ਇੱਕ ਜਿਹੜਾ ਬੋਲਣ ਬੋਲਣ ਵਾਲਾ ਸਪੀਕਰ ਹੈ ਉਹ ਇਮੇਜినਰੀ ਆਡੀਅנס ਜਾਂ ਤਾਂ ਉਹਦੇ ਸਾਹਮਣੇ ਆਡੀਅנס ਬੈਠੀ ਨਹੀਂ ਜਾਂ ਫਿਰ ਆਡੀਅנס ਜਿਹੜੀ ਸਾਇਲੈਂਟ ਹੈ ਮਤਲਬ ਉਹਨਾਂ ਦੇ ਵਿਚਾਲੇ ਕਿਸੇ ਵੀ ਤਰੀਕੇ ਦਾ ਕੋਈ ਇੰਟਰਰਪਟ ਕਰਨ ਵਾਲਾ ਨਹੀਂ ਹੈ ਐਸੇ ਕਰਕੇ ਇਹਨੂੰ ਮੋਨੋ ਮਤਲਬ ਸਿੰਗੂਲਰ ਇੱਕ ਸਿੰਗਲ ਸਾਈਡ ਡਾਇਲੋਗ ਹੁੰਦਾ ਹੈ ਅੱਜ ਕੱਲ ਇੱਕ ਬਹੁਤ ਵਧੀਆ ਚੱਲਦਾ ਹੈ ਇੱਕ ਇੱਕ ਸੀਰੀਜ਼ ਆਈ ਸੀ ਜੇਕਰ ਤੁਸੀਂ ਉਹਨੂੰ ਪੜ੍ਹਿਆ ਹੋਵੇ ਦੇਖਿਆ ਹੋਵੇ ਬਾਬਾ ਜਾਨੇ ਸ਼ ਦੀ ਬਾਤ ਠੀਕ ਹੈ ਤਾਂ ਉਹ ਜਿਹੜਾ ਹੈ ਇੱਕ ਬਹੁਤ ਵਧੀਆ ਡਰਾਮੈਟਿਕ ਮੋਨੋਲੋਗ ਜਿਹੜਾ ਹੈ ਅੱਜ ਕੱਲ ਕੋਈ ਆਪਣੇ ਦੇਸ਼ ਦੇ ਵਿੱਚ ਹੈ ਕੋਈ ਜਿਹੜਾ بڑے ਐਪੀਸੋਡ ਉਹ ਨਹੀਂ ਕੀਤੇ ਹੈ ਉਹ ਸਾਰੇ ਦੇ ਸਾਰੇ ਡਰਾਮੈਟਿਕ ਮੋਨੋਲੋਗ ਹੀ ਹੈ ਠੀਕ ਹੈ ਦਾ ਸਪੀਕਰ ਇਜ਼ ਨਾਟ ਦਾ ਪੋएट ਬਟ ਸਮਬੀਡੀ ਐਲਸ ਇਹ ਵੀ ਯਾਦ ਰੱਖਣਾ ਹੈ ਕਿ ਜਿਹੜੀ ਗੱਲ ਕਰ ਰਿਹਾ ਉਹ ਸਪੀਕਰ ਨਹੀਂ ਹੈ ਉਹ ਸੌਰੀ ਪੋएट ਨਹੀਂ ਹੈ ਪੋएट ਨੇ ਜੋ ਵਰਕ ਲਿਖਿਆ ਉਹਨ ਵਿੱਚ ਕੋਈ ਕੈਰੈਕਟਰ ਹੈ ਜਿਹੜਾ ਇਸ ਚੀਜ਼ ਨੂੰ ਲੈ ਕੇ ਬੋਲ ਰਿਹਾ ਹੈ ਪਰ ਐਸੇ ਇਹਦੇ ਨਾਲ ਮਿਲਦਾ ਜੁਲਦਾ ਇੱਕ ਟਰਮ ਆ ਜਾਂਦੀ ਹੈ ਸੋਲੀਲਕੀ ਤਾਂ ਸੋਲੀਲਕੀ ਦੇ ਵਿੱਚ ਵੀ ਸੇਮ ਚੀਜ਼ ਆ ਜਾਂਦੀ ਹੈ ਹੈ ਉਹ ਵੀ ਮੋਨੋਲੋਗ ਹੀ ਪਰ ਉਹ ਇੱਕ ਪ੍ਰਾਈਵੇਟ ਮੋਨੋਲੋਗ ਹੈ ਮਤਲਬ ਉਹਨੂੰ ਕੋਈ ਸੁਣ ਨਹੀਂ ਰਿਹਾ ਇਹਦੇ ਚ ਇਮੇਜਿਨ ਕੀਤਾ ਜਾਂਦਾ ਕਿ ਕੋਈ ਸੁਣਨ ਵਾਲਾ ਵੀ ਹੈ ਨੋ ਕਨਵਰਸੇਸ਼ਨ ਬੀਟਵੀਨ ਦਾ ਸਪੀਕਰ ਐਂਡ ਦਾ ਲਿਸਨਰ ਓਨਲੀ ਮੋਨੋਲੋਗ ਐਂਪਲ ਇਨਫੋਰਮੇਸ਼ਨ ਅਬਾਊਟ ਦਾ ਸਾਇਲੈਂਟ ਲਿਸਨਰ ਇਜ਼ ਰਿਵੀਲਡ ਬਾਈ ਦਾ ਸਪੀਕਰ ਇਨ ਦਾ ਕੋਰਸ ਆਫ ਦਾ ਪੋਇਮ ਸਾਨੂੰ ਜਿਹੜਾ ਰਾਈਟਰ ਜਿਹੜਾ ਹੈ ਪੋਇਮ ਇਸ ਤਰੀਕੇ ਨਾਲ ਲਿਖੀ ਜਾਂਦੀ ਹੈ ਕਿ ਉਹਦੇ ਬੋਲਣ ਦੇ ਤਰੀਕੇ ਤੋਂ ਅੰਦਾਜ਼ਾ ਸਾਨੂੰ ਪਤਾ ਲੱਗਦਾ ਹੈ ਉਸ ਤਰੀਕੇ ਤੋਂ ਸਾਨੂੰ ਅੰਦਾਜ਼ਾ ਲਗਾਉਣੇ ਆ ਕਿ ਉਹਨੂੰ ਕੋਈ ਸੁਣ ਰਿਹਾ ਹੈ ਠੀਕ ਹੈ ਆਬਵੀਅਸਲੀ ਉਹਨੂੰ ਜਵਾਬ ਦੇਣ ਵਾਲਾ ਕੋਈ ਨਹੀਂ ਹੁੰਦਾ ਔਰ ਇਹ ਯੋਨਰ ਜਿਹੜਾ ਹੈ ਡਨ ਜੌਨ ਡਨ ਮਾਰਵਲ ਟੈਨਿਸਨ ਐਜ਼ਰਾ ਪਾਉਂਡ ਐਲੀਟ ਰੋਬਰਟ ਫਰੋਸਟ ਇਹ ਸਾਰਿਆਂ ਨੇ ਯੂਜ਼ ਕੀਤਾ ਹੋਇਆ 乔र्ज ਐਲ ਆਪਣੇ ਸੌਰੀ ਫਿਰ ਆ ਜਾਂਦੇ ਚਾਰਲਟ ਬ੍ਰੌਂਟੇ ਬੈਲਜ਼ ਐਂਡ ਪੋਮੇਗ੍ਰੇਨੇਟਸ ਐਂਦੀ ਸੀਰੀਜ਼ ਹੈ ਪੋਰਫਾਈਰ ਐਜ਼ ਅ ਲਵਰ ਇੱਥੇ ਬੈਲਸ ਹਨ ਮਤਲਬ ਜਿਹੜਾ ਹੈਗਾ ਬੇਟਾ ਬੈਲਸ ਦਾ ਮਤਲਬ ਹੈ ਸਾਉਂਡ ਔਰ ਪੋਮੇਗ੍ਰੇਨੇਟਸ ਦਾ ਮਤਲਬ ਜੋ ਹੈ ਉਹ ਹੈ ਸੈਂਸ ਸਾਉਂਡ ਐਂਡ ਸੈਂਸ ਫਿਰ ਆਪਣੇ ਕੋਲੇ ਆ ਜਾਂਦੇ ਚਾਰਲਟ ਬ੍ਰੌਂਟੇ ਬ੍ਰੌਂਟੇ ਸਿਸਟਰਸ ਜਿਹੜੀਆਂ ਉਹਨਾਂ 1816 ਦੇ ਵਿੱਚ ਬਰਥ ਹੁੰਦਾ ਹੈ 1855 ਦੇ ਵਿੱਚ ਹੁੰਦੀ ਹੈ ਡੈਥ ਐਮਲੀ ਬ੍ਰੌਂਟੇ ਵੁਦਰਿੰਗ ਹਾਈਟ ਇੱਕ ਬਹੁਤ ਹੀ ਅੱਛਾ ਬਹੁਤ ਹੀ ਅੱਛਾ ਵਰਕ ਹੈ ਵੁਦਰਿੰਗ ਹਾਈਟ ਜਿੰਨੇ ਤੁਸੀਂ ਦੇਖਦੇ ਹੋ ਕੈਥਰੀਨ ਜਿਹੜੀ ਆਂਦੀ ਮੇਨ ਵੂਮਨ ਪ੍ਰੋਟਾਗਨਿਸਟ ਹੈ ਕੈਥਰੀਨ ਨਾਮ ਹੁੰਦਾ 1818 ਦੇ ਵਿੱਚ ਉਹਨਾਂ ਦਾ ਐਮਲੀ ਬ੍ਰੌਂਟੇ ਦਾ ਬਰਥ ਹੁੰਦਾ ਹੈ ਔਰ 1847 ਦੇ ਵਿੱਚ ਡੈਥ ਹੁੰਦੀ ਹੈ ਜੇਕਰ ਤੁਸੀਂ ਦੇਖੋਗੇ ਤਾਂ ਇਹਨਾਂ ਦੋਵਾਂ ਸਿਸਟਰ ਦੇ ਜਿਹੜੇ ਵਰਕ ਹੈ ਜਿਹੜੇ ਮੇਜਰ ਵਰਕ ਹੈ ਉਹ 1874 ਸੌਰੀ 1847 ਦੇ ਵਿੱਚ ਪਬਲਿਸ਼ ਹੋਏ ਹੋਏ ਆ ਫਿਰ ਆਪਣੇ ਕੋਲੇ ਜான் ਰਸਕਿਨ ਮਾਡਰਨ ਪੇਂਟਰਸ ਲਿਖਿਆ ਹੋਇਆ ਹੈ জর্জ ਐਲੀਟ ਐਡਮ ਬੀਡ ਮਿਡਲ ਮਾਰਚ ਕਾਫੀ ਜ਼ਿਆਦਾ ਵਰਕਸ ਦੇ জর্জ ਐਲੀਟ ਦੇ ਲਿਖੇ ਹੋਏ ਆ জর্জ ਐਲੀਟ ਮੈਰੀ ਐਂਡ ਐਵਾਨਸ ਦਾ ਪੈਨ ਨੇਮ ਹੈ জর্জ ਐਲੀਟ ਜੋ ਹੈ ਉਹਨਾਂ ਦਾ ਐਕਚੁਅਲ ਨੇਮ ਮੈਰੀ ਐਨ ਐਵਾਨਸ ਸੀ ਫਿਰ ਆਪਣੇ ਕੋਲੇ ਮੈਥਿਊ ਆਰਨਲਡ 1822 1880 ਟਾਵਰ ਬੀਚ ਇੱਕ ਰਿਲੀਜੀਅਸ ਜਿਹੜਾ ਫੇਥ ਲੋਕਾਂ ਦਾ ਡਾਊਨ ਹੋ ਰਿਹਾ ਹੈ ਕਿਸ ਤਰੀਕੇ ਨਾਲ ਲੋਕਾਂ ਦਾ ਜਿਹੜਾ ਰੀਜਨ ਦੇ ਵਿੱਚ ਵਿਸ਼ਵਾਸ ਘਟਦਾ ਜਾ ਰਿਹਾ ਹੈ ਉਸ ਚੀਜ਼ ਨੂੰ ਲੈ ਕੇ ਲਿਖੀ ਗਈ ਜਿਹੜੀ ਪੋਇਮ ਹੈ ਡਾਵਰ ਬੀਚ ਸੈਮੂਲ ਬਟਲਰ 1835 ਟੂ 1902 ਦਾ ਫੇਅਰ ਹੈਵਨ ਦਾ ਵੇ ਆਫ 올 ਫਲੈਸ਼ ਸੈਮੂਲ ਬਟਲਰ ਦੁਆਰਾ ਲਿਖਿਆ ਗਿਆ ਹੈ வால்ਟਰ ਪੀਟਰ ਸਟੱਡੀਆਂ ਇਨ ਦਾ ਹਿਸਟਰੀ ਆਫ ਦਾ ਰੈਨੇਸਾਂ ਇਹ ਪੇਪਰ ਦੇ ਵਿੱਚ ਆਇਆ ਕੁਐਸਚਨ ਹੈ ਕਿ வால்ਟਰ ਪੀਟਰ ਨੇ ਲਿਓਨਾਰਡੋ ਦਵਿੰਚੀ ਦੀ ਗੱਲ ਕਿਹੜੇ ਵਰਕ ਦੇ ਵਿੱਚ ਕੀਤੀ ਹੈ ਮਾਸਟਰ ਕੈਡਰ ਦੇ ਪੇਪਰ ਦੇ ਵਿੱਚ ਆਇਆ ਕੁਐਸਚਨ ਹੈ ਕਿ வால்ਟਰ ਪੀਟਰ ਨੇ ਲਿਓਨਾਰਡੋ ਦ ਵਿਨਸੀ ਦੀ ਗੱਲ ਕਿਹੜੇ ਵਰਕ ਦੇ ਵਿੱਚ ਕੀਤੀ ਹੋਈ ਹੈ ਤਾਂ ਵਰਕ ਦਾ ਨਾਮ ਹੈ ਸਟੱਡੀਜ਼ ਇਨ ਦਾ ਹਿਸਟਰੀ ਆਫ ਰੈਨੇਸਾਂ ਰਿਵਾਈਜ਼ਡ ਐਸ ਦਾ ਰੈਨੇਸਾਂ ਸਟੱਡੀਜ਼ ਇਨ ਆਰਟ ਐਂਡ ਪੋਇਟਰੀ ਸਟੱਡੀਜ਼ ਇਨ ਆਰਟ ਐਂਡ ਪੋਇਟਰੀ ਤਾਂ ਇਹ ਜਿਹੜੇ ਵਰਕ ਹੈ ਬੇਟਾ ਤੁਸੀਂ ਮਾਸਟਰ ਗ੍ਰੇਡ ਦੇ ਪ੍ਰੀਵियस ਇਅਰ ਕੁਐਸਚਨ ਪੇਪਰ ਨੂੰ ਵੀ ਜ਼ਰੂਰ ਧਿਆਨ ਚ ਰੱਖਦੇ ਹੋਏ ਆਪਣੀ ਤਿਆਰੀ ਕਰਨੀ ਹੈ ਟੋਮਸ ਹਾਰਡੀ ਦੁਆਰਾ ਲਿਖੇ ਗਏ ਟੈਸ ਆਫ ਡੀਅਰ ਬਰਬਿਲਸ ਅ ਪਿਓਰ ਊਮਨ ਫੇਥਫੁਲੀ ਰਿਪਰੈਜ਼ੈਂਟ ਜੂਟ ਦਾ ਆਬਸਕਿਅਰ दोनों वर्क जोड़े है बहुत अच्छे टॉमस हार्डी के बाकी सारे वर्ग्स भी बहुत अच्छे है एक इतने तुस्ते छोटा क्वेश्चन विच नॉवल इज डिस्क्राइबड ए बाय वर्जीनिया वुल्फ एज वन ऑफ द फ्यू नॉवल्स रिटन फॉर द ग्रोन अप पीपल्स एक क्वेश्चन आंसर दो कि यह नॉवल है जरा वर्जीनिया oh वुल्फ ने डिस्क्राइब किया है वन ऑफ द फ्यू इंग्लिश नॉवल्स रिटन फॉर द ग्रोन अप पीपल्स किल है जिन्होंने वर्जीनिया वुल्फ ने ਚੈ ਨੋਵਲ ਲਿਖਿਆ ਵੀ ਕਿੰਦਾ ਹੋਇਆ ਇਹ ਵੀ ਤੁਸੀਂ ਮੈਨੂੰ ਆਨਸਰ ਦੇਣਾ ਹੈ ਵੈਰੀ ਗੁੱਡ ਆਨਸਰ ਇਜ਼ ਮਿਡਲ ਮਾਰਚ ਤਾਂ ਆਨਸਰ ਕੀ ਆਂਦਾ ਮਿਡਲ ਮਾਰਚ ਦਾ ਆਨਸਰ ਹੈ ਬਹੁਤ ਅੱਛੀ ਗੱਲ ਹੈ ਔਰ ਮਿਡਲ ਮਾਰਚ ਲਿਖਿਆ ਕਿਨੇ ਹੈ ਜਾਰਜ ਐਲੀਅਟ ਨੇ ਲਿਖਿਆ ਹੋਇਆ ਹੈ ਮਿਡਲ ਮਾਰਚ ਜੋ ਲਿਖਿਆ ਹੋਇਆ ਹੈ ਉਹ ਵਰਕ ਲਿਖਿਆ ਗਿਆ ਬੇਟਾ ਜਾਰਜ ਐਲੀਅਟ ਨੇ ਜਾਰਜ ਐਲੀਅਰ ਦੁਆਰਾ ਲਿਖਿਆ ਗਿਆ ਵਰਕ ਹੈ ਕੋਈ ਗੱਲ ਨਹੀਂ ਬੇਟਾ ਅਜੇ ਤੁਸੀਂ ਥੋੜਾ ਜਿਹਾ ਪਿੱਛੇ ਚੱਲ ਰਹੇ ਹੋ ਬਹੁਤ अच्छी ਤਿਆਰੀ ਹੈ ਤੁਹਾਡੀ ਠੀਕ ਹੈ ਫਿਰ ਆਪਣੇ ਕੋਲ ਆ ਜਾਂਦਾ ਮਾਡਰਨ ਪੀਰੀਅਡ ਮਾਡਰਨ ਪੀਰੀਅਡ ਜੀ ਬੀ ਸ਼ਾਹ ਜਾਰਜ ਬਰਨार्ड ਸ਼ਾਹ 1925 ਦੇ ਵਿੱਚ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਦਾ ਹੈ ਲਿਟਰੇਚਰ ਦਾ 1856 ਦੇ ਵਿੱਚ ਇਹਨਾਂ ਦਾ ਬਰਥ ਹੁੰਦਾ ਹੈ 1950 ਦੇ ਵਿੱਚ ਪੇਬੀਅਨ ਸੋਸ਼ੀਅਲਿਜ਼ਮ ਇੱਕ ਵਰਡ ਹੈ ਪੇਬੀਅਨ ਸੋਸ਼ੀਅਲਿਜ਼ਮ ਉਹ ਐਟਰੀਬਿਊਟ ਕੀਤਾ ਜਾਂਦਾ ਹੈ ਜੁੜਿਆ ਹੋਇਆ ਇਹ ਵਰਡ ਜਿਹੜਾ ਹੈ ਇਹ ਕਿਸ ਨਾਲ ਜੁੜਿਆ ਹੋਇਆ ਹੈ ਜੀਬੀ ਸ਼ੋਸ ਅੱਛਾ ਲਿਖੇਗੇ ਵਰਕ ਦੇਖੋ ਆਰਮਜ਼ ਐਂਡ ਦਾ ਮੈਨ ਇੱਥੇ ਆਰਮਜ਼ ਦਾ ਮਤਲਬ ਜਦੋਂ ਵੀ ਆਪਾਂ ਕਿਸੇ ਅਨਕਾਊਂਟੇਬਲ ਨਾਉਨ ਦੇ ਨਾਲ ਐਸੇ ਦੱਸਦਾ ਤੁਹਾਨੂੰ ਆਰਮਜ਼ ਦਾ ਜਿਹੜਾ ਮਤਲਬ ਹੈ ਉਹ ਬੇਟਾ ਹੈ ਹਥਿਆਰ ਆਰਮ ਦਾ ਮਤਲਬ ਕੀ ਹੈ ਹਥਿਆਰ ਮੈਨ ਐਂਡ ਸੁਪਰਮੈਨ ਸੈਂਟ ਜਵਾਨ ਸੈਂਟ ਜਵਾਨ ਆਪਣੇ ਆਪ ਚ ਇੱਕ ਬਹੁਤ ਹੀ ਅੱਛਾ ਵਰਕ ਹੈ ਇੱਕ ਲੜਕੀ ਹੈ ਜਿਹੜੀ ਕਿੰਗ ਤੋਂ ਪਰਮਿਸ਼ਨ ਲੈ ਕੇ ਲੜਾਈ ਕਰਦੀ ਹੈ ਬਾਅਦ ਦੇ ਵਿੱਚ ਉਹਨੂੰ ਕਟਿਆ ਸਾਬਿਤ ਕਰਕੇ ਮਾਰ ਦਿੱਤਾ ਜਾਂਦਾ ਹੈ ਔਰ ਨੀਅਰ ਅਬਾਊਟ 100 ਸਾਲ ਬਾਅਦ ਉਹਨੂੰ ਸੇਂਟ ਹੁੱਡ ਦੀ ਉਪਾਧੀ ਦਿੱਤੀ ਜਾਂਦੀ ਹੈ ਤਾਂ ਲੜਕੀ ਬਾਅਦ ਦੇ ਵਿੱਚ ਉਹ ਕਿੰਗ ਦੇ ਸੁਪਨੇ 'ਚ ਆ ਕੇ ਕਹਿੰਦੀ ਹੈ ਕਿ ਜੋ ਤੁਸੀਂ ਮੈਨੂੰ ਸੇਂਟ ਹੁੱਡ ਦਿੰਦਾ ਹੈ ਠੀਕ ਹੈ ਜਿਹੜੀ ਤੁਸੀਂ ਮੈਨੂੰ ਉਪਾਧੀ ਦਿੱਤੀ ਹੈ ਹੁਣ ਮੈਨੂੰ ਐਸੋ ਉਪਾਧੀ ਦਾ ਕੀ ਫਾਇਦਾ ਹੈ ਠੀਕ ਹੈ ਕਿਸੀ ਜੋਨ ਦੇ ਜੀ ਤਾਂ ਉਸ ਚੀਜ਼ ਦੀ ਕਦਰ ਨਹੀਂ ਕੀਤੀ ਕਹਿੰਦਾ ਬਹੁਤ ਅੱਛੇ ਵਰਕ ਹੈ ਸ਼ਾਨਦਾਰ ਵਰਕ ਲਿਖੀ ਗੋਈ ਹੈ ਜੋਸਫ ਕੌਂਡਰੇਡ 1857 ਦੇ ਵਿੱਚ ਬਰਤ ਹੁੰਦਾ ਹੈ 1924 ਦੇ ਵਿੱਚ ਡੈਥ ਹੁੰਦੀ ਹੈ ਆਰਟ ਆਫ ਡਾਰਕਨੈਸ 1899 ਲਾਰਡ ਜਿਮ 1900 ਦੇ ਵਿੱਚ ਲਿਖਿਆ ਵਰਕ ਹੈ ਡਬਲਯੂ ਬੀ ਇਟਸ ਆਇਰਿਸ਼ ਹੈ ਜਦੋਂ ਵੀ ਤੁਸੀਂ ਤਿਆਰੀ ਕਰ ਰਹੇ ਹੋ ਜਿਵੇਂ ਵੀ ਤਾਂ ਤੁਸੀਂ ਜਦੋਂ ਆਪਣਾ ਨੋਟਸ ਬਣਾ ਰਹੇ ਹੋ ਤਾਂ ਉਹ ਜ਼ਰੂਰ ਯਾਦ ਰੱਖਣਾ ਹੈ ਕਿ ਕਿਸੇ ਵੀ ਰਾਈਟਰ ਦਾ ਉਹਦੀ ਨੈਸ਼ਨੈਲਿਟੀ ਕੀ ਹੈ ਵਾਟ ਇਜ਼ ਦਾ ਨੈਸ਼ਨੈਲਿਟੀ ਆਫ ਦਾ ਰਾਈਟਰ ਉਹਨੂੰ ਕਦੇ-ਕਦੇ ਐਂ ਲੱਗਦਾ ਕਿ ਇੰਗਲਿਸ਼ ਲਿਟਰੇਚਰ ਦੇ ਵਿੱਚ ਅਸੀਂ ਪੜ੍ਹਦੇ ਆ ਤਾਂ ਸਾਰੇ ਇੰਗਲੈਂਡ ਦੇ ਰਾਈਟਰ ਹੀ ਐ ਔਰ ਉਹ ਕੁਐਸਚਨ ਹੈ ਬੇਟਾ ਜਿਹੜਾ ਮਾਸਟਰ ਕੈਡਰ ਅਸਿਸਟੈਂਟ ਪ੍ਰੋਫੈਸਰ ਵਾਸਤੇ ਜਿਹੜਾ ਪੇਪਰ ਹੋਇਆ ਸੀ ਪੰਜਾਬ ਦਾ ਔਰ ਯੂਜੀਸੀ ਨੈਟ ਇਹਨਾਂ ਸਾਰਿਆਂ ਦੇ ਵਿੱਚ ਇਹ ਕੁਐਸਚਨ ਆਉਂਦਾ ਹੈ ਕਿ ਤੁਸੀਂ ਕਿਸੇ ਰਾਈਟਰ ਦੀ ਜਿਹੜੀ ਨੈਸ਼ਨੈਲਿਟੀ ਹੈ ਜਿਵੇਂ ਮੈਂ ਇੱਥੇ ਸਪੈਸ਼ਲ ਮੈਂਸ਼ਨ ਕੀਤਾ ਹੈ ਕਿ ਇਹ ਇੱਕ ਆਇਰਿਸ਼ ਰਾਈਟਰ ਸੀ ਆਇਰਿਸ਼ ਰਾਈਟਰ ਸੀ ਆਇਰਿਸ਼ ਮਤਲਬ ਆਇਰਲੈਂਡ ਨੂੰ ਬਿਲੋਂਗ ਕਰਦੇ ਸੀ ਵੈਰੀ ਗੁੱਡ ਸਵਿਫਟ ਆਲਸੋ ਆਇਰਿਸ਼ ਨੈਸ਼ਨੈਲਿਟੀ ਵੈਰੀ ਗੁੱਡ ਦਾ ਕਾਉਂਟੈਸ ਕੈਂਥਲੀਨ ਜਿਹੜਾ ਹੈ ਇਹਨਾਂ ਦੁਆਰਾ ਲਿਖਿਆ ਗਿਆ ਵਰਕ ਹੈ ਇਹਨਾਂ ਨੂੰ ਵੀ ਨੋਬੇਲ ਪ੍ਰਾਈਜ਼ ਮਿਲਿਆ ਹੈ 1923 ਦੇ ਵਿੱਚ ਔਰ 1925 ਦੇ ਵਿੱਚ ਨੋਬੇਲ ਪ੍ਰਾਈਜ਼ ਮਿਲਿਆ ਹੈ ਜੀਬੀ ਸ਼ੌਨ ਤਾਂ ਤੁਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈ ਜਿਵੇਂ ਹੀ ਤੁਸੀਂ ਨੋਟਸ ਬਣਾ ਰਹੇ ਹੋ ਤਾਂ ਨੋਬੇਲ ਪ੍ਰਾਈਜ਼ ਦੇ ਜਿਹੜੇ ਰਾਈਟਰਸ ਹੈ ਬੁੱਕਰ ਪ੍ਰਾਈਜ਼ ਹੈ ਜਿਹੜਾ ਸਾਹਿਤਿਆ ਅਕੈਡਮੀ ਅਵਾਰਡ ਹੈ ਇਹ ਸਾਰੇ ਜਿਹੜੇ ਅਵਾਰਡ ਆਪਣੇ ਲਿਟਰੇਚਰ ਦੇ ਨਾਲ ਸੰਬੰਧਿਤ ਹੈ ਔਰ ਕਿਨੂ ਕਿਨੂ ਮਿਲੇ ਹੈ ਇੰਨਾ ਦੇ ਨਾਲ ਰਿਲੇਟਡ ਕੁਐਸਚਨ ਜੋ ਹੈ ਇਹ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਆ ਸਟੀਫਨ ਲਿਕੋਕ ਠੀਕ ਹੈ 30th ਆਫ ਦਿਸੰਬਰ 1869 ਨੂੰ ਪੈਦਾ ਹੁੰਦੇ ਆ 1944 ਦੇ ਵਿੱਚ ਡੈਥ ਹੁੰਦੀ ਹੈ ਔਰ ਇਹ ਦੇਖੋ ਬ੍ਰੈਕਟ ਦੇ ਵਿੱਚ ਕਿ ਇਹ ਕੈਨੇਡੀਅਨ ਰਾਈਟਰ ਹੈ ਕੈਨੇਡੀਅਨ ਰਾਈਟਰ ਹੈ ਸਨ ਸ਼ਾਈਨ ਸਕੈਚਸ ਆਫ ਲਿਟਲ ਟਾਊਨ ਇਹਨਾਂ ਦੁਆਰਾ ਲਿਖਿਆ ਗਿਆ ਇੱਕ ਵਰਕ ਹੈ ਹੋਰ ਵੀ ਕਾਫੀ ਵਰਕ ਲਿਖੇ ਗਏ ਹੈ ਏ ਐਮ ਫੌਸਟਰ ਅ ਰੂਮ ਵਿਦ ਅ 뷰 ਰੂਮ ਵਿਦ ਅ 뷰 ਪੈਸੇਜ ਟੂ ਇੰਡੀਆ ਸੈਚੁਅਰ ਟੂ ਇੰਡੀਆ ਬਹੁਤ ਵਾਰੀ ਰਿਪੀਟ ਹੋਇਆ ਜਿਹੜਾ ਵਰਕ ਹੈ ਮਾਸਕਰੇਡਰ ਦੇ ਪੇਪਰ ਤੇ ਵਿੱਚ ਠੀਕ ਹੈ ਰੂਮ ਆਫ ਅ 뷰 ਵੀ ਬਹੁਤ ਅੱਛਾ ਵਰਕ ਹੈ 1879 ਦੇ ਵਿੱਚ ਈ ਐਮ ਫੋਸਟਰ ਦੀ ਦਾ ਬਰਥ ਹੁੰਦਾ ਹੈ ਡੈਥ ਹੁੰਦੀ ਹੈ 1970 ਦੇ ਵਿੱਚ ਪੀ ਐਸ ਐਲੀਅਟ ਬਹੁਤ ਅੱਛਾ ਨਾਮ 1880 ਦੇ ਵਿੱਚ ਬਰਥ ਹੈ 1965 ਦੇ ਵਿੱਚ ਡੈਥ ਹੁੰਦੀ ਹੈ ਦਾ ਵੇਸਟ ਲੈਂਡ 1922 ਦਾ ਵੇਸਟ ਲੈਂਡ ਬਹੁਤ ਅੱਛਾ ਵਰਕ ਹੈ ਦਾ ਵੇਸਟ ਲੈਂਡ ਜੋ ਹੈ ਜੇਕਰ ਤੁਸੀਂ ਮੈਨੂੰ ਦੱਸੋ ਤਾਂ ਮੈਂ ਮੈਂ ਤੁਹਾਨੂੰ ਦੱਸ ਦੇਣਾ ਚਲੋ ਇਹ 5 ਸੈਕਸ਼ਨ ਦੇ ਵਿੱਚ ਵੰਡਿਆ ਗਿਆ ਹੈ ਦਾ ਵੇਸਟ لینڈ ਆਇਆ ਹੈ ਜੀ 1922 ਦੇ ਵਿੱਚ ਐਸ਼ ਵੈਨਸ ਵੀ ਇਹਨਾਂ ਦੁਆਰਾ ਲਿਖਿਆ ਗਿਆ ਵਰਕ ਹੈ 5 ਸੈਕਸ਼ਨ ਕਿਹੜੇ-ਕਿਹੜੇ ਹੈ ਦਾ ਬਰੀਅਲ ਆਫ ਦਾ ਡੈਡ ਅ ਗੇਮ ਆਫ ਚੈਸ ਮਤਲਬ ਫਸਟ ਜੋ ਹੈ ਜੋ ਫਸਟ ਹੈ ਦਾ ਬਰੀਅਲਸ ਆਫ ਦਾ ਡੈਥ ਡੈਡ ਗੇਮ ਆਫ ਚੈਸ ਸੈਕੰਡ ਹੈ ਫਾਇਰ ਸਰਮਨ ਥਰਡ ਹੈ ਡੈਥ ਬਾਈ ਵਾਟਰ ਫੋਰਥ ਹੈ ਔਰ what the thunder said ਇਹ 5th ਪਾਰਟ ਹੈ 5 ਪਾਰਟਸ ਦੇ ਵਿੱਚ 5 ਸੈਕਸ਼ਨ ਦੇ ਵਿੱਚ ਇਹ ਪੋਇਮ ਜਿਹੜੀ ਡਿਵਾਈਡ ਕੀਤੀ ਗਈ ਹੈ ਤਾਂ ਤੁਹਾਨੂੰ ਜਿਹੜਾ ਕੁਐਸਚਨ ਜਿਹੜੇ ਮੋਸਟ ਇੰਪੋਰਟੈਂਟ ਵਰਕ ਹੈ ਜੇਕਰ ਉਹ ਕਿੰਨੇ ਜਿਵੇਂ ਆਪਾਂ ਡੌਨ ਜੁਆਨ ਪੜ੍ਹ ਕੇ ਆਏ ਆ ਕਿ 17 ਕੈਂਟੋਸ ਦੇ ਵਿੱਚ ਹੈ ਔਰ ਇਹ ਮਾਸਟਰ ਕੈਡਰ ਦੇ ਵਿੱਚ ਕੁਐਸਚਨ ਆਇਆ ਹੋਇਆ ਹੈ ਕਿ ਰੇਪ ਆਫ ਦਾ ਲੌਕ ਦੇ ਵਿੱਚ ਕਿੰਨੇ ਕੈਂਟੋਸ ਐਡ ਕੀਤੇ ਗਏ ਸੀ ਤਾਂ ਸੈਕਸ਼ਨ ਹੋਵੇ ਜਾਂ ਕੈਂਟੋਸ ਔਰ ਪਾਰਟਸ ਔਨ ਮੇਜਰ ਵਰਕਸ ਦੀ ਬਾਰੇ ਤੁਹਾਨੂੰ ਇਹ ਚੀਜ਼ਾਂ ਵੀ ਪੜ੍ਹਨੀਆਂ ਪੈਣਗੀਆਂ ਉਸ ਤੋਂ ਬਾਅਦ ਆਉਂਦੀ ਵਰਜੀਨੀਆ ਵੂਲਫ 1882 ਦੇ ਵਿੱਚ ਬਰਥ ਹੁੰਦੀ ਹੈ ਜੀ ਬਰਥ ਹੁੰਦਾ ਜੀ 1941 ਦੇ ਵਿੱਚ ਡੈਥ ਹੁੰਦੀ ਹੈ ਮਿਸਿਸ ਡੈਲੋਵੇ ਟੂ ਦਾ ਲਾਈਟ ਹਾਊਸ ਹਨ ਦੁਆਰਾ ਲਿਖੇ ਗਿਆ ਇੱਕ ਬਹੁਤ ਅੱਛਾ ਵਰਕ ਹੈ ਜੇਮਸ ਜੌਇਸੀ 1882 ਦੇ ਵਿੱਚ ਬਰਥ ਹੁੰਦਾ ਹੈ ਦੁਨੀਆ ਤੋਂ ਚਲੇ ਜਾਂਦੇ ਆ 1941 ਦੇ ਵਿੱਚ ਅ ਪੋਰਟਰੇਟ ਆਫ ਦਾ ਆਰਟਿਸਟ ਅ ਦੇ ਯੰਗ ਮੈਨ ਬਹੁਤ ਅੱਛਾ ਵਰਕ ਹੈ ਯੂਲਿਸਿਸ ਇਹ ਵਾਲੇ ਯੂਲਿਸਿਸ ਦੀ ਮੈਂ ਗੱਲ ਕਰ ਰਿਹਾ ਸੀ ਥੋੜੀ ਦੇਰ ਆਪਾਂ ਪਹਿਲਾਂ ਪੜ੍ਹ ਕੇ ਆਏ ਆ ਯੂਲਿਸਿਸ ਟੈਨਿਸਨ ਦਾ ਵਰਕ ਜਿਹੜਾ ਹੈ ਉਹ ਇੱਕ ਪੋਇਮ ਹੈ ਔਰ ਇਹ ਜਿਹੜਾ ਪੋਇਮ ਜੋ ਆਪਾਂ ਪੜ੍ਹ ਰਹੇ ਹਾਂ ਜੇਮਸ ਚੋਇਸੀ ਦਾ ਇੱਕ ਨੋਵਲ ਹੈ ਠੀਕ ਹੈ ਤਾਂ ਜ਼ਰੂਰ ਤੁਸੀਂ ਯਾਦ ਰੱਖਣਾ ਹੈ ਕਿ ਕਦੇ-ਕਦੇ ਡਬਲਿੰਗ ਹੋ ਜਾਂਦੀ ਹੈ ਵਰਕਸ ਤੇ ਨੇਮ ਦੇ ਮਾਮਲੇ ਦੇ ਵਿੱਚ ਤਾਂ ਇਹ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਨੂੰ ਯਾਦ ਰੱਖੋ ਟੀ ਐਚ ਲਾਰੈਂਸ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਲਿਖ ਕੇ ਦਿੱਤਾ ਸੀ ਟਿਲਵਿਆਜ਼ ਲਵਰ ਜਿਹੜਾ ਆਪਾਂ ਵਰਕ ਲਿਖਿਆ ਸੀ ਤਾਂ ਲਿਖਣ ਦੇ ਵਿੱਚ ਦੋਨੇ ਨਾਮ ਇੱਕੋ ਜਿਹੇ ਲੱਗਦੇ ਹੈ ਪਰ ਜਿਹੜਾ ਸੰਜਨ ਲਵਰਸ ਹੈ ਉਹ ਡੀ ਐਚ ਲਾਰੈਂਸ ਨੇ ਡੀ ਐਚ ਲਾਰੈਂਸ ਦੁਆਰਾ ਲਿਖਿਆ ਗਿਆ ਹੈ ਡੇਵਿਡ ਹਰਬਰਟ ਲਾਰੈਂਸ 1885 ਦੇ ਵਿੱਚ ਇਹਨਾਂ ਦਾ ਬਰਥ ਹੁੰਦਾ ਜੀ 1930 ਦੇ ਵਿੱਚ ਹੁੰਦੀ ਜੀ ਇਹਨਾਂ ਦੀ ਡੈਥ ewomen ਇਨ ਲਵ ਲੇਡੀ ਚੈਟਰਲਿਸ ਲਵਰ ਜਦੋਂ ਵੀ ਤੁਸੀਂ ਇਹਨਾਂ ਨੂੰ ਪੜ੍ਹਦੇ ਹੋ ਤਾਂ ਤੁਹਾਨੂੰ ਸਿਗਮੰਟ ਫਰਾਇਡ ਜਿਹੜਾ ਹੈ ਉਹ ਜ਼ਰੂਰ ਯਾਦ ਆਏ ਟੀ ਐਚ ਲਾਰੈਂਸ ਨੂੰ ਪੜ੍ਹਦੇ ਟਾਈਮ ਤੁਸੀਂ ਜਦੋਂ ਪੀ ਐਸ ਟੈਟ ਦਾ ਪੇਪਰ ਦੇ ਰਹੇ ਸੀ ਤਾਂ ਸਿਗਮੰਟ ਫਰਾਇਡ ਪੜਿਆ ਹੋਏਗਾ ਇਡ ਈਗੋ ਸੁਪਰ ਈਗੋ ਠੀਕ ਹੈ ਕੌਨਸ਼ੀਅਸ ਮਾਈਂਡ ਅਨਕੌਨਸ਼ੀਅਸ ਮਾਈਂਡ ਤਾਂ ਜਿਹੜਾ ਸਿਗਮੰਟ ਫਰਾਇਡ ਦਾ ਸਟਾਈਲ ਹੈ ਜਦੋਂ ਤੁਸੀਂ ਟੀ ਐਚ ਲਾਰੈਂਸ ਨੂੰ ਪੜ੍ਹਦੇ ਹੋ ਆ ਇਹ ਤੁਹਾਨੂੰ ਸਟਾਈਲ ਜਿਹੜਾ ਹੈ ਦੇਖਣ ਨੂੰ ਮਿਲੇਗਾ ਆਈਏ ਰਿਚਰਡਸ ਹੁਣ ਆ ਜਾਂਦੇ ਜੀ ਕ੍ਰਿਟਿਕਸ ਕੀ ਆਪਣੇ ਕੋਲੇ ਹੁਣ ਗੱਲ ਆ ਜਾਂਦੀ ਹੈ ਕ੍ਰਿਟਿਕਸ ਦੀ ਪ੍ਰੈਕਟੀਕਲ ਕ੍ਰਿਟਿਸਿਜ਼ਮ ਜਿਹੜਾ ਰਿਵਾਈਜ਼ ਕੀਤਾ ਗਿਆ ਸੀ 1930 ਦੇ ਵਿੱਚ 1929 ਦੇ ਵਿੱਚ ਪਬਲਿਸ਼ ਹੋਇਆ ਹੈ 1893 ਦੇ ਵਿੱਚ ਜਨਮ ਹੁੰਦਾ ਆਈਏ ਰਿਚਰਡਸ ਦਾ ਡੈਥ ਹੁੰਦੀ ਹੈ 1917 ਦੇ ਵਿੱਚ ਪ੍ਰੈਕਟੀਕਲ ਕ੍ਰਿਟਿਸਿਜ਼ਮ ਜਿਹੜਾ ਹੈ ਤਿੰਨ ਚਾਰ ਵਾਰੀ ਆਇਆ ਹੋਇਆ ਇਹ ਕੁਐਸਚਨ ਹੈ ਯੂਜੀਸੀ ਨੈਟ ਔਰ ਮਾਸਟਰ ਕੈਡਰ ਦੇ ਪੇਪਰ ਦੇ ਵਿੱਚ एफआर लेविस रिवैल्यूएशन द ग्रेट एडिशन ग्रेट एडिशन ਜਿਹੜਾ ਵਰਕ ਹੈ ਇਹ ਮਾਸਟਰ ਕੈਟਰ ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਕੁਐਸਚਨ ਹੈ ਤਾਂ ਤੁਸੀਂ ਇਹਨਾਂ ਵਰਕਸ ਨੂੰ ਔਰ ਉਹਨਾਂ ਇਹਨਾਂ ਵਰਕਸ ਦੇ ਨਾਮ ਔਰ ਇਹਨਾਂ ਵਰਕਸ ਦੀ ਜਿਹੜੀ ਡੇਟ ਹੈ ਪਬਲੀਕੇਸ਼ਨ ਡੇਟ ਹੈ ਉਹ ਤੁਸੀਂ ਜ਼ਰੂਰ ਯਾਦ ਰੱਖਣੇ ਹਨ ਕ੍ਰਿਟਿਕਸ ਨੂੰ ਤੁਹਾਨੂੰ ਜ਼ਿਆਦਾ ਸਮਾਂ ਦੇਣ ਦੀ ਜ਼ਰੂਰਤ ਨਹੀਂ ਹੈ ਕ੍ਰਿਟਿਕ ਤੁਸੀਂ ਜਦੋਂ ਵਰਕ ਪੜ੍ਹਦੇ ਹੋ ਤੁਹਾਨੂੰ ਆਪਣੇ ਆਪ ਆਟੋਮੈਟਿਕਲੀ ਯਾਦ ਹੋ ਜਾਣਗੇ स्टीव स्मिथ स्टीव स्मिथ ਨੋਵਲਸ ਔਨ ਅ येलो पेपर ਓਵਰ ਦਾ ਫਰੰਟੀਅਰ ਨੋਵਲ ਓਨ येलो पेपर ਮਾਸਟਰ ਕੈਟਰ ਦੇ ਜਿਹੜੇ ਪਿਛਲੇ ਪ੍ਰੀਵियस ਇਅਰ ਪੇਪਰ ਹੋਏ ਐ ਉਹਨਾਂ ਦੇ ਵਿੱਚ ਕੁਐਸਚਨ ਆਇਆ ਹੋਇਆ ਜਾਰਜ ਔਰਵੈਲ 1903 ਦੇ ਵਿੱਚ ਬਰਥ ਹੁੰਦਾ ਹੈ 1950 ਚ ਹੁੰਦੀ ਹੈ ਡੈਥ ਐਨੀਮਲ ਫਾਰਮ ਇੱਕ ਜਗ੍ਹਾ ਹੈ ਅੱਛਾ 1984 ਵਰਕ ਦਾ ਨਾਮ ਹੈ ਔਰ ਪਬਲਿਸ਼ ਹੁੰਦਾ ਜੀ 1949 ਦੇ ਵਿੱਚ ਵਰਕ ਦਾ ਨੇਮ ਜੋ ਹੈ ਉਹ ਹੈ 1984 ਐਨੀਮਲ ਫਾਰਮ ਇੱਕ ਬਹੁਤ ਅੱਛੀ ਜਗ੍ਹਾ ਇੱਕ ਛੋਟਾ ਜਿਹਾ ਫਾਰਮ ਹੈ ਉੱਥੋਂ ਦੇ ਜਿਹੜੇ ਪਸ਼ੂ ਹੈ ਉਹ ਆਪਦੇ ਮਾਲਿਕ ਦੇ ਅਗੇਂਸਟ ਰੇਬਲ ਕਰ ਦਿੰਦੇ ਹੈ ਫਿਰ ਉਹਨਾਂ ਦੇ ਵਿੱਚੋਂ ਇੱਕ ਉਹ ਤੋਂ ਦਾ ਮਾਲਕ ਬਣ ਜਾਂਦਾ ਹੈ ਮਤਲਬ ਲੀਡਰ ਬਣ ਜਾਂਦਾ ਹੈ ਇੱਕ ਸਟਾਇਰ ਹੈ ਬਹੁਤ ਅੱਛਾ ਵਰਕ ਹੈ ਜਿਵੇਂ ਤੁਹਾਨੂੰ ਟਾਈਮ ਮਿਲਦਾ ਹੈ ਕੁਝ ਇੱਕ ਵਰਕ ਜਿਹੜੇ ਹੈ ਤੁਹਾਡੀ ਤੁਹਾਨੂੰ ਲਾਈਫ ਲੌਂਗ ਯਾਦ ਰਹਿਣਗੇ ਇੰਗਲਿਸ਼ ਲਿਟਰੇਚਰ ਜਾਂ ਜਿਹੜਾ ਵੀ ਤੁਸੀਂ ਹਿਊਮਨਿਜ਼ਮ ਹਿਊਮੈਨਿਟੀ ਪੜ੍ਹ ਕੇ ਆਏ ਹੋ ਤੁਹਾਡਾ ਜਿਹੜਾ ਮਾਸਟਰ ਕੈਡਰ ਨੂੰ ਤੁਸੀਂ ਤਿਆਰੀ ਕਰ ਰਹੇ ਹੋ ਤੁਸੀਂ ਦੇਖੋਗੇ ਕਿ ਕੁਝ ਇੱਕ ਵਰਕ ਜਿਹੜੇ ਆ ਤੁਹਾਡੇ ਦਿਲ ਤੇ ਛੱਪ ਜਾਣਗੇ ਬਹੁਤ ਅੱਛੇ ਵਰਕ ਹੈ ਪਰਮਨੈਂਟ ਨੂੰ ਯਾਦ ਰਹਿਣਗੇ ਕੰਟੈਂਪੋਰੀ ਪੋਇਟ ਪੀਰੀਅਡ ਜਿਹੜਾ ਆਉਂਦਾ ਹੈ 1945 ਤੋਂ ਬਾਅਦ ਔਰ ਇੱਕ ਚੀਜ਼ ਬੇਟਾ ਤੁਸੀਂ ਹੋਰ ਛੋਟੇ ਦੀ ਧਿਆਨ ਚ ਰੱਖਣੀ ਹੈ ਕਿ ਤੁਸੀਂ ਰਿਜਿਡਿਟੀ ਐਸ ਮਾਮਲੇ ਦੇ ਵਿੱਚ ਕਦੇ ਵੀ ਨਹੀਂ ਰੱਖਣੀ ਕਿ ਸਰ ਕਿਹੜਾ ਟਾਈਮ ਪੀਰੀਅਡ ਜਿਹੜਾ ਸਪੈਸੀਫਿਕ ਹੈ ਬੇਸਿਕਲੀ ਕੋਈ ਵੀ ਟਾਈਮ ਪੀਰੀਅਡ ਜਿਹੜਾ ਹੈ ਉਹਨੂੰ ਆਪਾਂ ਇੱਕ ਫਰੇਮ ਦੇ ਵਿੱਚ ਨਹੀਂ ਲਿਆ ਸਕਦੇ ਜਿੰਨੇ ਵੀ ਰਾਈਟਰਸ ਨੇ ਵਰਕ ਲਿਖੇ ਹੈ ਜਿੰਨੇ ਵੀ ਰਾਈਟਰਸ ਨੇ ਇੰਗਲਿਸ਼ ਲਿਟਰੇਚਰ ਲਿਖਿਆ ਹੈ ਸਾਰਿਆਂ ਨੇ ਆਪਣੇ ਆਪਣੇ ਡਿਸਕ੍ਰਿਪਸ਼ਨ ਦਿੱਤੀ ਹੋਈ ਹੈ ਤਾਂ ਤੁਸੀਂ ਇਸ ਚੀਜ਼ ਨੂੰ ਲੈ ਕੇ ਸਟ्रेस ਨਹੀਂ ਹੋਣਾਗਾ ਕਿ ਸਰ ਕਿਸੇ ਬੁੱਕ ਦੇ ਵਿੱਚ ਤੁਹਾਨੂੰ ਪ੍ਰੋਪਰਲੀ ਟਾਈਮ ਪੀਰੀਅਡ ਕੋਈ ਨਹੀਂ ਬੁੱਕ ਔਰ ਜੇਕਰ ਤੁਸੀਂ ਜਿਆਦਾ ਧਿਆਨ ਚ ਰੱਖਣਾ ਹੈ ਤਾਂ ਐਮ ਐਚ ਅਬਰਾਹਮ ਦੀ ਇੱਕ ਬੁੱਕ ਹੈ ਲਿਟਰਰੀ ਟਰਮ ਦੀ ਠੀਕ ਹੈ ਤਾਂ ਤੁਸੀਂ ਉਹਦੇ ਚ ਇੱਕ ਟਾਈਮ ਪੀਰੀਅਡ ਦਿੱਤਾ ਹੋਇਆ ਜਿਹੜਾ ਕਿ ਮੈਂ ਤੁਹਾਨੂੰ ਐਸੇ ਚੈਨਲ ਤੇ ਡਿਸਕਸ ਕਰਵਾਉਂਗਾ ਐਸ ਚੈਨਲ ਤੇ ਤੁਹਾਡੇ ਵਾਸਤੇ ਬੜੀਆਂ ਵੀਡੀਓਜ਼ ਆਉਣਗੀਆਂ ਮਾਸਟਰਕੀਟ ਇਨਗਲਿਸ਼ ਤੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਦੀ ਸੀਰੀਜ਼ ਵੀ ਮੈਂ ਲੈ ਕੇ ਆਉਂਗਾ ਐਮਸੀਕਿਊਜ਼ ਟਾਪ ਲੈਵਲ ਦੇ ਐਮਸੀਕਿਊਜ਼ ਇਹ ਨਹੀਂ ਕਿ ਅਦਰੂਦਰਾ ਕਾਪੀ ਪੇਸਟ ਕਰਕੇ ਠੋਕ ਦੇਾਂਗੇ ਅਜਾ ਕੁਝ ਨਹੀਂ ਕਰਦੇ ਅਸੀਂ ਐਮ ਐਚ ਅਬਰਾਹਮ ਜਿਹੜਾ ਹੈ ਉਹਦੀ ਬੁੱਕ ਦੇ ਵਿੱਚ ਇੱਕ ਸਪੈਸੀਫਿਕ ਟਾਈਮ ਪੀਰੀਅਡ ਦੇਖਣਾ ਹੈ ਪਰ ਫਿਰ ਵੀ ਮੈਂ ਤੁਹਾਨੂੰ ਇਹ ਕਹੂੰਗਾ ਕਿ ਤੁਸੀਂ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਚੀਜ਼ ਨੂੰ ਲੈ ਕੇ ਪੱਕੇ ਹੋ ਜਾਣਾ ਹੈ ਕਿ ਸਾਰਾ ਟਾਈਮ ਪੀਰੀਅਡ ਕੋਈ ਵੀ ਟਾਈਮ ਪੀਰੀਅਡ ਦਾ ਜਿਹੜਾ ਫਰੇਮ ਹੈ ਉਹ ਬਿਲਕੁਲ ਜਿਹੜਾ ਹੈ ਰਾਈਟ ਨਹੀਂ ਹੈ ਕੰਟੈਂਪੋਰੀ ਦੇ ਵਿੱਚ ਆਪਣੇ ਕੋਲ ਆ ਜਾਂਦਾ ਗ੍ਰਾਮ ਗ੍ਰੀਨ 1904 ਦੇ ਵਿੱਚ ਬਰਥ ਹੁੰਦਾ ਹੈ 1990 ਦੇ ਵਿੱਚ 1991 ਦੇ ਵਿੱਚ ਡੈਥ ਹੁੰਦੀ ਹੈ ਤਾਂ ਪਾਵਰ ਐਂਡ ਦਾ ਗਲੋਰੀ ਦਾ ਹਾਰਟ ਆਫ ਦਾ ਮੈਟਰ ਦਾ ਐਂਡ ਆਫ ਦਾ ਅਵੇਅਰ ਸਾਰੇ ਬਹੁਤ ਵਧੀਆ ਵਰਕ ਹੈ ਸੈਂਮੂਲ ਬੈਕਟ ਵੇਟਿੰਗ ਫੋਰ ਗੋਡੋ اچھا ਇਹਨਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ ਛੋਟਾ ਜਿਹਾ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਹੈ ਐਂਮੂਲ ਬੈਕਟ ਦਾ ਜਿਹੜਾ ਬਰਥ ਹੁੰਦਾ ਹੈ 1906 ਦੇ ਵਿੱਚ ਔਰ 1989 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ 1969 ਦੇ ਵਿੱਚ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਦਾ ਹੈ ਲਿਟਰੇਚਰ ਦੇ ਵਿੱਚ ਵੇਟਿੰਗ ਫਾਰ ਗੋਡੋ ਜਿਹੜਾ ਐਕਚੁਅਲ ਨਾਮ ਸੀ ਐਨ اٹੈਂਡੈਂਟ ਗੋਡੋ ਇਹ ਪਬਲਿਸ਼ ਹੋਇਆ ਸੀ 1952 ਦੇ ਵਿੱਚ ਔਰ ਇਹਨੂੰ ਰੀਨੇਮ ਕੀਤਾ ਗਿਆ ਸੀ ਵੇਟਿੰਗ ਫਾਰ ਗੋਡੋ 1955 ਇਹਨਾਂ ਵਿੱਚ ਦੋ ਜਿਹੜੇ ਮੇਜਰ ਕੈਰੈਕਟਰ ਹੈ ਮੇਨ ਕੈਰੈਕਟਰ ਹੈ ਠੀਕ ਹੈ ਸੋਨਾ ਐਕਟ ਜਿਹੜੇ ਮੇਨ ਕਰੈਕਟਰ ਉਹਨਾਂ ਦੇ ਨਾਮ ਲਿਖੋ ਔਰ ਇਹ ਬੇਟਾ ਜਿਹੜੀ ਲਾਈਨ ਮੈਂ ਤੁਹਾਡੇ ਸਾਹਮਣੇ ਦੇ ਰਿਹਾ ਹਾਂ ਇਹ ਤੁਸੀਂ ਜ਼ਰੂਰ ਯਾਦ ਰੱਖਣੀ ਹੈ ਕਿਉਂਕਿ ਜਿੰਨੇ ਵੀ ਇਹਦੇ ਪਾਰਟ ਖਤਮ ਹੁੰਦੇ ਹੈ ਉਹ ਇਸ ਲਾਈਨ ਦੇ ਉੱਪਰ ਖਤਮ ਹੁੰਦੇ ਠੀਕ ਹੈ ਇਹ ਮੋਸਟ ਇੰਪੋਰਟੈਂਟ ਲਾਈਨ ਹੈ ਯੂਜੀਸੀ ਨੈਟਰ ਦੇ ਵਿੱਚ ਵੀ ਬੜੀ ਬੜੀ ਪੁੱਛੀ ਗਈ ਹੈ ਕਿ ਵੇਟਿੰਗ ਫਾਰ ਗੋਡੋ ਜਿਹੜੀ ਹੈ ਜਿਹੜੇ ਵੀ ਇਹਦੇ ਸੈਕਸ਼ਨ ਜਿਹੜਾ ਖਤਮ ਹੁੰਦਾ ਹੈ ਉਹ ਇਹਨਾਂ ਲਾਈਨਸ ਨਾਲ ਖਤਮ ਹੁੰਦਾ ਹੈ ਵੈਲ テル ਵੀ ਗੋ ਯੈਸ ਲੇਟਸ ਗੋ ਠੀਕ ਹੈ ਮੋਸਟ ਇੰਪੋਰਟੈਂਟ विलियम एमसन 1906 ਦੇ ਵਿੱਚ ਬਰਥ ਹੁੰਦਾ ਹੈ 1984 ਦੇ ਵਿੱਚ ਡੈਥ ਹੁੰਦੀ ਹੈ 7 ਟਾਈਪ ਆਫ ਐਮਬਿਗਿਟੀ 1930 ਇਹ ਉਹ ਵਰਕ ਹੈ ਜਿਹੜਾ ਆਪਾਂ ਜਲਦੀ ਹੀ ਇਸ ਚੈਨਲ ਤੇ ਡਿਸਕਸ ਕਰਾਂਗੇ ਬਹੁਤ ਹੀ ਸ਼ਾਨਦਾਰ ਵਰਕ ਹੈ 7 ਟਾਈਪ ਆਫ ਐਮਬਿਗਿਟੀਜ਼ ਵਿਲੀਅਮ ਗੋਲਡਿੰਗ 1911 ਦੇ ਵਿੱਚ ਬਰਥ ਹੁੰਦਾ ਹੈ 1993 ਦੇ ਵਿੱਚ ਡੈਥ ਹੁੰਦੀ ਹੈ ਔਰ ਨੋਬਲ ਪ੍ਰਾਈਜ਼ ਮਿਲਦਾ ਹੈ ਇਹਨਾਂ ਨੂੰ ਲਿਟਰੇਚਰ ਦੇ ਵਿੱਚ ਲਾਰਡ ਆਫ ਦਾ ਫਲਾਈਜ਼ 1954 ਰਾਈਟਸ ਆਫ ਪਾਸੇਜ 1980 ਫॉर ਰਾਈਟਸ ਆਫ ਪਾਸੇਜ ਵਾਸਤੇ ਇਹਨਾਂ ਨੂੰ ਬੁਕਰ ਪ੍ਰਾਈਜ਼ ਵੀ ਮਿਲਦਾ ਹੈ ਤੇ ਉਹ ਵੀਡੀਓ ਹੈ ਜਿਹੜੀ ਤੁਸੀਂ ਇੱਕ ਵਾਰੀ ਤਿਆਰੀ ਕਰਨ ਤੋਂ ਬਾਅਦ ਵੀ ਦੇਖੋਗੇ ਤਾਂ ਮਾਸਟਰ ਕੈਟਰ ਦੇ ਘਟੋ ਘਟ 50 ਤੋਂ 60 ਮਾਰਕਸ ਤੁਹਾਡੇ ਇੱਕ ਸੈਸ਼ਨ ਦੇ ਵਿੱਚ ਹੀ ਪੱਕੇ ਹੋ ਜਾਣਗੇ ਇਹ ਮੇਰਾ ਪ੍ਰੋਮਿਸ ਹੈ ਤੁਹਾਡੇ ਨਾਲ ਠੀਕ ਹੈ 50 ਤੋਂ 60 ਹੋ ਸਕਦਾ ਹੈ 80 90 ਮਾਰਕਸ ਜਿਹੜੇ ਹੈ ਤੁਸੀਂ ਇਸ ਇੱਕ ਸੈਸ਼ਨ ਦੇ ਨਾਲ ਵੀ ਕਰੈਕ ਕਰ ਸਕਦੇ ਹੋ ਤੁਸੀਂ ਐਨੇ ਮਾਰਕਸ ਬਡੋਰਿਸ ਲੈਸਿੰਗ ਦਾ ਗ੍ਰਾਸ ਇਜ਼ ਸਿੰਗਿੰਗ ਔਰ ਇਹ ਜਿਹੜਾ ਨਾਮ ਲਿਆ ਗਿਆ ਹੈ ਦਾ ਗ੍ਰਾਸ ਇਜ਼ ਸਿੰਗਿੰਗ ਇਹ ਵੇਸਟਲੈਂਡ ਜਿਹੜੀ ਆਪਾਂ ਟੀਐਸ ਐਲੀਅਟ ਦੀ ਪੜ ਕੇ ਆਏ ਹਾਂ ਵੇਸਟਲੈਂਡ ਦੇ ਵਿੱਚੋਂ ਲਿਆ ਗਿਆ ਹੈ ਦਾ ਗ੍ਰਾਸ ਇਜ਼ ਸਿੰਗਿੰਗ ਤਾਂ ਤੁਸੀਂ ਜਦੋਂ ਕਿਸੇ ਵਰਕ ਨੂੰ ਪੜ ਰਹੇ ਹੋ ਤਾਂ ਤੁਸੀਂ ਇਹ ਵੀ ਧਿਆਨ ਚ ਰੱਖਣਾ ਹੈ ਕਿ ਉਸ ਵਰਕ ਦਾ ਜਿਹੜਾ ਰੈਫਰੈਂਸ ਹੈ ਉਹ ਕੋਈ ਹੋਰ ਵਰਕ ਹੈਗਾ ਤਾਂ ਉਹ ਕਿਹੜਾ ਹੈ ਥੋੜਾ ਜਿਹਾ ਕੰਮ ਵੱਧਤਾ ਜਾਂਦਾ ਹੈ ਪਰ ਆਪਣੇ ਆਪ ਦੇ ਵਿੱਚ ਕੋਈ ਕੰਪਲੈਕਸ ਨਹੀਂ ਹੈ ਇਹ ਇੰਟਰਸਟਿੰਗ ਹੈ ਚਿਲड्रन ਆਫ ਵਾਇਲੈਂਸ 1952 द गोल्डन नोटबुक नाइनटीन सिक्स फिलिप लार्किन फिलिप लार्किन नाइन टी टू बर्थ होंगे खिड़कियाँ जब से उसने खींचा है खिड़की का पर्दा एक तरफ सारी दुनिया एक तरफ और उसका कमरा एक तरफ कैड ह्यूज नाइनटीन थर्टी बर्थ होंगे है नाइनटीन नाइन एट डेथ होंगी है प्रो 1970 एरोल्ड पेंटर एक बहुत अच्छा वर्क है बर्थडे पार्टी जेड़ा वर्क है और होम कमिंग है ये रिपीटेडली पूछे गए है बेटा मास्टर कैडर दे पेपर आंदे विच बर्थडे पार्टी एक बहुत अच्छा वर्क है कि किस तरीके नाल एक इंसान ਆਦੀ ਬਰਥਡੇ ਪਾਰਟੀ ਅਰੇਂਜ ਕਰਦਾ ਔਰ ਬਾਅਦ ਦੇ ਵਿੱਚ ਉਹ ਨਾਈਟਮੇਅਰ ਦੇ ਵਿੱਚ ਬਦਲ ਜਾਂਦੀ ਹੈ ਡਰਾਮਨੇ ਸੁਪਨੇ ਦੀ ਤਰ੍ਹਾਂ ਉਹ ਦਿਨ ਬਦਲ ਜਾਂਦਾ ਹੈ ਤਾਂ ਬਹੁਤ ਅੱਛਾ ਵਰਕ ਹੈ ਵੀ ਐਸ ਨੇਪਾਲ ਜਿਨ੍ਹਾਂ ਦਾ ਬਰਥ ਹੁੰਦਾ 1932 ਦੇ ਵਿੱਚ ਡੈਥ ਹੁੰਦੀ ਹੈ 2018 ਦੇ ਵਿੱਚ ਨੋਬੇਲ ਪ੍ਰਾਈਜ਼ ਮਿਲਦਾ ਹੈ ਲਿਟਰੇਚਰ ਦਾ ਵੰਦੇ ਵਿੱਚ ਦਾ ਮਿਡਲ ਪੈਸੇਜ ਇੰਡੀਆ ਐਨ ਏਰੀਆ ਆਫ ਡਾਰਕਨੈਸ ਇਨ ਅ ਫਰੀ ਸਟੇਟ ਇਹਨਾਂ ਦਵਾਰ ਲਿਖੇਗੇ ਕੁਝ ਵਰਕਸ ਹੈ ਥੀਮਸ ਹੀਨੀ ਨੋਬਲ ਪ੍ਰਾਈਜ਼ ਮਿਲਦਾ ਹੈ ਜੀ ਇਹਨਾਂ ਨੂੰ ਲਿਟਰੇਚਰ ਦੇ ਵਿੱਚ 1955 ਦੇ ਵਿੱਚ ਡੈਥ ਆਫ ਅ ਨੈਚਰਲਿਸਟ ਬਹੁਤ ਵਾਰੀ ਰਿਪੀਟ ਹੋਇਆ ਕੁਐਸਚਨ ਆਇਆ ਜੋ ਤੁਸੀਂ ਪ੍ਰੀਵੀਅਸ ਇਅਰ ਕੁਐਸਚਨ ਦੇਖੋਗੇ ਪ੍ਰੀਵੀਅਸ ਇਅਰ ਕੁਐਸਚਨ ਦੇਖੋਗੇ ਆਪਣੇ ਮਾਸਟਰ ਕਿਡਰ एग्जाम ਦੇ ਤਾਂ ਡੈਥ ਆਫ ਅ ਨੈਚਰਲਿਸਟ ਨੂੰ ਉਥੇ ਜ਼ਰੂਰ ਮਿਲੇਗਾ ਇਵਨ ਬੋਲਨ 1944 ਔਰ ਦਸ ਹੁੰਦੀ ਹੈ 2020 ਦੇ ਵਿੱਚ ਠੀਕ ਅਜੇ ਤੋ 3 ਸਾਲ ਪਹਿਲਾਂ ਦੀ ਗੱਲ ਹੀ ਹੈ ਦਾ ਵਾਰ ਹੋਰਸ ਇਨ ਹਰ ਓਨ ਇਮੇਜ ਨਾਈਟ ਫੀਡ ਇਹ ਸਾਰੇ ਇਹਨਾਂ ਦੁਆਰਾ ਲਿਖੇ ਗਏ ਅਚੀਵਰਕ ਹੈ ਸਲਮਾਨ ਰਸ਼ਦੀ ਜਿਵੇਂ ਤੁਸੀਂ ਰਸ਼ਦੀ ਪੜ੍ਹਦੇ ਹੋ ਤਾਂ ਤੁਹਾਡੇ ਨਾਮ ਦੇ ਵਿੱਚ ਇੱਕ ਤੁਹਾਡੇ ਜ਼ਿਹਨ ਦੇ ਵਿੱਚ ਇੱਕ ਨਾਮ ਯਾਦ ਆ ਜਾਂਦਾ ਫਤਵਾ ਠੀਕ ਹੈ ਮੁਸਲਿਮ ਜਿਹੜੀ ਕਮਿਊਨਿਟੀ ਹੈ ਉਹਦੇ ਵਿੱਚ ਇੱਕ ਵਰਡ ਯੂਜ਼ ਕੀਤਾ ਜਾਂਦਾ ਜ਼ਿਆਦਾਤਰ ਉਹਦਾ ਨਾਮ ਹੈ ਫਤਵਾ ਔਰ ਜੇਕਰ ਤੁਸੀਂ ਮੈਨੂੰ ਇਹ ਦੱਸੋਗੇ ਕਿ ਇਹਨਾਂ ਨੂੰ ਫਤਵਾ ਜਾਰੀ ਹੋਇਆ ਸੀ ਉਹ ਕਿਹੜੇ ਵਰਕ ਵਾਸਤੇ ਜਾਰੀ ਹੋਇਆ ਸੀ ਠੀਕ ਹੈ ਤਾਂ ਇਹਨਾਂ ਨੂੰ ਜਿਹੜਾ ਫਤਵਾ ਜਾਰੀ ਹੋਇਆ ਹੈ ਵੈਰੀ ਗੁੱਡ ਬਟ ਵੈਰੀ ਗੁੱਡ ਤਾਂ ਇਹਨਾਂ ਨੂੰ ਜਿਹੜਾ ਫਤਵਾ ਜਾਰੀ ਹੋਇਆ ਹੈ ਉਹ ਜਾਰੀ ਹੋਇਆ ਜੀ ਸੈਟਨਿਕ ਵਰਸ ਨਾਮ ਦਾ ਇਹਨਾਂ ਦਾ ਇੱਕ ਵਰਕ ਹੈ ਜਿੰਦੇ ਕਰਕੇ ਇਹਨਾਂ ਨੂੰ ਫਤਵਾ ਜਾਰੀ ਹੋਇਆ ਸਲਮਾਨ ਰਸ਼ਦੀ ਮਿਡ ਨਾਈਟਸ ਦੇ ਚਿਲड्रन ਸ਼ੇਮ ਦੋਨੇ ਹੀ ਬਹੁਤ ਅੱਛੇ ਵਰਕ ਹੈ ਮਿਡ ਨਾਈਟਸ ਦੇ ਚਿਲड्रन ਸ਼ੇਮ ਦੋਨੇ ਹੀ ਇਹਨਾਂ ਦੇ ਬਹੁਤ ਅੱਛੇ ਵਰਕ ਹੈ ਇੱਥੇ ਹੁੰਦਾ ਜੀ ਆਪਣਾ ਲਿਟਰੇਚਰ ਖਤਮ ਲਿਟਰੇਰੀ ਜਿਹੜੇ ਲਿਟਰੇਚਰ ਦੇ ਰਾਈਟਰ ਆਪਣੇ ਕੋਲੇ ਹੈਗੇ ਉਹਨਾਂ ਹੀ ਹੈ ਉਸ ਤੋਂ ਬਾਅਦ ਆਪਣੇ ਕੋਲੇ ਇੱਕ ਛੋਟਾ ਜਿਹਾ ਸੈਕਸ਼ਨ ਆ ਜਾਂਦਾ ਲਿਟਰੇਰੀ ਟਰਮਸ ਦਾ ਇਹਨਾਂ ਦੇ ਵਿੱਚ ਤੁਸੀਂ ਜੇਕਰ ਮੋਸਟ ਨੋਨ ਜੇਕਰ ਆਪਾਂ ਗੱਲ ਕਰੀਏ ਥਿਮਿਲੀ ਕੀ ਹੈ ਜੀ ਮੈਟਾਫਰ ਕੀ ਹੈ ਟਰਮਸ ਆਲਗ-ਅਲਗ ਐਲੀਜੀ ਹੋ ਗਿਆ ਪੈਸਟੋਰਲ ਐਲੀਜੀ ਹੋ ਗਿਆ ਐਲੀਟਰੇਸ਼ਨ ਐਸੋਨੈਂਸ ਇਹ ਸਾਰੇ ਜਿਹੜੇ ਲਿਟਰੇਰੀ ਟਰਮਸ ਦੀ ਗੱਲ ਆਪਾਂ ਕਰਾਂਗੇ ਫਿਰ ਆਪਣਾ ਕੋਲੇ ਪੋਰਸ਼ਨ ਆਉਂਦਾ ਗ੍ਰਾਮਰ ਐਂਡ ਲਿੰਗੁਇਸਟਿਕਸ ਜੇਕਰ ਆਪਾਂ ਪ੍ਰੀਵੀਅਸ ਇਅਰ ਪੇਪਰ ਦੀ ਗੱਲ ਕਰੀਏ ਤਾਂ ਗ੍ਰਾਮਰ ਦੇ ਵਿੱਚੋਂ ਕੋਈ ਜ਼ਿਆਦਾ ਚੀਜ਼ਾਂ ਨਹੀਂ ਪੁੱਛੀਆਂ ਗਈਆਂ ਜਿਹੜਾ ਪ੍ਰੀਵੀਅਸ ਇਅਰਸ ਦਾ ਐਕਸਪੀਰੀਅੰਸ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਤੁਹਾਨੂੰ ਥੋੜੀ ਜੀ ਜਾਣਕਾਰੀ ਹੋਣੀ ਚਾਹੀਦੀ ਹੈ ਜੀ ਟੈਂਸ ਦੀ ਕੁਝ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਚੇਂਜ ਆਫ ਵਾਇਸ ਔਰ ਜਿਹੜਾ ਲਾਸਟ ਪੇਪਰ ਹੋਇਆ ਹੈ ਮਾਸਟਰ ਕੈਡਰ 41 61 ਦਾ ਉਹਦੇ ਆ ਤਿੰਨ ਜਿਹੜੇ ਪਾਰਟ ਹੈ ਇਹ ਗ੍ਰਾਮਰ ਦੇ ਕਵਰ ਕੀਤੇ ਗਏ ਆ ਜੇਕਰ ਤੁਸੀਂ ਮਾਸਟਰ ਕੈਡਰ ਇੰਗਲਿਸ਼ ਦੀ ਤਿਆਰੀ ਕਰ ਰਹੇ ਹੋ ਤਾਂ ਇੰਨਾ ਕੁ ਤਾਂ ਤੁਹਾਨੂੰ ਜ਼ਰੂਰ ਆਂਦਾ ਹੋਵੇਗਾ ਬਾਕੀ ਕੋਈ ਸਟੈਸ ਵਾਲੀ ਗੱਲ ਨਹੀਂ ਟੈਂਸ ਦੀ ਸੀਰੀਜ਼ ਫ੍ਰੀ ਆਫ ਕਾਸਟ ਤੁਹਾਡੇ ਵਾਸਤੇ ਐਸੇ ਚੈਨਲ ਤੇ ਆਉਣ ਵਾਲੀ ਹੈ ਵਾਇਸ ਦੀ ਜਿਹੜੀ ਸੀਰੀਜ਼ ਹੈ ਕੰਪਲੀਟ ਵਾਇਸ ਨੈਸ਼ਨਲ ਲੈਵਲ ਦਾ ਅਲਟੀਮੇਟ ਲੈਵਲ ਦਾ ਵਾਇਸ ਜਿਹੜੀ ਸੀਰੀਜ਼ ਹੈ ਉਹ ਵੀ ਫ੍ਰੀ ਆਫ ਕਾਸਟ ਰਹੇਗੀ ਨਰੇਸ਼ਨ ਜੋ ਹੈ ਉਹ ਵੀ ਇਸ ਚੈਨਲ ਤੇ ਤੁਹਾਨੂੰ ਫ੍ਰੀ ਆਫ ਕੋਸਟ ਕਰਵਾਏ ਜਾਣਗੇ ਤੁਸੀਂ ਮਾਸਟਰਗੈਟ ਦੀ ਤਿਆਰੀ ਕਰ ਰਹੇ ਹੋ ਪੈਸ ਚੈਨਲ ਤੇ ਜਿਹੜਾ ਨੋਟੀਫਿਕੇਸ਼ਨ ਆ ਜਰੂਰ ਆਉਣ ਰੱਖਿਓ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਣ ਵਾਲਾ ਹੈ ਠੀਕ ਹੈ ਇਹ ਜਿਹੜੀ ਸੀਰੀਜ਼ ਹੈ ਬਹੁਤ ਜਲਦੀ ਐ ਇੱਕ ਟਾਈਮ ਪੀਰੀਅਡ ਤੁਹਾਨੂੰ ਦੇ ਦੇਵਾਂਗੇ ਸਪੈਸਿਫਿਕ ਟਾਈਮ ਡੇ ਦਾ ਉਥੇ ਆਪਾਂ ਇਹ ਸਾਰੇ ਜਿਹੜੇ ਟੌਪਿਕ ਹੈ ਕਵਰ ਕਰਾਂਗੇ ਟੈਂਸ ਦਾ ਬਹੁਤ ਜਲਦੀ ਇਸ ਚੈਨਲ ਤੇ ਆਉਣ ਵਾਲਾ ਹੈ ਔਰ ਸਾਰੇ ਲਾਈਵ ਹੋਣਗੇ ਕੋਈ ਵੀ ਰਿਕਾਰਡਡ ਸੈਸ਼ਨ ਨਹੀਂ ਹੋਏਗਾ ਠੀਕ ਹੈ ਸਭ ਤੁਹਾਨੂੰ ਲਾਈਵ ਕਰਵਾਇਆ ਜਾਏਗਾ ਤੁਡੇ ਜਿਹੜੇ ਕੁਐਸਚਨ ਆਨਸਰ ਹੈ ਉਹਨਾਂ ਦਾ ਵੀ ਪ੍ਰੋਪਰ ਆਨਸਰ ਦਿੱਤਾ ਜਾਏਗਾ ਹਰੇਕ ਕੁਐਸਚਨ। ਔਰ ਉਸ ਤੋਂ ਬਾਅਦ ਲਿੰਗੁਇਸਟਿਕ ਜਿਹੜੀ ਗੱਲ ਕਰਦੇ ਆ ਲਿੰਗੁਇਸਟਿਕ ਕਹਿੰਦੇ ਵਿੱਚ ਅੱਛਾ ਸਕੋਰ ਕਾ ਜਾ ਜਾਂਦਾ ਹੈ ਜੇਕਰ ਤੁਹਾਡੀ ਲਿੰਗੁਇਸਟਿਕ ਦੇ ਵਿੱਚ ਜਾਣਕਾਰੀ ਅੱਛੀ ਹੈ ਫਰੇ ਸਟਰਕਚਰ ਰੂਲ ਫਰੇ ਸਟਰਕਚਰ ਰੂਲ ਕਿਵੇਂ ਬਣਦੇ ਹੈ ਟ੍ਰਾਂਸਫਰਮੇਸ਼ਨ ਜਨਰੇਟਿਵ ਗ੍ਰਾਮਰਸ ਵਿਦ ਰੈਫਰੈਂਸ ਟੂ ਚੌਮਸਕੀ ਚੌਮਸਕੀ ਦਾ ਮਤਲਬ ਹੈ ਨੋਮ ਚੌਮਸਕੀ ਨੋਮ ਚੌਮਸਕੀ ਨੇ ਇੱਕ ਬੁੱਕ ਲਿਖੀ ਸੀ ਉਹਦੇ ਅਕੋਰਡਿੰਗ ਆਪਾਂ ਜਿਹੜਾ ਫਰੇ ਸਟਰਕਚਰ ਰੂਲ ਦੀ ਗੱਲ ਕਰਨੀ ਹੈ transformational rule change ਕਿਵੇਂ ਕੀਤੇ ਜਾਂਦੇ ਆ a brief intro introduction to semitic language sociolinguistics language variety ਕਿੰਨੇ ਤਰ੍ਹਾਂ ਦੀਆਂ ਭਾਸ਼ਾ ਹੁੰਦੀਆਂ ਡਾਇਲੈਕਟ ਹੋ ਗਿਆ ਪਿਡਗਿਨ ਹੋ ਗਿਆ ਕ੍ਰੀਓਲ ਹੋ ਗਿਆ ਇਹ ਸਾਰੇ ਆਪਾਂ ਇਸ ਚੈਨਲ ਤੇ ਕਰਾਂਗੇ dialect accent and register psycholinguistics nature and application behaviorist cognitive and mental views of language learning individual differences ਕਿਸੇ ਵੀ ਭਾਸ਼ਾ ਨੂੰ ਸਿੱਖਣ ਦੇ ਵਿੱਚ ਇੰਡੀਵਿਜੂਅਲ ਡਿਫਰੈਂਸਸ ਕਿੰਨੇ ਜ਼ਿਆਦਾ ਹੁੰਦੇ ਹੈ ਇਹ ਸਾਰੇ ਆਪਾਂ ਐਸੇ ਚੈਨਲ ਦੇ ਉੱਪਰ ਡਿਟੇਲਡ ਪੜਾਂਗੇ ਸ਼ਾਨਦਾਰ ਤਰੀਕੇ ਦੇ ਨਾਲ ਸੁਪਰ ਸਰ ਥੈਂਕ ਯੂ ਸੋ ਮੱਚ ਕੁੰਜਨ ਨੋਮ ਚੌਮਸ ਕੀ ਬਿਲਕੁਲ ਬਿਲਕੁਲ ਜੀ ਨੋਮ ਚੌਮਸ ਕੀ ਦੇ ਰੈਫਰੈਂਸ ਤੋਂ ਹੀ ਪੜਨਾ ਹੈ ਮਾਸਟਰ ਕੈਡਰ ਦੀ ਤਿਆਰੀ ਦੇ ਵਿੱਚ ਤੁਸੀਂ ਜ਼ਰੂਰ ਯਾਦ ਰੱਖਣੀ ਹੈ ਕਿ ਤੁਸੀਂ ਜਿਹੜਾ ਵੀ ਸਿਲੇਬਸ ਇੱਥੇ ਦੇਖ ਰਹੇ ਹੋ ਉਹਦਾ ਰੈਫਰੈਂਸ ਜ਼ਰੂਰ ਯਾਦ ਰੱਖਣਾ ਹੈ ਉਹਨੂੰ ਐਂਡ ਦੇ ਵਿੱਚ ਦਿੱਤਾ ਗਿਆ ਹੈ ਕਿ ਡਿਫਿਕਲਟੀ ਲੈਵਲ ਕੀ ਹੋਏਗਾ ਤੁਸੀਂ ਕਈ ਵਾਰੀ ਅਗਲਾ ਕਹਿੰਦਾ ਕਿ ਸਰ ਬਹੁਤ ਡੀਪ ਜਾ ਕੇ ਪੜੋ ਹੁਣ ਬਹੁਤ ਡੀਪ ਨੂੰ ਮਤਲਬ ਇਹ ਤਾਂ ਹੈ ਨਹੀਂ ਕਿ ਟਾਈਟਨ ਕਰਾਇਏ ਤੇ ਲੈ ਕੇ ਔਰ ਜਿੱਥੇ ਟਾਈਟੈਨਿਕ ਦਾ ਮਲਬਾ ਡਿੱ ਗਿਆ ਹੋਇਆ ਉੱਥੇ ਜਾ ਕੇ ਪੜਾਂਗੇ ਆਪਾਂ ਕਿਤਾਬ ਲੈ ਕੇ ਜਾਵਾਂਗੇ ਇਹ じゃ ਕੁਛ ਨਹੀਂ ਹੈ ਨਾ ਅਚਾ ਕੁਛ ਕਹਿੰਦੇ ਕਿ ਉਪਰੋਂ ਉਪਰੋਂ ਪੜੋ ਕੁਛ ਕਹਿੰਦੇ ਜੀ ਬਹੁਤ ਡੀਪ ਜਾ ਕੇ ਪੜੋ ਇਹ ਤੁਹਾਨੂੰ ਵਿਚਾਲੇ ਲੰਮਕਾ ਕੇ ਛੱਡ ਦੇਣਗੇ ਠੀਕ ਹੈ ਇਹ ਨਾ ਤਾਂ ਤੁਹਾਨੂੰ ਉੱਪਰ ਜੋਗਾ ਰਹਿਣ ਦੇਣਗੇ ਨਾ ਤੁਹਾਨੂੰ ਇਹ ਨੀਚੇ ਜੋਗਾ ਰਹਿਣ ਦੇਣਗੇ ਤਾਂ ਕੋਸ਼ਿਸ਼ ਇਹ ਕਰਨੀ ਹੈ ਕਿ ਤੁਸੀਂ ਪੇਪਰ ਦੇ ਡਿਫਿਕਲਟੀ ਲੈਵਲ ਔਰ ਡਿਫਿਕਲਟੀ ਲੈਵਲ ਨੂੰ ਜੱਜ ਕਰਨ ਦਾ ਜਿਹੜ ਪ੍ਰੀਵੀਅਸ ਈਅਰ ਕੁਐਸਚਨਸ ਮਾਸਟਰ ਕੈਡਰ ਦੇ 760 ਤੋਂ ਲੈ ਕੇ ਕਾਫੀ ਪੇਪਰ ਹੋ ਚੁੱਕੇ ਆ ਜੇਕਰ ਮੈਂ ਮੇਰੀ ਯਾਦਦਾਸ਼ਤ ਅਕੋਰਡਿੰਗ ਲਿਖਾਂ ਤਾਂ 6060 3382 ਉਸ ਤੋਂ ਬਾਅਦ 4161 3304 899 ਔਰ ਇੱਕ ਅੱਧੀ ਪਰਤੀ ਸ਼ਾਇਦ ਕੁਝ ਹੋਰ ਹੈ ਤਾਂ 6 ਪੇਪਰ ਜਿਹੜੇ ਹੈ ਉਹ ਮਾਸਟਰ ਕੈਡਰ ਦੇ ਹੋ ਚੁੱਕੇ ਹੈ ਹੁਣ ਤੱਕ ਫਿਰ ਤੁਹਾਡੇ ਕੋਲੇ ਮੈਰੀਟੋਰੀਅਸ ਦਾ ਪੇਪਰ ਵੀ ਹੋਇਆ ਲੈਕਚਰਰ ਕੇਡਰ ਵੀ ਹੋਇਆ ਤਾਂ ਤੁਸੀਂ ਜਦੋਂ ਵੀ ਵੈਸੇ ਜਿਹੜੇ ਸਾਰੇ ਪੇਪਰ ਹੈ ਇਹ ਸੀਕੁਐਂਸ ਵਾਈਜ਼ ਹੋ ਸਕਦਾ ਹੈ ਹਰ ਸੰਡੇ ਆਪਾਂ ਡਿਸਕਸ ਕਰਾਂਗੇ ਐਸੇ ਚੈਨਲ ਤੇ ਠੀਕ ਹੈ ਐਸੇ ਚੈਨਲ ਤੇ ਮੈਂ ਤੁਹਾਨੂੰ ਦੱਸੂਗਾ ਕਿ ਕਿਸੇ ਪੇਪਰ ਦਾ ਪੁਆਇੰਟ ਆਫ ਕੀ ਹੈ ਪਰ ਫਿਰ ਵੀ ਜਦੋਂ ਵੀ ਤੁਸੀਂ ਤਿਆਰੀ ਕਰ ਰਹੇ ਹੋ ਚਾਹੇ ਕਿਸੇ ਵੀ ਇੰਸਟੀਚਿਊਟ ਤੋਂ ਤੁਸੀਂ ਪੜ੍ਹ ਰਹੇ ਹੋ ਤਾਂ ਤੁਸੀਂ ਇਹ ਜ਼ਰੂਰ ਧਿਆਨ ਚ ਰੱਖਣਾ ਹੈ ਕਿ ਇਹਨਾਂ ਪੇਪਰਾਂ ਦੇ ਵਿੱਚ ਕੀ ਪੁੱਛਿਆ ਗਿਆ ਹੈ ਔਰ ਜੇਕਰ ਤੁਸੀਂ ਇਸ ਤੋਂ ਵੀ ਡੀਪ ਥੋੜਾ ਜਿਹਾ ਦੇਖਣਾ ਹੀ ਚਾਹੁੰਦੇ ਹੋ ਤਾਂ ਫਿਰ ਤੁਸੀਂ ਦੇਖੋ ਬੇਟਾ UGC NET level. ਤੁਸੀਂ UGC NET ਦੇ ਪ੍ਰੀਵियस ਇਅਰ ਕੁਐਸਚਨ ਪੇਪਰ ਚੱਕ ਲੋ ਉਹ ਵੀ ਸਿਰਫ 10 ਸਾਲ ਪੁਰਾਣੇ ਇਸ ਤੋਂ ਵੀ ਜ਼ਿਆਦਾ ਜਾਣ ਦੀ ਜ਼ਰੂਰਤ ਨਹੀਂ ਹੈ ਔਰ ਹੋ ਸਕਦਾ ਹੈ ਕਿ ਸਿਰਫ 5 ਸਾਲ ਪੁਰਾਣੇ ਪੇਪਰ ਹੀ ਦੇਖੋ ਤੁਹਾਨੂੰ ਇਹਨਾਂ ਪੇਪਰਾਂ ਤੋਂ ਅੰਦਾਜ਼ਾ ਜ਼ਰੂਰ ਹੋ ਜਾਏਗਾ ਨਾ ਤਾਂ ਤੁਸੀਂ ਕਿਸੇ ਦੀਆਂ ਗੱਲਾਂ ਚ ਰਹਿ ਕੇ ਇਹ ਕਰਨਾ ਕਿ ਬਿਲਕੁਲ ਹੀ ਰੱਫ ਪੜ੍ਹ ਲਓ ਕਿ ਪੇਪਰ ਤਾਂ ਜੀ ਰਿਪੀਟ ਹੋ ਰਿਹਾ ਹੈ ਚਾਂਸਸ ਹੈ ਕਿ ਇਸ ਵਾਰੀ ਤੁਹਾਡਾ ਪੇਪਰ ਜਿਹੜਾ ਹੈ ਉਹਦਾ ਲੈਵਲ ਵਧੇਗਾ ਰਿਪੀਟ ਹੋਣ ਦੇ ਚਾਂਸਸ ਨਾਲ ਦੇ ਬਰਾਬਰ ਵੀ ਨਹੀਂ ਹੈ ਕਹਤਾ ਇਹ ਜ਼ਰੂਰ ਤੁਸੀਂ ਧਿਆਨ ਚ ਰੱਖਣਾ ਹੈ ਕਿ ਜਿਹੜੀ ਵੀ ਤੁਸੀਂ ਸਟੱਡੀ ਕਰ ਰਹੇ ਹੋ ਜਦੋਂ ਤੁਹਾਡੇ ਕੋਲ ਟਾਈਮ ਹੈ ਤਾਂ ਉਸ ਟਾਈਮ ਨੂੰ ਤੁਸੀਂ ਪ੍ਰੋਪਰ ਯੂਟਿਲਾਈਜ਼ ਕਰੋ ਫਿਰ ਆਪਣਾ ਕੋਲ ਆ ਜਾਂਦਾ ਜੀ ਲਿੰਗੁਇਸਟਿਕਸ ਲਿੰਗੁਇਸਟਿਕਸ ਹੁੰਦਾ ਹੈ ਸਾਇੰਟਿਫਿਕ ਸਟੱਡੀ ਆਫ ਅ ਲੈਂਗੁਏਜ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਸਰ ਇਹਦਾ ਨਾਰਮਲ ਜੀ ਡਿਫੀਨੇਸ਼ਨ ਹੈ ਸਾਇੰਟਿਫਿਕ ਸਟੱਡੀ ਆਫ ਅ ਲੈਂਗੁਏਜ ਕਿਸੇ ਵੀ ਭਾਸ਼ਾ ਨੂੰ ਸੈਂਟੀਫਿਕ ਸਟੱਡੀ ਮਤਲਬ ਸੈਂਟੀਫਿਕ ਤਰੀਕੇ ਨਾਲ ਪੜ੍ਹਨਾ ਕਹਿਣ ਤੋਂ ਪਾਵੇ ਕਿ ਜਦੋਂ ਅਸੀਂ ਸਟੱਡੀ ਕਰਾਂਗੇ ਤਾਂ ਉਸ ਜਿਹੜੀ ਸਟੱਡੀ ਹੈ ਉਹਦਾ ਆਬਜੈਕਟ ਕੀ ਹੋਏਗਾ ਉਹਦਾ ਆਬਜੈਕਟ ਹੋਏਗਾ ਜੀ ਲੈਂਗੁਏਜ ਅਸੀਂ ਲੈਂਗੁਏਜ ਨੂੰ ਧਿਆਨ ਚ ਰੱਖ ਕੇ ਉਹਨੂੰ ਅਲੱਗ-ਅਲੱਗ ਪੈਰਾਮੀਟਰ ਤੇ ਪਰਖਣ ਦੀ ਕੋਸ਼ਿਸ਼ ਕਰਦੇ ਹਾਂ ਉਹਨੂੰ ਕਹਿੰਦੇ ਲਿੰਗੁਇਸਟਿਕਸ ਸਪੀਚ ਐਂਡ ਰਾਈਟਿੰਗ ਐਨਥਰੋਪੋਲੋਜੀਸ ਆਰਗਨ ਆਫ ਸਪੀਚ ਡਿਸਕ੍ਰਿਪਸ਼ਨ ਐਂਡ ਕਲਾਸੀਫਿਕੇਸ਼ਨ ਆਫ ਸਾਊਂਡਸ ਮੋਰਫੋਲੋਜੀ ਐਂਡ ਵਰਡ ਫਾਰਮੇਸ਼ਨ ਇਹ ਸਾਰੇ ਹੀ ਆਪਾਂ ਬਹੁਤ ਵਧੀਆ ਤਰੀਕੇ ਨਾਲ ਸ਼ਾਨਦਾਰ ਤਰੀਕੇ ਨਾਲ ਕਰਾਂਗੇ ਤਲੋ ਇਹ ਹੈ ਜੀ ਬੇਟਾ ਤੁਹਾਡਾ ਸਿਲੇਬਸ ਇੱਥੇ ਤੁਹਾਡਾ ਸਿਲੇਬਸ ਹੁੰਦਾ ਖਤਮ ਹੁਣ ਕੁਝ ਬੱਚੇ ਕਹਿ ਰਹੇ ਆ ਕਿ ਸਰ ਇਹਨੂੰ ਯਾਦ ਰੱਖਣ ਦਾ ਤਰੀਕਾ ਕੀ ਹੈ ਕਿ ਜਿਹੜਾ ਸਿਲੇਬਸ ਅਸੀਂ ਪੜ੍ਹਦੇ ਹਾਂ ਇਹ ਸਿਲੇਬਸ ਨੂੰ ਅਸੀਂ ਯਾਦ ਕਿਵੇਂ ਰੱਖੀਏ ਤਾਂ ਤੁਸੀਂ ਯਾਦ ਰੱਖਣ ਦਾ ਇੱਕ ਤਰੀਕਾ ਹੈ ਤੁਹਾਨੂੰ ਇੱਕ ਗੱਲ ਛੋਟੀ ਜੀ ਮੈਂ ਦੱਸ ਦਿੰਨਾ ਹੈ ਕਿ ਜਿਆਦਾ ਮੋਟੀਵੇਸ਼ਨਲ ਸਪੀਕਰਾਂ ਦੇ ਚੱਕਰ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ ਆਪਾਂ ਕੋਈ ਜੰਗ ਲੜਨ ਨਹੀਂ ਜਾ ਰਹੇ ਆਪਾਂ ਆਪਣੀ ਜ਼ਿੰਦਗੀ ਦੇ ਵਾਸਤੇ ਇੱਕ ਵਧੀਆ ਤਿਆਰੀ ਕਰ ਰਹੇ ਹਾਂ ਤੁਹਾਨੂੰ ਇਹ ਕਾਰਨ ਮੈਂ ਛੋਟੀ ਜੀ ਗੱਲ ਦੱਸਾਂ कि ਜਿਹੜਾ ਵੀ ਆਪਾਂ ਵਰਡ ਯੂਜ਼ ਕਰਦੇ ਆ ਡਿਪਰੈਸ਼ਨ ਔਰ ਉਸ ਡਿਪਰੈਸ਼ਨ ਦਾ ਜੋ ਮੂਲ ਕਾਰਨ ਹੈ ਠੀਕ ਹੈ ਉਹ ਤੁਹਾਡੀ ਮੋਟੀਵੇਸ਼ਨ ਹੀ ਹੁੰਦੀ ਹੈ ਤੁਸੀਂ ਪਹਿਲਾਂ ਤਾਂ ਆਪ ਦਾ ਜਿਹੜਾ ਟਾਈਮ ਪੀਰੀਅਡ ਹੈ ਉਹਨੂੰ 90 ਡੇਸ ਦੇ ਵਿੱਚ ਡਿਵਾਈਡ ਕਰ ਲਓ ਕਿ ਸਰ ਅਸੀਂ ਇੰਨੇ ਦਿਨਾਂ ਦੇ ਵਿੱਚ ਇਹ ਸਿਲੇਬਸ ਨੂੰ ਖਤਮ ਕਰਨਾ ਹੈ ਇੱਕ ਵਾਰੀ ਤੁਸੀਂ ਸਪੀਡੀ ਪੜੋ ਫਸਟ ਪਹਿਲੇ ਟਾਈਮ ਦੇ ਵਿੱਚ ਤੁਹਾਨੂੰ ਉਸ ਚੀਜ਼ ਨੂੰ ਜ਼ਿਆਦਾ ਡੀਪ ਪੜਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕਈ ਵਾਰੀ ਤੁਸੀਂ ਕਿਸੇ ਇੱਕ ਗੱਲ ਤੇ اٹਕ ਜਾਂਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਉੱਥੇ ਹੀ اٹਕੇ ਰਹਿੰਦੇ ਹੋ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਤੁਸੀਂ ਦੋ ਦਿਨ ਲਗਾਓ ਤਿੰਨ ਦਿਨ ਲਗਾਓ ਇੱਕ ਵਾਰੀ ਥੋੜੀ ਸਪੀਡ ਦੇ ਵਿੱਚ ਇਹ ਵੀ ਨਹੀਂ ਕਿ ਬਹੁਤ ਜ਼ਿਆਦਾ ਇੱਕ ਵਾਰੀ ਠੀਕ-ਠੀਕ ਸਪੀਡ ਦੇ ਵਿੱਚ ਤੁਸੀਂ ਸਾਰਾ ਜਿਹੜੇ ਸਾਰੇ ਰਾਈਟਰ ਹੈ ਉਹਨਾਂ ਦੀ ਬਾਇਓਗ੍ਰਾਫੀ ਨੂੰ ਰੀਡ ਕਰ ਲਓ ਜੇਕਰ ਤੁਹਾਨੂੰ ਕੋਈ ਬਾਇਓਗ੍ਰਾਫੀ ਦੇ ਨੋਟਸ ਨਹੀਂ ਮਿਲ ਰਹੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਨੋਟਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਐਡੂਕਸਮਸਟਰੀ ਵਾਲੀ ਗੱਲ ਨਹੀਂ ਹੈ ਤੁਸੀਂ ਇੱਕ ਵਾਰੀ ਬਾਇਓਗ੍ਰਾਫੀ ਪੜੋ ਤੁਹਾਨੂੰ ਇਹ ਪਤਾ ਲੱਗ ਜੇਗਾ ਅੱਛਾ ਟਾਈਮ ਫਰੇਮ ਜ਼ਰੂਰ ਯਾਦ ਰੱਖਣਾ ਹੈ ਕਿ ਇੱਕ ਜਿਹੜਾ ਰਾਈਟਰ ਜਿਹਦੀ ਪੇਜ ਪੜ ਰਹੇ ਆ ਉਹਨਾਂ ਦਾ ਟਾਈਮ ਫਰੇਮ ਕੀ ਹੈ ਤਾਂ ਉਹਨਾਂ ਦੇ ਵਿੱਚ ਇੱਕ ਸੇਮ ਚੀਜ਼ ਵੀ ਹੁੰਦੀ ਹੈ ਜੇ ਆਪਾਂ ਰੋਮਾਂਟਿਕ 에ਜ ਪੜਦੇ ਆ ਤਾਂ ਉਹਨਾਂ ਰਾਈਟਰਾਂ ਦੀ ਜਿਹੜੀ ਰਾਈਟਿੰਗਸ ਹੈ ਉਹਨਾਂ ਦਾ ਸਟਾਈਲ ਅਲੱਗ ਹੈ ਵਿਕਟੋਰੀਅਨ 에ਜ ਦੇ ਜਿਹੜੇ ਰਾਈਟਰ ਹੈ ਉਹਨਾਂ ਦੀ ਸਟਾਈਲ ਅਲੱਗ ਹੈ ਔਰ ਜਦੋਂ ਆਪਾਂ ਪੜਦੇ ਆ ਗੌਸਟਨ 에ਜ ਉਹਨਾਂ ਦੀ ਜਿਹੜੀ ਰਾਈਟਿੰਗ ਸਟਾਈਲ ਹੈ ਉਹ ਅਲੱਗ ਹੈ ਤਾਂ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਇਸ ਪੀਡੀ ਇੱਕ ਵਾਰੀ ਉਹਨੂੰ ਕਵਰ ਕਰੋ ਔਰ ਬਾਅਦ ਦੇ ਵਿੱਚ ਉਹਨੂੰ ਸੈਕਸ਼ਨ ਦੇ ਵਿੱਚ ਵ ਅਚਾਨਕ ਨੂੰ ਕੋਰਿਲੇਟ ਕਰਨਾ ਵੀ ਸਿੱਖੋ ਕੁਝ ਇਹ ਕਰੈਕਟਰ ਹੁੰਦੇ ਆ ਜਦੋਂ ਅਸੀਂ ਵਰਕਸ ਪੜ੍ਹਦੇ ਹਾਂ ਤਾਂ ਕੁਝ ਇਹ ਕਰੈਕਟਰ ਸਾਨੂੰ ਉਮੀਦ ਦੇ ਸਾਡੀ ਆਮ ਲਾਈਫ ਦੇ ਵਿੱਚ ਆਸੇ ਪਾਸੇ ਵੀ ਮਿਲ ਜਾਂਦੇ ਤਾਂ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਨੂੰ ਕੋਰਿਲੇਟ ਕਰੋ ਔਰ ਕੋਈ ਵੀ ਇਨਸਾਨ ਜੋ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਸਕਸੈਸ ਸਟੋਰੀ ਦੱਸਦਾ ਨਾ ਬੇਟਾ ਤੇ ਇਹ ਚੀਜ਼ ਜ਼ਰੂਰ ਯਾਦ ਰੱਖਿਓ ਕਿ ਉਹ ਬੜੀਆਂ ਗੱਲਾਂ ਛੁਪਾ ਲੈਂਦਾ ਹੈ ਕਿਸੇ ਦੀ ਵੀ ਗੱਲ ਸੁਣ ਕੇ ਕਿ ਇੱਕ ਦਿਨ ਚ ਹੀ ਤਿਆਰੀ ਹੋ ਜਾਏਗੀ ਜੀ ਮੈਂ ਤਾਂ 10 ਦਿਨ ਚ ਹੀ ਕਰ ਗਿਆ ਸੀ ਜੀ ਮੈਂ ਤਾਂ YouTube ਤੋਂ ਹੀ ਕਰ ਗਿਆ ਸੀ ਜਾਂ ਮੈਂ ਤਾਂ ਕੁਝ ਵੀ ਨਹੀਂ ਪੜਿਆ ਇਹ ਚੀਜ਼ਾਂ ਸਿਰਫ ਬਕਵਾਸ ਹੈ ਅੱਛੀ ਤਿਆਰੀ ਸਮਾਂ ਪਾਲਦੀ ਹੈ ਆਪਣੇ ਆਪ ਨੂੰ ਸਮਾਂ ਦਿਓ ਆਪਣੇ ਆਪ ਨੂੰ ਮੋਟੀਵੇਟ ਰੱਖੋ ਆਪਣੇ ਆਪ ਨੂੰ ਮੋਟੀਵੇਟ ਰੱਖਣ ਦਾ ਤਰੀਕਾ ਹੈ ਕਿ ਤੁਸੀਂ ਆਪਣੇ ਜਿਹੜੇ ਰਾਈਟਰਸ ਹੈ ਜਾਂ ਜੋ ਵੀ ਤੁਸੀਂ ਕਰ ਰਹੇ ਹੋ ਤੁਸੀਂ ਉਹਨੂੰ ਸੈਕਸ਼ਨ ਦੇ ਵਿੱਚ ਵੰਡ ਲਓ ਫੋਰ ਐਗਜ਼ਾਮਪਲ ਤੁਹਾਡੇ ਕੋਲ 72 ਰਾਈਟਰ ਹੈ ਇੱਕ ਵਾਰੀ ਤੁਹਾਨੂੰ ਦੇਖ ਕੇ ਲੱਗ ਰਿਹਾ ਕਿ ਇਹ ਤਾਂ ਬਹੁਤ ਜ਼ਿਆਦਾ ਰਾਈਟਰ ਹੈ ਤਾਂ ਤੁਸੀਂ ਇਹਨਾਂ ਨੂੰ 72 ਡੇਸ ਦੇ ਵਿੱਚ ਡਿਵਾਈਡ ਕਰ ਲਓ ਜਿਵੇਂ ਕਹ ਲਓ 1 2 3 4 5 6 7 8 9 10 ਫਾਈਵ ਤੁਸੀਂ 72 ਪੇਜ ਤੇ ਲਿਖ ਲਓ ਤੁਸੀਂ ਇੱਕ ਰਾਈਟਰ ਪੜਿਆ ਉਹਨੂੰ ਕੱਟ ਦਿਓ ਤੁਸੀਂ ਇਹ ਯਾਦ ਨਾ ਰੱਖੋ ਵੀ ਕਿੰਨੇ ਰਹਿ ਗਏ ਤੁਸੀਂ ਇਹ ਯਾਦ ਰੱਖੋ ਤੁਸੀਂ ਕਿੰਨੇ ਕਰ ਲਏ ਤਾਂ ਇਹ ਤੁਹਾਡੇ ਵਾਸਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਥੈਂਕ ਯੂ ਸੋ ਮੱਚ ਰਾਜਵਿੰਦਰ ਥੈਂਕ ਯੂ ਸੋ ਮੱਚ ਇਹ ਜਿਹੜਾ ਆਪਣੇ ਆਪ ਦੇ ਵਿੱਚ ਤੁਹਾਡੇ ਵਾਸਤੇ ਕੀ ਹੈ ਮੋਟੀਵੇਸ਼ਨ ਦਾ ਜ਼ਰੀਆ ਇਹ ਹੀ ਬਣੇਗਾ ਇੱਕ ਪਾਸੇ ਤੁਸੀਂ 네ਗੇਟਿਵ ਹੋ ਕਿ ਮੈਨੂੰ 72 ਨਹੀਂ ਆ ਰਹੇ ਇੱਕ ਪਾਸੇ ਤੁਸੀਂ ਪੋਜੀਟਿਵ ਹੋ ਜੂਗੇ ਕਿ ਚਲੋ ਮੈਨੂੰ ਇੱਕ ਤਾਂ ਆਉਂਦਾ ਨਾ ਹੁਣ ਆਪਣੇ ਕੋਲੇ ਇਹ ਕੱਟਣ ਲੱਗ ਗਏ ਹੌਲੀ ਹੌਲੀ ਕੀ ਹੋਏਗਾ ਇਧਰ 2 ਹੋ ਜਾਏਗਾ ਇਧਰ 70 ਰਹਿ ਜਾਣਗੇ ਇਧਰ 3 ਹੋਏਗਾ ਇਧਰ 69 ਰਹਿ ਜਾਣਗੇ ਤਾਂ ਇਹ ਲਾਈਨ ਕੱਟਦੀ ਕੱਟਦੀ ਤੁਸੀਂ ਇੱਕ ਦਿਨ ਦੇ ਵਿੱਚ ਯਾਦ ਰੱਖੋ ਕਿ ਤੁਸੀਂ ਕਿਸੇ ਵੀ ਇੱਕ ਦਿਨ ਦੇ ਵਿੱਚ ਤੁਸੀਂ ਪੂਰਾ ਲਿਟਰੇਚਰ ਨਹੀਂ ਪੜ ਸਕਦੇ چاہے ਤੁਸੀਂ ਕਿੰਨੇ ਵੀ ਜੀਨੀਅਸ ਕਿਉ ਨਾ ਹੋ ਤੁਸੀਂ ਇੱਕ ਕਈ ਵਾਰ ਕੀ ਹੁੰਦਾ ਕਿ ਜਿਹੜੇ ਬੰਦੇ ਜੋਬ ਲੱਗ ਜਾਂਦੇ ਹੈ ਤੁਸੀਂ ਫੋਰ ਐਗਜ਼ਾਮਪਲ ਜੇ ਮੈਂ ਮੇਰੀ ਵੀ ਗੱਲ ਕਰਾਂਗਾ ਤਾਂ ਅਸੀਂ ਕੋਈ ਮਜ਼ਾਕ ਦੇ ਵਿੱਚ ਜੌਬ ਨਹੀਂ ਲੱਗੀ ਅਸੀਂ ਵੀ ਅੱਛੇ ਰੈਂਕ ਸਿਕਯੋਰ ਕੀਤੇ ਇੱਕ ਮੈਂ ਸੀ ਇੱਕ ਮੇਰਾ ਫਰੈਂਡ ਹੈ ਟੌਪ 3 ਰੈਂਕ ਸੀ ਉਹਦਾ ਮੈਂ ਵੀ ਟੌਪ 10 ਦੇ ਵਿੱਚ 7th ਰੈਂਕ ਦੇ ਵਿੱਚ ਮੈਂ ਸਿਲੈਕਟ ਹੋਇਆ ਸੀ ਤਾਂ ਸਾਡੀ ਜਿਹੜੀ ਬੇਸ ਸੀ ਉਸ ਯੂਜੀਸੀ ਨੈਟ ਦੀ ਤਿਆਰੀ ਕਰ ਰਹੇ ਸੀ ਔਰ ਕੋਈ ਨਾ ਕੋਈ ਅਜਾ ਸਾਥੀ ਇੱਕ ਕੰਪੈਨੀਅਨ ਜਿਹਨੂੰ ਆਪਾਂ ਪੀਅਰ ਗਰੁੱਪ ਕਹਿ ਦਿੰਨੇ ਹਾਂ ਕਿ ਤੁਸੀਂ ਕੋਈ ਨਾ ਕੋਈ ਅਜਾ ਗਰੁੱਪ ਜ਼ਰੂਰ ਰੱਖੋ ਜਿਹੜੇ ਤੁਹਾਡੇ ਨਾਲ ਸੇਮ ਤਿਆਰੀ ਕਰ ਰਹੇ ਹੋ ਔਰ ਉਸ ਗਰੁੱਪ ਦਾ ਮੀਨਿੰਗ ਕੀ ਹੈ ਕਿ ਤੁਸੀਂ ਇੱਕ ਰਾਈਟਰ ਜਿਹੜਾ ਹੈ ਉਹ ਚਾਰ ਬੰਦੇ ਅਲੱਗ-ਅਲੱਗ ਜਗ੍ਹਾ ਤੋਂ ਪੜੋ ਤੁਸੀਂ ਇੱਕ ਰਾਈਟਰ ਨੂੰ ਆਪਦੇ ਚਾਰ ਫਰੈਂਡ ਸਰਕਲ ਦੇ ਵਿੱਚੋਂ ਅਲੱਗ-ਅਲੱਗ ਰੈਫਰੈਂਸ ਤੋਂ ਵਿੱਚੋਂ ਪੜੋ ਔਰ ਬਾਅਦ ਦੇ ਵਿੱਚ ਕੋਈ ਇੱਕ ਅੱਧਾ ਘੰਟਾ ਜਾਂ ਹੋਵੇ ਜਿੰਨੇ ਤੁਸੀਂ ਉਹਨੂੰ ਡਿਸਕਸ ਕਰੋ ਇਹ ਟੈਕਨੀਕ ਮੇਰੀ ਖੁਦ ਹੀ ਅਪਣਾਈ ਹੋਈ ਹੈ ਔਰ ਅਸੀਂ ਜੋ ਦੋ ਇਨਸਾਨ ਸੀ ਇੱਕ অশੋਕ ਸਰ ਵੀ ਹੈ ਜਿਨ੍ਹਾਂ ਨੇ ਆਪਾਂ ਨੂੰ ਐਪਰੀਸ਼ੀਏਟ ਕੀਤਾ ਹੋਇਆ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਤਾਂ ਸਾਡੀ ਇਹ ਟ੍ਰਿਕ ਸੀ ਉਹਦੇ ਨਾਲ ਕੀ ਹੁੰਦਾ ਕਿ ਡਿਸਕਸ਼ਨ ਦੇ ਵਿੱਚ ਜਿੰਨਾ ਯਾਦ ਰਹਿੰਦਾ ਹੈ ਉਹਨਾਂ ਸਿਰਫ ਪੜ੍ਹ ਕੇ ਯਾਦ ਨਹੀਂ ਰਹਿੰਦਾਗਾ ਔਰ you, you so YouTube ਦੀ ਇਟ ਇ ਮੋਟੀਵੇਸ਼ਨਲ ਸਪੀਕਰ ਤੁਹਾਨੂੰ ਮਿਲਣਗੇ ਥੋੜਾ ਜਿਹਾ ਉਹਨਾਂ ਤੋਂ ਦੂਰ ਨੂੰ ਕਿਸੇ ਵੀ ਵਰਕ ਨੂੰ ਯਾਦ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਉਹਨੂੰ ਟਾਈਮ ਪੀਰੀਅਡ ਨਾਲ ਹਿਸਟੋਰੀਕਲ ਕੰਟੈਕਸਟ ਨਾਲ ਜੋੜ ਕੇ ਰੱਖੋ 4 ਤੋਂ 5 ਵਰਕ ਹੀ ਪੂਰੇ ਦਿਨ ਦੇ ਵਿੱਚ ਪੜੋ ਜਿਆਦਾ ਵਰਕ ਪੜੋਗੇ ਆਪਣੇ ਆਪ ਹੀ ਕੈਰੈਕਟਰ ਉਲਝਣ ਲੱਗ ਜਾਣਗੇ ਠੀਕ ਹੈ ਥੈਂਕ ਯੂ ਗੁਰਪ੍ਰੀਤ ਥੈਂਕ ਯੂ ਸੋ ਮੱਚ ਬੈਸਟ ਵੀਡੀਓ ਔਨ YouTube ਥੈਂਕ ਯੂ ਸੋ ਮੱਚ ਔਰ ਜਿੰਨੇ ਵੀ ਤੁਸੀਂ ਵਰਕ ਪੜ ਰਹੇ ਹੋ ਕਿਸੇ ਵੀ ਰਾਈਟਰ ਨੂੰ ਥੋੜਾ ਜਿਹਾ ਆਪਣੇ ਆਪ ਨੂੰ ਗੈਪ ਵੀ ਦੇਣਾ ਸਿੱਖੋ ਤੁਸੀਂ ਕਦੇ ਕਦੇ ਕੀ ਸੋਚਦੇ ਹੋ ਕਿ ਸਰ ਅਸੀਂ ਟਾਈਮ ਕੱਢ ਕੇ ਪੜਾਂਗੇ ਇਹ ਜ਼ਰੂਰੀ ਨਹੀਂ ਹੈ ਜਿੰਨਾ ਵੀ ਟਾਈਮ ਮਿਲਦਾ ਹੈ ਉਹਦੇ ਵਿੱਚ ਸ਼ਾਰਟ ਸਟੋਰੀਜ਼ ਜਾਂ ਸ਼ਾਰਟ ਸਮਰੀਜ਼ ਪੜਨੀ ਸ਼ੁਰੂ ਕਰਦੇ ਹੋ ਤੁਹਾਡੇ ਕੋਲੇ 5 ਮਿੰਟ ਹੈ ਤਾਂ ਤੁਸੀਂ ਜਿਵੇਂ ਕਹ ਲਓ ਇੱਕ ਰਾਤ ਪਹਿਲਾਂ ਆਪਾਂ ਵਰਕ ਪੜਿਆ ਰਾਈਟਰ ਪੜਿਆ ਤੁਸੀਂ ਉਹਨੂੰ ਨੋਟ ਤਾਂ ਕਰ ਹੀ ਲੈਣੋ ਕਿ ਇਹ ਤਾਂ ਵੱਡਾ ਵਰਕ ਹੈ ਇੱਕ ਛੋਟਾ ਜਿਹਾ ਹੈ ਇੱਕ ਸ਼ਾਰਟ ਸਟੋਰੀ ਹੈ ਤਾਂ ਜਿੰਨਾ ਵੀ ਤੁਹਾਨੂੰ ਇਨ ਬੀਟਵੀਨ ਟਾਈਮ ਮਿਲਦਾ ਹੈ ਕੋਸ਼ਿਸ਼ ਕਰੋ ਮਾਰਨਿੰਗ 10 ਵਜੇ ਤੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ 2 ਘੰਟੇ ਪ੍ਰੋਡਕਟਿਵ ਹੋਣ ਕੋਈ ਨਾ ਕੋਈ 2 ਘੰਟੇ ਮਾਰਨਿੰਗ 10 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ 2 ਘੰਟੇ ਸਟੱਡੀ ਜ਼ਰੂਰ ਕਰਨੀ ਹੈ ਇਹ ਤੁਹਾਡੇ ਪੂਰੇ ਦਿਨ ਦਾ ਜਿਹੜਾ ਹੈ ਉਹ ਬੇਸ ਬਣਾ ਦੇਗਾ ਫਿਰ ਤੁਹਾਨੂੰ ਸਾਰਾ ਦਿਨ ਲੱਗੇਗਾ ਕਿ ਮੈਂ ਕੁਝ ਪੜਿਆ ਹੋਇਆ ਕੁਝ ਪੜਿਆ ਹੋਇਆ ਹੈ ਕਈ ਵਾਰ ਇਸੇ ਕੀ ਕਰਦੇ ਆ ਕਿ ਸ਼ਾਮ ਤੱਕ ਲੈ ਕੇ ਜਾਂਦੇ ਆ ਔਰ ਸਾਡਾ ਸਰੀਰ ਜਿਹੜਾ ਨੈਚੁਰਲ এনवायरमेंट ਦੇ ਵਿੱਚ ਕੀ ਹੈ ਗਰਮੀ ਦਾ ਵੀ ਮੌਸਮ ਹੈ ਥੋੜੇ ਦਿਨਾਂ ਨੂੰ ਸਰਦੀ ਆ ਜਾਏਗੀ ਤਾਂ ਆਪਾਂ ਥੱਕਣ ਲੱਗ ਜਾਂਦੇ ਆਂ ਆਪਣੀ એનર્ਜੀ ਨੂੰ ਧਿਆਨ ਚ ਰੱਖਦੇ ਹੋਏ ਆਪਣੇ ਪੋਟੈਂਸ਼ੀਅਲ ਨੂੰ ਧਿਆਨ ਚ ਰੱਖਦੇ ਹੋਏ ਆਪਣੇ ਰਿਸੋਰਸਸ ਨੂੰ ਧਿਆਨ ਚ ਰੱਖਦੇ ਹੋਏ ਆਪਣੇ ਰੈਕਗਨੀਸ਼ਨ ਆਪਣੇ ਮੈਮਰੀ ਨੂੰ ਧਿਆਨ ਚ ਰੱਖਦੇ ਹੋਏ ਤਿਆਰੀ ਕਰੋ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਗ੍ਰੇਟ ਇਨਸਾਨ ਨੂੰ ਅچھے ਇਨਸਾਨ ਨੂੰ ਸਾਰੇ ਹੀ ਲੋਕ ਬਹੁਤ ਵਧੀਆ ਹੁੰਦੇ ਹੈ ਜਿੰਨੇ ਵੀ ਟੀਚਰ ਤਿਆਰੀ ਕਰਵਾ ਰਹੇ ਹੈ ਤੁਹਾਨੂੰ ਸਾਰੇ ਹੀ ਟੀਚਰ ਬਹੁਤ ਅچھے ਹੈ ਜਿਹੜਾ ਵੀ ਟੀਚਰ ਤੁਹਾਨੂੰ ਆਨਲਾਈਨ ਜਾਂ ਆਫਲਾਈਨ ਪੜਾਉਣਾ ਆਉਂਦਾ ਹੈ ਉਹ ਤਿਆਰੀ ਕਰਕੇ ਹੀ ਆਉਂਦਾ ਹੈ ਠੀਕ ਹੈ ਉਹ ਆਪਣੇ ਆਪ ਦੇ ਵਿੱਚ ਜਰੂਰ ਪੜ੍ਹ ਕੇ ਆਉਂਦਾ ਹੈ ਕਿ ਉਹ ਸਾਹਮਣੇ ਵਾਲਿਆਂ ਦਾ ਧਿਆਨ ਰੱਖ ਸਕੇ ਕੋਈ ਵੀ ਯਾਪਕ ਬੁਰਾ ਨਹੀਂ ਹੈ ਤਾਂ ਤੁਸੀਂ ਕਿਸੇ ਮਰਜ਼ੀ ਦੇ ਯਾਪਕ ਨੂੰ ਫੋਲੋ ਕਰੋ ਪਰ ਆਪਣਾ ਇੱਕ ਰੂਟੀਨ ਜਿਹੜਾ ਹੈ ਜਿਹੜਾ ਸ਼ੈਡਿਊਲ ਹੈ ਉਸ ਸ਼ੈਡਿਊਲ ਦੇ ਸਾਬ ਤੇ ਤੁਸੀਂ ਜ਼ਰੂਰ ਚੱਲੋ ਮੈਂ ਉਮੀਦ ਕਰਦਾ ਹਾਂ ਕਿ ਅੱਜ ਦਾ ਜਿਹੜਾ ਸੈਸ਼ਨ ਹੈ ਜੇਕਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਆਦਰਵਾਇਜ਼ ਆਪਣਾ ਜੋ ਅੱਜ ਦਾ ਸੈਕਸ਼ਨ ਹੈ ਉਹ ਆਪਾਂ ਇੱਥੇ ਖਤਮ ਕਰਦੇ ਹਾਂ ਪ੍ਰੀਤੀ ਵੰਡਰਫੁਲ ਸੈਸ਼ਨ ਸਰ ਥੈਂਕ ਯੂ ਸੋ ਮਚ देवाश माही सुपर सर थैंक यू सो मच गुंजन नोम चॉम्स्की बिटवीन द एक्ट ईगल लिवेटिंग सर थैंक यू सो मच थैंक यू सो मच चलो सारे दा ही बहुत-बहुत धन्यवाद मैं उम्मीद है जल्द मिलते हैं आपा नई वीडियो दे नाल सीक्वेंस वाइज आपा राइट रिकवर करंगे बहुत जल्द सोनू एडमंड स्पेंसर या फिर एलिजाबेथन एज दी वीडियो जेडी है ओपर लाइव सेशन ही लेके आवांगे इंटरेक्टिव सेशन ਦੇ ਵਿੱਚ ਪੜਾਉਣ ਦਾ ਜਿਆਦਾ ਆਨੰਦ ਆਉਂਦਾ ਹੈ ਮੈਂ ਉਮੀਦ ਕਰਦਾ ਕਿ ਆਈ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇਗੀ ਜੇਕਰ ਅੱਛੀ ਲੱਗੀ ਹੈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਜ਼ਰੂਰ ਕਰ ਲੈਣਾ ਹੈ ਔਰ ਜੇਕਰ ਤੁਹਾਡਾ ਕੋਈ ਸੁਝਾਅ ਹੈ ਕਿ ਸਰ ਇਹਨੂੰ ਇਸ ਤਰੀਕੇ ਨਾਲ ਇੰਪਰੂਵ ਵੀ ਕੀਤਾ ਜਾ ਸਕਦਾ ਹੈ ਤਾਂ ਤਾਂ ਵੀ ਤੁਸੀਂ ਮੋਸਟ ਵੈਲਕਮ ਹੋ ਮੈਂ ਆਪਣੇ ਆਪ ਕੋਈ ਪਰਫੈਕਟ ਇਨਸਾਨ ਨਹੀਂ ਹਾਂ ਤੁਸੀਂ ਹੀ ਮੈਨੂੰ ਪਰਫੈਕਟ ਕਰੋਗੇ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਟਾਰਗੇਟ ਨੂੰ ਅਚੀਵ ਕਰੋਗੇ